ਰਾਜਨੀਤੀ ਦੀ ਸ਼ਤਰੰਜ ਚ ਮਰਜੀ ਮੂਰਿਆਂ ਦੀ ਨਹੀਂ ਚਲਦੀ ਮਰਜੀ ਸ਼ਤਰੰਜ ਖੇਡਣ ਵਾਲੇ ਦੀ ਚਲਦੀ ਹੈ ਸਾਡੇ ਨਾਲ ਅੱਜ ਜੋ ਮਹਿਮਾਨ ਨੇ ਉਹ ਸ਼ਤਰੰਜ ਦੇ ਖਿਡਾਰੀ ਤਾਂ ਮੈਨੂੰ ਨਹੀਂ ਪਤਾ ਕਿਹੋ ਜਿਹੇ ਨੇ ਜਿਵੇਂ ਉਹਨਾਂ ਨੇ ਕਿਹਾ ਕਿ ਯਾਰ ਸ਼ਤਰੰਜ ਦਾ ਖਿਡਾਰੀ ਮੈਂ ਬਾਲਾ ਵਧੀਆ ਨਹੀਂ ਪਰ ਰਾਜਨੀਤੀ ਦੇ ਖਿਡਾਰੀ ਬਹੁਤ ਵਧੀਆ ਨੇ ਸਾਡੇ ਨਾਲ ਅੱਜ ਦੇ ਪੌਡਕਾਸਟ 'ਚ ਰਹਿਣਗੇ ਰਾਣਾ ਗੁਰਜੀਤ ਸਿੰਘ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹਾਂ ਬਹੁਤ ਵਧੀਆ ਤੁਸੀਂ ਸੁਣਾਓ ਬਹੁਤ ਵਧੀਆ ਜੀ ਗੱਲ ਇਹ ਗੱਲ ਤੁਸੀਂ ਸ਼ਤਰੰਜ ਤੋਂ ਚਾਲੂ ਕੀਤੀ ਹੂੰ ਮੈਂ ਮਨੀ ਹਿਲਦਾ ਹੂੰ। ਹੂੰ। ਔਰ ਰਹੀ ਗੱਲ ਜ਼ਿੰਦਗੀ। ਹੂੰ। ਜ਼ਿੰਦਗੀ ਦੇ ਵਿੱਚ ਸ਼ਤਰੰਜ ਦੇ ਅੰਗਰੇਨੀ ਚਾਲਾਂ ਚਲੀਆਂ। ਹੂੰ। ਲੋੰਬੜ ਨਹੀਂ ਰਹਿਣਾ। ਹੂੰ। ਰਾਜਨੀਤੀ ਤਾਂ ਕਹਿੰਦੇ ਚਾਲਾਂ ਚੁਲਾਂ ਵਾਵਾ ਚਲੀਆਂ। ਹਾਂ। ਕੋਈ ਚਾਲ ਨਹੀਂ ਚਲੀ। ਹੂੰ। ਮਾਲਕ ਆਪਣੇ ਆਪ ਹੀ ਸੇਤ ਦਿੰਦਾ ਗਿਆ। ਹੂੰ। ਰਾਣਾ ਕੁਝ ਵੀ ਹੋ ਸਕਦਾ ਲੋੰਬੜ ਨਹੀਂ ਹੋ ਸਕਦਾ। ਹੂੰ। ਰਾਣਾ ਖਿਡਾਰੀ ਤਾਂ ਚੰਗਾ। ਮਾਲ ਖਿਡਾਰਿਆ। ਹੂੰ। ਮਾਲ ਖੇਡਾਂ ਖਿਡਾਰਿਆ। ਹੂੰ। ਤੇ ਆਪਾਂ ਖੇਡ ਰਹੇ ਹਾਂ। ਹੂੰ। ਕਦੇ ਹੁਸ਼ਿਆਰੀ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜੋ ਮਿਲਿਆ ਮੈਨੂੰ ਸਮਝਦਾ ਉਹਦੀ ਕਿਰਪਾ ਨਾਲ ਮਿਲਿਆ ਇੱਕ ਨਾ ਮੈਂ ਦੇਖਦਾ ਅਕਸਰ ਲੋਕ ਨਾ ਜਵਾਨੀ ਤੋਂ ਬੁਢਾਪੇ ਵੱਲ ਜਾਂਦੇ ਆ ਤੁਹਾਨੂੰ ਦੇਖ ਕੇ ਐਂ ਲੱਗਦਾ ਦਿਨੋ ਦਿਨ ਜਵਾਨ ਹੁੰਨੇ ਹੋ ਜਿਵੇਂ ਤੁਸੀਂ ਰੰਗ ਰੰਗ ਜਿਹੜੇ ਤੁਸੀਂ ਚੂਜ਼ ਕਰਦੇ ਜਿਵੇਂ ਪੱਗਾਂ ਦੇ ਰੰਗ ਜਾਂ ਜਿਵੇਂ ਅੱਜ ਤੁਸੀਂ 3D ਜੇ ਬਣੇ ਬੈਠਿਓ ਪੈਂਟ ਦਾ ਕਲਰ ਰਹਿਣਾ ਤੁਹਾਡਾ ਗ੍ਰੀਨ ਐ ਪੱਗ ਦਾ ਜਾਮਣੀ ਐ ਸ਼ਰਟ ਵਾਈਟ ਪਾਈ ਹੋਈ ਐ 50 ਗ੍ਰੀਨ ਲਾਈ ਹੋਈ ਐ ਅੱਗੇ ਵੀ ਮੈਂ ਦੇਖਦਾ ਬੜੇ ਰੰਗ ਬਰੰਗੇ ਜੇ ਕੱਪੜੇ ਪਾਉਣੇ ਦੇਖੋ ਗੱਲ ਐ ਕਿ ਕੁੜਤਾ ਪਜਾਮਾ ਦਾ ਸਾਡਾ ਚਟਾਈ ਰਹਿਣਾ ਹੂੰ ਹੁਣ ਦਾੜੀ ਕਦੇ ਕਾਲੀ ਨਹੀਂ ਕੀਤੀ ਇਹ ਚਟੀ ਰਹਿਣੀ ਐ ਜੀ ਜੋ ਹੈ ਮੈਂ ਹੂੰ ਹੁਣ ਤਾਂ ਸਿਰਫ ਥੋੜਾ ਬਹੁਤ ਕਲਰਸ ਨਾਲ ਪਲੇਅ ਅਪ ਕਰਨਾ ਉਹ ਪੱਗ ਗਿਆ ਜਾਂ 50 ਆ ਹੂੰ ਉਹਨਾਂ ਨਾਲ ਖੇਲ ਖੂਲ ਲਈਦਾ ਕਿਹੜਾ ਰੰਗ ਵਧੀਆ ਲੱਗਦਾ ਫੇਵਰਿਟ ਕਿਹੜਾ ਮੇਰੇ ਫੇਵਰਟ ਕਲਰ ਜਿਹੜਾ ਨਾ orange orange ਹਾਂ ਕਾਫੀ ਬੰਨੀ ਹੁੰਦੀ ਹੈ ਉਹ ਜਾਂ ਫਿਰ ਤੋਤਾ ਰੰਗਾ ਜਿਹੜਾ ਲੋਕ ਬੰਦਦੇ ਨਹੀਂ ਹੁੰਦੇ ਸੀ ਹੂੰ ਤੇ ਫਿਰ ਬੰਨਣਾ ਚਾਲੂ ਕੀਤਾ ਜ ਬੜਾ ਪਪੂਲਰ ਹੋਇਆ ਹਰ ਬੰਦਾ ਪਾ ਤੋਤਾ ਰੰਗੀ ਬੰਦਾ ਹੂੰ ਸੋ ਮੇਰੇ ਦੋ ਕਲਰ ਫੇਵਰਟ ਜਿਵੇਂ ਮੈਂ ਗੱਲ ਕੀਤੀ ਹੈ ਕਿ ਰਾਜਨੀਤੀ ਦੇ ਤਕੜੇ ਖਿਡਾਰੀ ਹੋ ਤੁਸੀਂ ਅਕਸਰ ਇਹ ਗੱਲ ਕਹੀ ਜਾਂਦੀ ਹੈ ਰਾਜਨੀਤੀ ਚ ਨਾ ਲੋਕ ਬੂਟੇ ਪੁੱਟ ਦਿੰਦੇ ਆ ਜੜਾਂ ਪੁੱਟ ਦੰਦੇ ਅਗਲੇ ਦੀਆਂ ਪਰ ਜਿੰਨਾ ਕ ਮੈਂ ਤੁਹਾਡੇ ਬਾਰੇ ਸੁਣਿਆ ਹੈ ਜਾਂ ਜਿੰਨਾ ਕ ਮੈਨੂੰ ਤੁਹਾਡੇ ਬਾਰੇ ਪਤਾ ਤੁਸੀਂ ਕਈਆਂ ਦੀਆਂ ਜੜਾਂ ਲਾਈਆਂ ਹਾਲਾਂਕਿ ਨਵਤੇ ਚੀਮਾ ਦੀ ਜੜ ਪੁੱਟੀ ਗਈ ਸੀ ਉਹ ਤੁਸੀਂ ਪੁੱਟੀ ਸੀ ਤੇ ਪਰ ਬਾਕੀਆਂ ਜਿਵੇਂ ਸਿੱਕੀ ਦੀ ਗੱਲ ਕਰਨਾ ਮੈਂ ਰਮਨਜੀਤ ਜਾਂ ਦੂਜੇ ਪਾਸੇ ਲਾਡੀ ਹੋਰਾਂ ਦੀ ਗੱਲ ਕਰਨਾ ਹੈ ਜਾਂ ਰਿੰਕੂ ਦੀ ਗੱਲ ਕਰਨਾ ਕਈਆਂ ਦੀਆਂ ਜੜਾਂ ਤੁਸੀਂ ਲਾਈਆਂ ਦੇਖੋ ਜ਼ਿੰਦਗੀ ਦੇ ਵਿੱਚ ਹਰ ਇਨਸਾਨ ਨੂੰ ਮੌਕਾ ਮਿਲਦਾ ਹੈ ਹੂੰ ਤੇ ਮੈਨੂੰ ਤੇ ਬਹੁਤ ਬੂਟੇ ਲਾਉਣ ਦਾ ਮੌਕਾ ਹੀ ਨਹੀਂ ਮਿਲਿਆ ਹੂੰ ਲੇਕਿਨ ਬਗੈਰ ਮੌਕੇ ਦੇ ਵੀ ਮੇਰੀ ਇੱਛਾ ਹੁੰਦੀ ਹੈ ਕਿ ਮੈਂ ਅੱਛਾ ਲੀਡਰ ਪੈਦਾ ਕਰਾਂ ਹੂੰ ਤੇ ਆਪਣੇ ਲੋਕ ਛੇ ਕਿ ਪੈਦਾ ਕੀਤੇ ਔਰ ਸਾਰੇ ਲਾਡੀ ਦੀ ਗੱਲ ਕਰ ਰਹੇ ਔਰ ਰਿੰਕੀ ਦੀ ਗੱਲ ਕਰ ਰਹੇ ਔਰ ਸਿੱਕੀ ਦੀ ਗੱਲ ਕਰ ਲੋ ਸਾਰੇ ਮੁੰਡੇ ਚੰਗੇ ਆ ਹੂੰ ਔਰ ਮੈਂ ਸਮਝਦਾ ਕਿ ਮਾਲਕ ਦੀ ਕਿਰਪਾ ਇਹ ਇਹ ਕਿਸੇ ਨਾ ਕਿਸੇ ਉਹਨਾਂ ਨੇ ਖੁਦ ਵੀ ਬਣ ਜਾਣਾ ਸੀ ਲੀਡਰ ਹਮ ਲੇਕਰ ਆਪਾਂ ਇੱਕ ਜ਼ਰੀਆ ਬਣੇ ਮੈਨੂੰ ਖੁਸ਼ੀ ਇਸ ਕਰਦੀ ਹਮ ਉਹ ਰਹੀ ਗੱਲ ਸੁਲਤਾਨਪੁਰ ਹਲਕੇ ਦੀ ਹਮ ਉਹਨੂੰ ਮੈਂ ਲੀਡਰ ਨਹੀਂ ਬਣਾਇਆ ਹਮ ਉਹਨੂੰ ਉੱਥੇ ਦੇ ਲੋਕਾਂ ਨੇ ਲੀਡਰ ਬਣਾਇਆ ਔਰ ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਏਗੀ ਕਿ ਅੱਜ 1.5 ਪੌਣੇ 2 ਸਾਲ ਦਾ ਰਾਜ ਹੋ ਗਿਆ ਹਾਂਜੀ ਰਾਜ ਕਿਸੇ ਦਾ ਹੋਵੇ ਲੋਕ ਚਾਹੇ ਅਕਾਲੀ ਦਲ ਦੇ ਹੋਣ ਚਾਹੇ ਕਿਸੇ ਹੋਰ ਪਾਰਟੀ ਦੇ ਹੋਣ ਉਹ ਅੱਜ ਵੀ ਰਾਣਾ ਇੰਦਰਪ੍ਰਤਾਪ ਨੂੰ ਜੁਆਇਨ ਕਰੇ ਤਾਂ ਇਹਦੇ ਨੂੰ ਮੈਨੂੰ ਹੋਰ ਵੱਡੀ ਖੁਸ਼ੀ ਕੀ ਹੋ ਸਕਦੀ ਯਾਰ ਮੇਰੇ ਖਿਆਲ ਨਾਲ ਚੰਗੇ ਕੰਮ ਕਰਨੇ ਚਾਹੀਦੇ ਆ ਲੋਕ ਬਹੁਤ ਸਿਣੇ ਆ ਪੰਜਾਬ ਦੇ ਥੋੜੀ ਬਹੁਤ ਦੇਰ ਤ ASCII ਇਹਨਾਂ ਨੂੰ ਕਰ ਸਕਦੇ ਆ ਲੇਕਿਨ ਜ਼ਿਆਦਾ ਦੇਰ ਅਸੀਂ ਬੇਬ ਕੁਝ ਨਹੀਂ ਬਣਾ ਸਕਦੇ ਰਾਣੇ ਦਾ ਬਚਪਨ ਕੀ ਹੋ ਜਾ ਸੀਗਾ ਜਿਵੇਂ ਹੁਣ ਹੁਣ ਲੋਕ ਜਿਵੇਂ ਰਾਣੇ ਨੂੰ ਦੇਖਦੇ ਆ ਰਾਣਾ ਗਰਜੀਤ ਇੱਕ ਦਵੰਗ ਲੀਡਰ ਰਾਣਾ ਗਰਜੀਤ ਜਿਹੜੀ ਗੱਲ ਦਿਲ ਚ ਹੁੰਦੀ ਆ ਕਹਿ ਦਿੰਦੇ ਆ ਇੱਕ ਮਤਲਬ ਸਟ੍ਰੇਟ ਫਾਰਵਰਡ ਜੇ ਨੇ ਰਾਣੇ ਦਾ ਬਚਪਨ ਕਿਹੋ ਜਿਹਾ ਸੀ ਵੀਰ ਮੇਰੇ ਮੈਂ ਜੰਗਲਾਂ ਚ ਜੰਮਿਆ ਬਾਜਪੁਰ ਜਦੋਂ ਮੈਂ ਜੰਮਿਆ ਨਾ ਜੀ ਉਦੋਂ ਸਾਡੇ ਘਰ ਨੂੰ ਸੜਕ ਵੀ ਨਹੀਂ ਜਾਂਦੀ ਸੀ ਬਿਜਲੀ ਵੀ ਨਹੀਂ ਸੀ ਜੰਗਲ ਸਿਗੇ ਮੇਰੇ ਪਿਤਾ ਜੀ ਮੇਰੇ ਤਾਇਆ ਜੀ ਰਾਣਾ ਜੋਗਿੰਦਰ ਸਿੰਘ ਜੀ ਉਹਨਾਂ ਦੀ ਕਿਰਪਾ ਹੋਈ ਸਾਡੇ ਪਰਿਵਾਰ ਦੀਆਂ ਦੁਬਾਰਾ ਜੜਾਂ ਲਾਉਣ ਦੀਆਂ ਔਰ ਉਥੇ ਮੈਂ ਜਮਿਆ ਪੜਿਆ ਫਿਰ ਪਬਲਿਕ ਸਕੂਲਸ ਮੈਂ ਜੈਮਨੂ ਮੇਰੇ ਮਾਤਾ ਪਿਤਾ ਨੇ ਭੇਜਿਆ ਉਥੇ ਮੈਂ ਪੜਦਾ ਪੜਦਾ ਰਿਹਾ ਤੇ ਬਹੁਤ ਛੋਟੀ ਉਮਰ 'ਚ ਮੈਨੂੰ ਇਹ ਸੀਗਾ ਕਿ ਮੈਂ ਜ਼ਿੰਦਗੀ 'ਚ ਆ ਵੀ ਕਰਨਾ ਮੈਂ ਉਹ ਵੀ ਕਰਨਾ ਮੈਂ ਫੈਕਟਰੀ ਵੀ ਲਾਉਣੀ ਆ ਮੈਂ ਕਾਰਖਾਨੇ ਲਾਉਣੇ ਆ ਤੇ ਜਦੋਂ ਸਕੂਲਿੰਗ ਤੋਂ ਬਾਅਦ ਹੀ ਕਾਲਜ ਗਿਆ ਮੈਂ ਤੋ ਯਾਰ ਚੱਲਿਆ ਚੱਲਿਆ ਨਹੀਂ ਗਿਆ ਮੈਂ ਵੀ ਝੂਠ ਨਹੀਂ ਬੋਲਣਾ ਹੂੰ ਕਿੱਥੇ ਕਾਲਜ ਕਿਹੜਾ ਸੀ ਤੁਹਾਡਾ ਇੱਥੇ ਜੀ ਮੈਂ ਪਹਿਲਾਂ ਖਾਲਸਾ ਕਾਲਜ ਜਲੰਧਰ 1 ਸਾਲ ਲਾਇਆ ਜੀ ਫਲਾਈਂਗ ਕੀਤੀ ਹੂੰ ਤੇ ਉਹਦੇ ਬਾਅਦ ਫਿਰ ਮੈਂ ਚੰਡੀਗੜ੍ਹ ਵੀ 1 ਸਾਲ ਲਾ ਕੇ ਵੇਖਿਆ ਹੂੰ ਕਿੱਥੇ ਯਾਰ ਮੈਂ ਤੋ ਪੜਿਆ ਨਹੀਂ ਗਿਆ ਕਿੱਥੇ ਨਾ ਪੁੱਛ ਮੇਰੇ ਦੋ ਦੋ ਤਿੰਨ ਤਿੰਨ ਕਾਲਜਾਂ 'ਚ ਮੈਂ ਐਡਮਿਸ਼ਨ ਨਹੀਂ ਸੀ ਉਹ ਕਿਉਂ ਈ ਬੱਸ ਯਾਰ ਉਧਾਂ ਹੀ ਲੈ ਲਈ ਕਿ ਵੀ ਇੱਧਰ ਨਹੀਂ ਉਧਰ ਹੋ ਜਾਊਗਾ ਕੰਮ ਲੇਕਿਨ ਕੰਮ ਤਾਂ ਪੜਨਾ ਹੀ ਹੋਣਾ ਸੀ ਹੂੰ ਕਲਾਸਾਂ ਜਾਣਨਾ ਹੋਣਾ ਸੀ ਤੇ ਇਹ ਮੇਰੀ ਕਮੀ ਰਹੀ ਆ ਲੇਕਨ ਫਿਰ ਮੈਂ ਜਾ ਕੇ ਖੇਤੀ ਕੀਤੀ ਹੂੰ ਤੇ ਖੇਤੀ ਕੀਤੀ ਸਿਰੇ ਦੀ ਹੂੰ ਟੈਕਨੀਕਲ ਖੇਤੀ ਕੀਤੀ ਸੀਡਲੈਂਡ ਡਵੈਲਪ ਕੀਤੀਆਂ ਨਵੀਆਂ-ਨਵੀਆਂ ਫਸਲਾਂ ਬੀਜੀਆਂ ਹੂੰ ਉਹਨਾਂ ਚ ਸਪਰੇ ਦੇ ਨਵੇਂ-ਨਵੇਂ ਸਿਸਟਮ ਬਣਾਏ ਹੂੰ ਲੋਕ ਵੇਖਦੇ ਸੀਗੇ ਲੋਕ ਫੋਲੋ ਕਰਦੇ ਸੀਗੇ ਔਰ ਜੇ ਗੰਨਾ ਬੀਜਿਆ ਤੇ ਗਨੇ ਚ ਕਿਵੇਂ ਅਸੀਂ ਮਸ਼ੀਨੀਕਰਨ ਕਰ ਸਕੀਏ ਉਹ ਗੱਲਾਂ ਕੀਤੀਆਂ ਮਰੇ ਮਾਲਕ ਮਿਹਰਬਾਨੀ ਰਹੀ ਯਾਰ ਸਾਰੀ ਉਮਰ ਹੂੰ ਜਿਸ ਕੰਮ ਨੂੰ ਹੱਥ ਪਾਇਆ ਲੋਕ ਮਗਰ ਮਗਰ ਤਰਦੇ ਸੀ ਫੋਲੋ ਕਰਦੇ ਸੀ ਤੇ ਉਹਦੇ ਬਾਅਦ ਬੜੀ ਧੀਰ ਦੀ ਤਮੰਨਾ ਸੀ ਜਦ ਮੈਂ ਸਕੂਲ ਚ ਪੜਹਾਉਂਦਾ ਸੀ ਸਾਡੇ ਨਾਲ ਨਾ ਰਾਮ ਗੜੀ ਸਿੰਘ ਜਾਦਾ ਇੰਡਸਟ੍ਰੀਅਲਿਸ ਸੀਗੇ ਜੀ ਐਫੀਏਟ ਕਾਰ ਤੇ ਹੁੰਦਿੰਦੇ ਸੀ ਹੂੰ ਵੱਡੇ ਵੱਡੇ ਏਰੀਆ ਲੈਣਾ ਦੇ ਡਰਾਈਵਰ ਹੁੰਦਾ ਇਹਨਾਂ ਦੇ ਨਾਲ ਹੂੰ ਤੇ ਇਹਨਾਂ ਦੇ ਘਰੇ ਜਾਣਾ ਤਾਂ ਬਾਹਰ ਖੁਖਰੀ ਵਾਲਾ ਕਾਲੀ ਟੋਪੀ ਪਾਪੇ ਨੇ ਪਾਈ ਹਣੀ ਤੇ ਖੁਖਰੀ ਲਾਈ ਹਣੀ ਉਹ ਇਹਨਾਂ ਦਾ ਗੇਟ ਖੋਲ ਲਾਂਦਾ ਸੀ ਮੇਰੇ ਫਾਦਰ ਅੰਬੈਸਡਰ ਕਾਰ ਚਾਉਂਦੇ ਸੀ ਇਹ ਫੀਟ ਚਾ ਮੈਨੂੰ ਫੀਟ ਚੰਗੀ ਲੱਗਦੀ ਸੀ ਪਤਾ ਨਹੀਂ ਕਿਉਂ ਤੇ ਮੇਰੇ ਫਾਦਰ ਹੁਣ ਸਾਡੇ ਇਲਾਕੇ ਦੀਆਂ ਸੜਕਾਂ ਦੇ ਹਿਸਾਬ ਨਾਲ ਅੰਬੈਸਡਰ ਸੂਟ ਕਰਦੀ ਸਨ ਜਾਂ ਜੀਪ ਸੂਟ ਕਰਦੀ ਸੀ ਤੇ ਅੰਬੈਸਡਰ ਤੇ ਉਹਨਾਂ ਨੇ ਸਕੂਲ ਸਾਨੂੰ ਮਿਲਣੇ ਆ ਲੈਣ ਆਉਣਾ ਤੇ ਮੈਂ ਕਹਣਾ ਯਾਰ ਆਪਾਂ ਵੀ ਫੀਟ ਤੇ ਚੜਾਂਗੇ ਆ ਇਹਨਾਂ ਦੇ ਘਰੇ ਜਾਣਾ ਮੈਂ ਯਾਰ ਆਪਣਾ ਵੀ ਗੇਟ ਖੋਲਿਆ ਕਰੂਗਾ ਇਹ ਨਹੀਂ ਕਿ ਸਾਡੇ ਕੋਲ ਨੌਕਰਾਂ ਦੀ 2-2 4-4 ਹਜ਼ਾਰ ਨੌਕਰ ਸੀ ਇਹ ਨਹੀਂ ਗੱਲ ਗੱਲ ਤੇ ਇੱਕ ਵੀ ਸਟਾਈਲ ਉਹ ਛੋਟਾ ਜਿਹਾ ਲਾਈਫਸਟਾਈਲ ਚਾਹੇ ਉਹਨਾਂ ਦਾ ਕਿੱਲੇ ਜੀ ਸਹੀ ਕਾਰੋਬਾਰ ਲੇਕਿਨ ਮੈਨੂੰ ਚੰਗਾ ਲੱਗਦਾ ਹੁੰਦਾ ਸੀਗਾ ਤੇ ਸਾਡੇ ਹਜ਼ਾਰਾਂ ਏਕੜ ਦੀ ਖੇਤੀ ਕਰਦੇ ਸੀ ਅਸੀਂ ਤੇ ਚੌਕੀਦਾਰ ਰਾਤ ਨੂੰ ਵੀ ਹੁੰਦੇ ਸੀਗੇ ਕਿ ਜਾਨਵਰ ਨਾ ਪਹਜੇਨ ਫਸਲ ਨੂੰ ਦਿਨ ਨੂੰ ਤੋਤੇੜਉਣ ਨਹੀਂ ਹੁੰਦੇ ਸੀਗੇ ਤੇ ਜਿੱਥੇ ਫਸਲ ਅਸੀਂ ਲੈ ਕੇ ਆਈਦੀ ਸੀ ਖਲਿਆਣ ਚ ਆਪਣੇ ਫਾਰਮ ਚ ਕੋਈ ਚੋਰੀ ਨਾ ਕਰੇ ਰਾਤ ਦੇ ਚੌਕੀਦਾਰ ਹੁੰਦੇ ਸੀਗੇ ਗੱਲ ਚਮਕੀਦਾਰਾਂ ਦੀ ਨਹੀਂ ਗੱਲ ਤੇ ਉਹ ਨਖਰੇ ਜਿਹੇ ਦੀ ਸੀ ਹੂੰ ਬਸ ਮਨ ਚ ਸੀ ਬਚਪਨ ਚ ਤੇ ਬੜੇ ਸਾਲ ਲੱਗੇ ਨਰਿੰਦਰ ਤਿਵਾੜੀ ਜੀ ਇੰਡਸਟਰੀ ਮਿਨਿਸਟਰ ਹੁੰਦੇ ਸੀਗੇ ਜੀ ਮੈਂ ਉਹਨਾਂ ਨੂੰ ਜਾ ਕੇ ਕਹਿਣਾ ਮੈਂ ਇੰਡਸਟਰੀ ਲਾਉਣੀ ਆ ਹੂੰ ਤੇ ਉਹਨਾਂ ਨੇ ਕਹਿਣਾ ਚੱਲ ਵੀ ਦੱਸ ਕਾਦੀ ਲਾਉਣੀ ਆ ਜੇ ਮੈਨੂੰ ਪਤਾ ਹੁੰਦਾ ਤਾਂ ਦੱਸਦਾ ਮੈਂ ਕੀ ਕੀ ਮੈਂ ਕਿਹੜੀਆਂ ਮੈਂ ਕਿਹੜਾ ਇੰਡਸਟਰੀਸ ਦਾ ਬੇਟਾ ਸੀ ਹੂੰ ਜਾਂ ਮੈਂ ਕਿਹੜਾ ਕੋਈ ਕੋਰਸ ਕੀਤਾ ਏ ਇੰਡਸਟਰੀ ਦਾ ਜਾਂ ਇੰਜੀਨੀਅਰ ਸੀਗਾ ਜੀ ਉਹਨਾਂ ਨੇ ਮੈਨੂੰ ਕਦੇ ਕਿਸੇ ਐਡੀਸ਼ਨਲ ਸੈਕਟਰੀ ਕੋ ਭੇਜ ਦੇਣਾ ਕਦੇ ਸੈਕਟਰੀ ਇੰਡਸਟਰੀਜ਼ ਕੋ ਭੇਜ ਦੇਣਾ ਕਰ ਗੱਲ ਮੁੱਕਦੀ ਇਹ ਆ ਉਹਨਾਂ ਨੂੰ ਕੋਈ ਕਸਰ ਨਹੀਂ ਰਹੀ ਬੜੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਮੈਂ ਹੀ ਕੁਝ ਨਹੀਂ ਕਰ ਪਾਇਆ ਫਿਰ ਉਹ ਫਾਈਨੈਂਸ ਮਿਨਿਸਟਰ ਇੰਡੀਆ ਦੇ ਰਹੇ ਜੀ ਤਦ ਵੀ ਮੇਤੋਂ ਕੁਝ ਨਹੀਂ ਹੋ ਪਾਇਆ ਫਿਰ ਮੈਂ 1988 ਚ ਅ 24 ਦਸੰਬਰ ਦੀ ਗੱਲ ਹੈ ਸ਼ਾਮੀ ਅਸੀਂ ਬੈਠੇ ਸੀ ਤਿੰਨ ਜਣੇ ਕਮਰ 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 ਵਿਜੇਪਾਲ ਸਿੰਘ ਜਨਰਲ ਵੀ ਕੇ ਸਿੰਘ ਹੈ ਨਾ ਇਹਨਾਂ ਦੇ ਸੋਹਰਾ ਜਨਰਲ ਵੀ ਕੇ ਸਿੰਘ ਦੀ ਧਰਮ ਪਤਨੀ ਮੇਰੇ ਨਾਲ 2 ਸਾਲ ਵੱਡੀ ਆ ਜੀ ਲੇਕਿਨ ਮੇਰੀ ਯਾਰੀ ਉਹਨਾਂ ਦੇ ਪਿਤਾ ਜੀ ਨਾਲ ਸੀ ਜੀ ਉਹਨਾਂ ਨੇ ਨਵੀਂ ਨਵੀਂ ਜ਼ਮੀਨ ਬਾਜਪੁਰ ਲਈ ਬਹੁਤ ਬਹੁਤ ਵਧੀਆ ਇਨਸਾਨ ਸਗੇ ਉਹ ਮੈਂ ਤਾਂ ਇੱਕ ਸਾਡਾ ਹੋਰ ਦੋਸਤ ਅਸਮੇਟੇ ਸੀ ਮੈਂ ਕਿਹਾ ਜੀ ਕਮਰ ਸਾਹਿਬ ਮੈਂ ਕੱਲ ਇਥੋਂ ਬਾਜਪੁਰ ਛੱਡ ਦੇਣਾ ਹੂੰ ਕਹਿੰਦੇ ਯਾਰ ਮੈਂ ਦਿੱਲੀ ਛੱਡ ਕੇ ਬਾਜਪੁਰ ਆਇਆ ਹੂੰ ਤੇ ਫਿਰ ਮੈਂ ਵੀ ਜ਼ਮੀਨ ਵੇਚ ਦਊਂਗਾ ਮੈਂ ਇੱਥੇ ਕੀ ਕਰਨਾ ਤੂੰ ਸਾਡਾ ਮਿੱਤਰ ਐਂ ਜੇ ਤੂੰ ਹੀ ਚਿਰੇ ਗੱਲ ਡੇਢ ਦੋ ਸਾਲ ਦੀ ਮਿੱਤਰਤਾ ਸੀ ਜੀ ਜੀ ਮੈਂ ਕਹਿੰਦਾ ਜੀ ਮੈਂ ਆਪਣੀ ਬਿਹਤਰੀ ਲਈ ਮੈਂ ਇੱਥੇ ਤਰੱਕੀ ਨਹੀਂ ਕਰ ਸਕਦਾ ਹੂੰ ਹੁਣ 4 4000 5 5000 ਏਕੜ ਦੀ ਸੀਡ ਪ੍ਰੋਡਕਸ਼ਨ ਐ ਮਟਰ ਦਾ ਵੀ ਅਸੀਂ ਬੀਜ ਦੇ ਸਕੇ ਹੂੰ ਸੋਇਆਬੀਨ ਦਾ ਵੀ ਅਸੀਂ ਬਣਾਉਂਦੇ ਸਕੇ ਕਣਕ ਝੋਨਾ ਮੱਕੀ ਦਾਲਾਂ ਚਾਹੇ ਮਸਰ ਤੇ ਚਾਹੇ ਚਨੇ ਇਹ ਸਾਰੀਆਂ ਅਸੀਂ ਸੀਡ ਪ੍ਰੋਡਿਊਸਰ ਸੀ ਪਹਿਲਾਂ ਸੀ ਟ੍ਰਾਈਡ ਡਵੈਲਪਮੈਂਟ ਕਾਰਪੋਰੇਸ਼ਨ ਜਿਹੜੀ ਹੈ ਨਾ ਟੀਡੀਸੀ ਉਹ ਕਿਸਾਨਾਂ ਦੀ ਇੱਕ ਬੜੀ ਅੱਛੀ ਸਸਤਾ ਬਣਾਈ ਗਈ ਸੀ ਮੇਰੇ ਫਾਦਰ 15 ਸਾਲ ਉਹਦੇ ਡਾਇਰੈਕਟਰ ਰਹੇ ਜੀ ਕਈ ਵਾਰਾਂ ਨੂੰ ਪੋਸਟ ਹੀ ਰਹੇ ਲੋਕ ਬੰਦੇ ਸੀ ਤੇ ਉੱਥੋਂ ਆਈਡੀਆ ਲੈ ਲਿਆ ਮੈਂ ਸੀਡ ਦਾ ਅਸੀਂ ਆਪਣੇ ਰਾਣਾ ਸੀਡਸ ਦੇ ਨੋਤੇ ਅੱਜ ਤਾਈਂ ਸੀਡ ਦੀ ਪੈਕਿੰਗ ਕਰੀ ਦਿਆ ਸਰਟੀਫਾਈ ਕਰਾਈ ਦਾ ਹੈ ਤੇ ਮੇਰਾ ਕਹਿਣ ਦਾ ਮਤਲਬ ਹੈ ਖੇਤੀ ਵਾਲੋਂ ਕੋਈ ਕਮੀ ਨਹੀਂ ਸੀ ਲੇਕਿਨ ਮਨ ਸੀ ਕਿ ਮੈਂ ਇੰਡਸਟ੍ਰੀਇਸਟ ਬਣਨਾ ਔਰ ਮੈਂ ਬਾਜਪੁਰ ਰਹਿ ਕੇ ਕਦੋਂ-ਕਦੋਂ ਸੋਚਿਆ ਸੀਗਾ ਇਹ ਜਦੋਂ ਮੈਂ ਜਦੋਂ ਮੈਂ 8ਵੀਂ ਚ ਪੜਦਾ ਸੀ ਯਾਰ 8ਵੀਂ ਚ ਪੜ੍ਹਦੇ ਜਦੋਂ ਉਹਨਾਂ ਦੇ ਏਰੀਆ ਲੋਏਦਾ ਸੀ ਨਾ ਹਾਂ 12 ਬੱਧਾ 8 8 10 10 ਫੁੱਟ ਉੱਚੇ ਮੈਂ ਮੈਂ ਵੀ ਇਦਾਂ ਦਾ ਬਣੂੰਗਾ ਮੈਂ ਵੀ ਚਿਮਨੀ ਚਿਮਨੀ ਲਾਉਣੀ ਆ ਹਾਂ ਤੇ ਯਾਰ ਰਾਜਨੀਤੀ ਜੀ ਯਾਰ ਕਿਵੇਂ ਮਤਲਬ ਬਣਨਾ ਤਾਂ ਇੰਡਸਟ੍ਰੀਇਸਟ ਸੀਗਾ ਬਣਨਾ ਇੰਡਸਟ੍ਰੀਇਸਟ ਸੀ ਮੈਂ ਇੰਡਸਟ੍ਰੀਇਸਟ ਬਣਿਆ ਹਾਂ ਫਿਰ ਮੈਂ ਘਰ ਛੱਡ ਕੇ ਆ ਗਿਆ ਹਾਂ ਇਹ ਤੇ ਪ੍ਰਤਾਪ ਬਾਜਵਾ ਮੈਨੂੰ ਮਿਲਣ ਗਿਆ ਹੂੰ ਤੇ ਆਪਣਾ ਬੇਲੀ ਸੀ ਪੁਰਾਣਾ ਜੀ ਤੇ ਇਹਨੇ ਵੀ ਹਲਾਸ਼ੇਰੀ ਦਿੱਤੀ ਆ ਜਾ ਬਾਦਲ ਸਾਹਿਬ ਵੀ ਮੈਨੂੰ ਬੜੀ ਹਲਾਸ਼ੇਰੀ ਦੇ ਦਿੰਦੇ ਸੀ 83 84 ਦੇ ਵਿੱਚ ਹੂੰ ਬਾਦਲ ਸਾਹਿਬ ਮੈਨੂੰ ਅ ਲੁਧਿਆਣਾ ਸਰਾਬਨਗਰ ਚ 2 1/2 ਪੌਣੇ 3 ਏਕੜ ਦਾ ਪਲਾਟ ਸੀ ਉਹਨੇ ਆਕਸ਼ਨ ਹੋਣਾ ਸੀ ਹੂੰ ਤੇ ਕਹਿੰਦੇ ਯਾਰ ਇਹ ਪਲਾਟ ਲੈ ਲਾ ਹੂੰ ਤੇ ਚਲੋ ਖੈਰ ਉਹ 34 ਲੱਖ ਰੁਪਏ ਦਾ ਗਿਆ ਹੂੰ ਲੇਕਿਨ ਉਹਦੇ ਥੱਲੇ ਦੀ ਸੀ ਵੀ ਸੀ ਕੈਂਸਲ ਹੋ ਗਿਆ ਮੈਂ ਉਹਦੋਂ ਨਹੀਂ ਕਰ ਪਾਇਆ ਹੂੰ ਕੋਈ ਬਾਦਰ ਸਾਹਿਬ ਨਾ ਬੜੇ ਮੇਰੀ ਬਾਜਪੁਰ ਦੇ ਵਿੱਚ ਕਾਂਗਰਸੀਆ ਨਰਿੰਦਰ ਦਿਵਾਰੀ ਦੇ ਬੰਦੇ ਲੇਕਿਨ ਅਸੀਂ ਸਤਿਕਾਰ ਇਹਨਾਂ ਦਾ ਪੂਰਾ ਕਰੀਦਾ ਹੁੰਦਾ ਸੀਗਾ ਉਹ ਨਹੀਂ ਕੋਈ ਗੱਲ ਹੈ ਦੇਖੋ ਦਿਸ ਇਜ਼ ਅਬੋਵ ਇਨਸਾਨੀਅਤ ਵੀ ਕੋਈ ਚੀਜ਼ ਆ ਬਜ਼ੁਰਗਾਂ ਦੀ ਇੱਜ਼ਤ ਵੀ ਕੋਈ ਚੀਜ਼ ਆ ਸਾਡੇ ਸੂਬੇ ਦਾ ਮੁੱਖ ਮੰਤਰੀ ਸੀ ਅਸੀਂ ਉਹਦੀ ਇੱਜ਼ਤ ਕਰੀਦੀ ਸੀ ਲੇਕਿਨ ਇਹ ਗੱਲਬਾਤ ਹੁੰਦੀ ਰਹਿੰਦੀ ਸੀ ਮੇਰੀ ਮੇਰੀ ਕਾਫੀ ਸਮੇਂ ਤਾਈਂ ਜਾਂਦੇ ਮੈਂ ਇਹਨਾਂ ਨਾਲ ਚਲੋ ਉਹ ਨਹੀਂ ਮੈਂ ਗੱਲ ਕਰਨੀ ਮੈਂ ਇਹਨਾਂ ਨਾਲ ਨਾਰਾਜ਼ ਹੋ ਕੇ ਆ ਗਿਆ 1999 ਚ ਬਾਦਲ ਸਾਹਿਬ ਨਾਲ 1999 ਚ ਆਦਰਵਾਇਜ਼ ਹਮ ਪੱਕੇ ਕਾਂਗਰਸੀ ਐ ਜੱਦੀ ਕਾਂਗਰਸੀ ਐ ਕੇਸੀ ਪੰਤ ਕੀ ਨਰਿੰਦਰ ਤਿਵੜੀ ਕੀ ਇਹ ਸਾਡੇ ਆਪਣੇ ਤੇ ਮੇਰੇ ਪਿਤਾ ਜੀ ਕਾਂਗਰਸੀ ਐ ਹਮ ਮੈਂ ਵੀ ਕਾਂਗਰਸ ਚ ਇਥੇ ਸਾਰੇ ਸਾਰਿਆਂ ਨੂੰ ਪੁੱਛ ਲਓ ਹੁਣ ਠੀਕ ਐ ਕਈ ਵਾਰ ਸਿਆਸਤ ਦਾ ਬੰਦਾ ਆ ਜਾਂਦਾ ਨਾ ਉਹਨੂੰ ਅਗਲਾ ਕਹਿੰਦਾ ਇੰਡਸਟ੍ਰੀਅਲਿਸਟ ਆ ਯਾਰ ਇੰਡਸਟ੍ਰਸਟ ਵੀ ਐਗਾ ਜੀ ਮੈਂ ਖੇਤੀ ਵੀ ਕੀਤੀ ਆ ਤੇ ਇਹਨਾਂ ਸਾਰਿਆਂ ਨੂੰ ਮੈਂ ਦੱਸਣਾ ਚਾਹੂੰਗਾ ਵੀਰਾਂ ਨੂੰ ਆਪਣੇਆਂ ਨੂੰ ਕਿ ਜਮੰਦਰੂ ਕਾਂਗਰਸੀਆਂ ਮੈਂ ਤੇ ਚਲੋ ਇਹ ਗੱਲਾਂ ਵੱਖਰੀਆਂ ਗੱਲ ਹੈ ਕਿ ਵੀ ਮੈਂ ਬਾਜਪੁਰ ਛੱਡ ਦਿੱਤਾ ਬਾਜਪੁਰ ਛੱਡ ਕੇ ਚੰਡੀਗੜ੍ਹ ਮੇਰੇ ਕੋਲ ਕਰ ਸੀ ਤੇ ਮੈਂ ਉਹ ਕਰ ਚ ਆ ਗਿਆ ਅੱਜ ਜਿੱਥੇ ਆਪਾਂ ਬੈਠੇ ਆ ਨਹੀਂ ਇਹ ਨਹੀਂ ਮੇਰੇ ਕੋਲ ਇੱਕ ਨਾਲ ਦਾ ਕਰ 725 ਨੰਬਰ 11 ਸੈਕਟਰ ਅੱਛਾ ਜੀ ਉਹ ਮੇਰੇ ਕੋਲ ਹੁੰਦਾ ਸੀਗਾ ਹੁਣ ਤੇ ਉਹ ਮੈਂ ਵੇਚ ਦਿੱਤਾ ਕਿ ਉਹ ਵੀ ਮੈਂ ਤਾਂ ਦਾ ਤੂੰ ਕਿਦਾਂ ਵੇਚਿਆ ਪੈਸੇ ਘਟ ਗਏ ਸੀ ਯਾਰ ਹੂੰ ਤੇ ਹੋਇਆ ਇਹ ਕਿ ਲੋਕੀ ਤਾਂ ਆਏ ਆਂਦੇ ਰਾਣੇ ਕੋਲੇ ਪੈਸੇ ਬਹੁਤ ਆ ਤੇ ਪੈਸੇ ਆਏ ਕਿਵੇਂ ਮਤਲਬ ਜਿਹੜੇ ਕਈ ਤਾਂ ਆਏ ਆਂ ਕਈ ਤਾਂ ਕਾਂਗਰਸੀ ਵਿੱਚੋਂ ਆਂਦੇ ਤੁਹਾਡਾ ਵਿਰੋਧ ਕਰਦੇ ਖੱਡਾ ਖੱਡਾ ਮਾਵਾ ਪਟੀਆਂ ਕਹਿੰਦੇ ਖੱਡਾ ਪਟਣ ਵਾਲੇ ਦਾ ਤਾਂ ਕੋਈ ਨੋਇ ਨਹੀਂ ਲੈਂਦਾ ਹੈ ਰਾਣੇ ਦੇ ਬੰਦਿਆਂ ਨੇ ਮੈਂ ਕੋਟ ਕਰ ਰਿਆਂ ਕਿ ਰਾਣੇ ਦੇ ਬੰਦਿਆਂ ਨੇ ਜਿਹੜੇ ਮੇਰੇ ਮਿੱਤਰ ਸੀਗੇ ਉਹਨਾਂ ਨੇ ਆਕਸ਼ਨ ਦਿੱਤੀ ਉਹਨਾਂ ਨੇ ਸੋਚਿਆ ਕਿ ਬੀ ਬਹੁਤ ਫਾਇਦਾ ਉਹਨਾਂ ਨੇ 4 6 ਕੀਮਤ ਦਿੱਤੀ ਤੇ ਜਿਹੜਾ ਬੋਲਦਾ ਸੀ ਅੱਛਾ ਉਹਦੇ ਚੋਂ ਚਮਚਾਰ ਰੇਤੇ ਦਾ ਕਿਸੇ ਨੇ ਕੱਢਿਆ ਨਹੀਂ ਨਿਕਲਿਆ ਉਹ ਖੜ ਤਾ ਉੱਥੇ ਖਤਮ ਹੋ ਗਈ ਤੇ ਰਾਣੇ ਨੇ ਖੜ ਚੁ ਪਏ ਕਿੱਥੇ ਕਿੱਦਾਂ ਕਮਾ ਲਏ ਨਹੀਂ ਦੱਸੋ ਰਾਣੇ ਇੱਕ ਮਿੰਟ ਪਹਿਲਾਂ ਮੇਰੀ ਗੱਲ ਕੰਪਲੀਟ ਹੋ ਲੈਣ ਦਿਓ ਉਹਦੇ ਬਾਅਦ ਉਹ ਬਾਈ ਆਦ ਬੰਦਾ ਦੁਬਾਰਾ ਬੋਲਿਆ ਨਹੀਂ ਬੋਲਿਆ ਕੀ ਉਹਦੇ ਬਾਅਦ ਕਿਸੇ ਨੇ ਮੈਂ ਤਾਂ ਮੇਰੇ ਬੰਦੇ ਨੇ ਕੀਤਾ ਮੈਨੂੰ ਇਹ ਚ ਕੋਈ ਸੰਗ ਨਹੀਂ ਕਹਿਣ ਦੀ ਥੋੜੇ ਬੰਦਿਆਂ ਨੇ ਕੀਤਾ ਹਾਂ ਸਾਡੇ ਬੰਦੇ ਆ ਕੈਪਟਨ ਦਾਵਾ ਕੌਣ ਹੈ ਮੇਰਾ ਹੀ ਆ ਹੂੰ ਮੈਂ ਹੁਣ ਤੁਸੀਂ ਮੇਰੀ ਕਿਸੇ ਨਾ ਮਿੱਤਰਤਾ ਹੋਵੇ ਹੂੰ 40 40 ਸਾਲ ਦੇ ਬਾਜਪੁਰ ਦੇ ਨਾਲ ਲੱਗੇ ਹੋਣ ਹੂੰ ਜੇ ਉਹ ਕੋਈ ਕਾਰੋਬਾਰ ਕਰ ਲੈਣ ਤਾਂ ਮੈਂ ਕੀ ਕਹਾਂ ਕਿ ਨਹੀਂ ਮੇਰੇ ਬੰਦੇ ਉਹ ਬੰਦੇ ਮੇਰੇ ਸੀ ਹੂੰ ਲੇਕਿਨ ਕਾਰੋਬਾਰ ਉਹਨਾਂ ਦਾ ਸੀ ਐਦਾਂ ਤਾਂ ਪੌਂਟੀ ਚੱਡੇ ਨੇ ਸ਼ਰਾਬੀ ਵੇਚੀ ਇੱਥੇ ਸ਼ਰਾਬ ਦੇ ਠੇਕੇ ਵੀਰੇ ਤਾਂ ਕੀ ਮੈਂ ਹਿੱਸੇਦਾਰ ਸੀ ਉਹਦਾ ਇਹ ਨਹੀਂ ਗੱਲ ਹੁੰਦੀ ਗੱਲ ਕਰਾਂਗੇ ਸੱਚੀ ਉਹਦੇ ਬਾਅਦ ਜ਼ਿੰਦਗੀ ਦੇ ਵਿੱਚ ਸੱਤਾਂ ਸਾਲਾਂ ਚ ਕੀ ਰੇਤਾ ਨਿਕਲਣਾ ਬੰਦ ਹੋ ਗਿਆ ਅਹੀਂ ਤਾਂ ਸਾਡੇ ਬੰਦਿਆਂ ਨੇ ਤਾਂ ਕੱਢਿਆ ਵੀ ਨਹੀਂ ਇੱਕ ਚਮਚਾ ਹੂੰ ਤੇ ਉਹਦੇ ਬਾਅਦ ਉਹ ਬੰਦਾ ਬੋਲਿਆ ਕਿਸੇ ਤੇ ਤੁਸੀਂ ਕ੍ਰੈਡੀਬਿਲਟੀ ਵੇਖੋ ਪੰਜਾਬ ਦੇ ਰਖਵਾਲੇ ਚਲੋ ਛੱਡੀਆ ਰਿਹਾ ਇਸ ਗੱਲ ਨੂੰ ਆਪਾਂ ਇਹ ਆਪਣੇ ਤੇ ਆਈਆ ਕਿ ਆਪਾਂ ਆਪਣੀ ਦੀ ਰਾਣੇ ਕੋਲੇ ਇੰਨੇ ਪੈਸੇ ਕਿਵੇਂ ਆਏ ਮਤਲਬ ਐਡਾ ਕਾਰੋਬਾਰ ਐਡਾ ਤਾਮਜਾਮ ਹਨ ਮਤਲਬ ਕਿਵੇਂ ਸਾਰਾ ਸਟ੍ਰੈਗਲ ਜਿਹੜੀ ਬਜ਼ੁਰਗਾਂ ਦੀ ਸਟ੍ਰੈਗਲ ਤੁਸੀਂ ਪਹਿਲਾਂ ਦੱਸ ਰਹੇ ਸੀ ਮੈਂ ਕਹਿੰਦਾ ਉਹ ਵੀ ਹਨਾ ਆਪਾਂ ਗੱਲ ਕਰੀਏ ਕਿ ਲੋਕਾਂ ਨੂੰ ਮਤਲਬ ਹਾਂ ਇੱਕ ਪਰਸੈਪਸ਼ਨ ਰਾਣੇ ਦੀ ਹੈ ਨਾ ਵੀ ਰਾਣੇ ਖੱਡਾ ਪੱਟੀਆਂ ਰਾਣੇ ਕੋਲੇ ਇੰਨੇ ਪੈਸੇ ਕਿੱਥੋਂ ਆਈਆਂ ਹਾਂ ਖੱਡਾ ਹੋਂ ਤੋਂ ਪਹਿਲਾਂ ਸੱਤ ਮੇਲਾ ਮੇਰ ਕੋ ਹੂੰ ਜਦੋਂ ਖੱਡਾ ਦੀ ਗੱਲ ਚਰਚਾ ਹੀ ਉਹ ਤਾਂ ਮੈਨੂੰ ਡੀਫੇਮ ਕਰ ਲਈ ਕੀਤਾ ਗਿਆ ਹੂੰ ਔਰ ਲੋਕ ਸੋਚਦੇ ਆ ਪਰਸੈਪਸ਼ਨ ਥ੍ਰੈਟ ਹਮ ਤੇ ਮਲਾਇਨ ਕਰੋ ਇਹਨੂੰ ਹਮ ਤੇ ਉਹਦੇ ਬਾਅਦ ਜਿਹੜੇ ਖੱਡਾਂ ਦੇ ਪੈਸੇ ਕੀ ਮੰਤਰੀ ਕੀ ਮੁੱਖ ਮੰਤਰੀ ਹਮ ਉਹਨਾਂ ਨੂੰ ਕਿਸੇ ਨੇ ਕਿਹਾ ਹਮ ਬਈ ਉਹ ਉਹ ਦੀ ਗੱਲ ਕਰੋ ਹਮ ਇਹਨੇ ਤਾਂ ਚਮਚਾ ਵੀ ਨਹੀਂ ਪਟਿਆ ਈਡੀ ਨੇ ਮੇਰੇ ਮੇਰਾ ਸਾਰਾ ਕੁਝ ਵੇਖ ਲਿਆ ਹਮ ਇਨਕਮ ਟੈਕਸ ਵਾਲੇ ਨੇ ਮੇਰਾ ਵੇਖ ਲਿਆ ਹਮ ਠੀਕ ਹੈ ਕੋਈ ਲਿੰਕ ਨਹੀਂ ਨਿਕਲਿਆ ਕਿਉਂਕਿ ਰਾਜਨੀਤੀ ਚ ਕਿਹਾ ਜਾਂਦਾ ਨਾ ਇੱਕ ਮਿੰਟ ਹਮ ਜਿਹੜੇ ਬੰਦੇ ਮੇਰੇ ਤੇ આરોਪ ਲਾਉਂਦੇ ਹਮ ਉਹਨਾਂ ਬੰਦਿਆਂ ਦੇ ਉੱਤੇ ਈਡੀ ਨੇ ਡਰੱਗ ਦੇ ਕੇਸ ਚ ਉਹਨਾਂ ਨੂੰ ਕੀਤਾ ਆ ਇਹ ਵੀ ਕਹਿੰਦੇ ਨਾਜਾਇਜ਼ ਆ ਉਹ ਵੀ ਕਹਿੰਦੇ ਨਜਾਇਜ਼ ਆ ਆਪ ਉਹ ਨਾ ਆਪ ਜੋ ਉਹਨਾਂ ਤੇ ਹੋ ਰਿਹਾ ਉਹ ਨਜਾਇਜ਼ ਆ ਜੋ ਰਾਣੇ ਨੇ ਕੀਤਾ ਉਹ ਠੀਕ ਹੈ ਤੇ ਚਲੋ ਐ ਹੀ ਮੰਨ ਲੈਂਦੇ ਆ ਹਮ ਲੇਕਿਨ ਗੱਲ ਆ ਕਿ ਵੀ ਰਾਣੇ ਨੇ ਹਮ ਉਹ ਰਾਣੇ ਦੇ ਪਰਿਵਾਰ ਨੇ ਹਮ ਜੋ ਕੁਝ ਬਣਾਇਆ ਮਿਹਨਤ ਕਰਕੇ ਬਣਾਇਆ ਕਿਉਂਕਿ ਪੇਪਰ ਮਿਲ ਇੱਕ ਮਿੰਟ ਜੀ ਪੇਪਰ ਮਿਲ ਲਈ ਜੀ ਪੇਪਰ ਮਿਲ ਚਲਾਈ ਉਹ ਮੇਰੇ ਪਤੀ ਜਨ ਚਲੇ ਗਏ ਹਮ ਆਤਵਾਦ ਦਾ ਸਿਰਾ ਸੀ ਹਮ ਚੌਂਕ ਮੈਂ ਤੇ ਕੋਈ ਜਾਣਦਾ ਨਹੀਂ ਸੀ ਹਮ ਤੇ ਵੀਪੀ ਸਿੰਘ ਦਾ ਰਾਜ ਸੀ ਹੂੰ ਵੀਪੀ ਸਿੰਘ ਇੱਕ ਲਾਇਸੈਂਸ ਸਾਡੇ ਬਾਰਡਰ ਜ਼ਿਲ੍ਹੇ ਚ ਦੇ ਹੈ ਅੰਮ੍ਰਿਤਸਰ ਚ ਜੀ ਤਿੰਨ ਚਾਰ ਵਾਰ ਐਡਵਰਟਾਈਜ਼ ਕੀਤਾ ਕਿਸੇ ਨੇ ਨਹੀਂ ਲਿਆ ਹੂੰ ਤੇ ਮੈਂ ਯਾਰ ਮੈਂ ਹੁਣ ਤੁਸੀਂ ਕਹੋਗੇ ਵੀ ਸ਼ੂਗਰ ਮਿਲ ਕਿਉਂ ਲਈ ਪਹਿਲਾਂ ਤਾਂ ਸ਼ੂਗਰ ਮਿਲ ਤੇ ਆ ਜਾ ਫੇਰ ਅੱਗੇ ਆ ਜਾਊਗਾ ਹੂੰ ਜਦ ਮੈਂ ਪੜਦਾ ਹੁੰਦਾ ਸੀ ਨਾ ਯਾਰ ਛੇੜ ਮੇਰੀ ਕਲੇਮੈਂਟਾਊਨ ਜੀ ਤੇ ਮੇਰੀ ਮਾਂ ਮੈਂ ਪਤਲਾ ਜਾਂਦਾ ਸੀ ਤੇ ਮੇਰੀ ਮਾਤਾ ਨੂੰ ਇਹ ਸੀ ਕਿ ਮੇਰਾ ਮੁੰਡਾ ਤਾਂ ਹੱਟਾ ਕੱਟਾ ਤਗੜਾ ਪਲਵਾਨ ਫਿਰ ਥੋੜਾ ਟਕੜਾ ਹੋਇਆ ਤੇ ਮੈਂ ਸੋਚਿਆ ਬਿਲਕੁਲ ਸਿੰਗਲ ਹੱਡੀ ਤੇ ਸਾਡੇ ਬਾਜਪੁਰ ਸ਼ੇਡ ਮੀਜ਼ ਖੁੱਲ ਗਿਆ ਮੇਰੇ ਮਾਤਾ ਨੇ ਕਿਹਾ ਵੀ ਆਪਾਂ ਬੋਰਡਿੰਗ ਚ ਮੁੰਡਾ ਪਾਇਆ ਇਹਨੂੰ ਲਿਆਓ ਇੱਥੇ ਕਰੋ ਰੋਟੀ ਖਾ ਕੇ ਚਾਉ ਦੇਖ ਰੇ ਕਾਪਾ ਕਰਾਂਗੇ ਚੰਗਾ ਖਵਾਵਾਂਗੇ ਹਾਂਜੀ ਚ ਸਕੂਲ ਸਕੂਲ ਪੜਾਈ ਉਹੋ ਜੀ ਸ਼ੇਡ ਮੀਜ਼ੀ ਉੱਥੇ ਜਿੱਥੇ ਜਿਉ ਜੀ ਇੱਥੇ ਤੇ ਮੈਨੂੰ ਵਾਪਸ ਲਿਆ ਗਿਆ ਮੈਂ ਤੀਜੀ ਚ ਆ ਗਿਆ ਜੀ ਜਦੋਂ ਮੈਂ ਤੀਜੀ ਚ ਆ ਗਿਆ ਸਾਹਮਣੇ ਸ਼ੁਗਰ ਮਿਲ ਹੁੰਦੀ ਸੀ ਸਾਡੇ ਟਰੱਕ ਟਰਾਲੀਆਂ ਪੰਜ ਸੱਤ ਤਾਂ ਹੁੰਦੇ ਹੀ ਸੀ ਖੜੇ ਜੀ ਤੇ ਮੈਂ ਉਥੋਂ ਭਜਣਾ ਸਕੂਲ ਸਕੂਲ ਟਪਣਾ ਤੇ ਸ਼ੂਗਰ ਮਿਲ ਚ ਘੁੰਮਣਾ ਹੂੰ 6 ਮਹੀਨੇ ਤੱਕ ਮੈਂ ਸ਼ੂਗਰ ਮਿਲ ਚ ਹੀ ਰਹਿੰਦਾ ਸੀ ਹੂੰ ਤੇ ਹਾਜ਼ਰੀ ਲਾਦੇ ਨਹੀਂ ਸੀ ਉਹਦੇ ਬਾਦ ਉਧਰ ਤੇ ਪੜ੍ਹਾਈ ਛੜਾਈ ਤਾਂ ਆਪਣੀ ਗਈ ਉਦੋਂ ਹੀ ਤੇ ਉਹ ਮੇਰੇ ਮਨ ਚ ਸੀ ਸ਼ੂਗਰ ਮਿਲ ਤੇ ਦੂਸਰੀ ਗੱਲ ਸ਼ੂਗਰ ਮਿਲ ਲਾਇਸੈਂਸਡ ਆਈਟਮ ਸੀ ਹੂੰ ਦਿਲ ਸਾਂਸ ਜਿਹੜਾ ਸੀ ਅ ਬੜਾ ਔਖਾ ਮਿਲਦਾ ਸੀ ਤੇ ਇਹ ਲਾਇਸੈਂਸ ਨਹੀਂ ਸੀ ਤੇ ਸਾਡਾ ਮਿੱਤਰ ਸੀ ਇੱਕ ਮੈਂ ਯਾਰ ਲਾਇਸੈਂਸ ਤਾਂ ਮਿਲਦਾ ਦਿਲ ਕਰਦਾ ਲੋਕਾਂ ਦੇ ਸ਼ੂਗਰ ਮਿਲਾਂ ਦੀਆਂ ਪਰਚੀਆਂ ਉਡਿਖਦੀ ਹੁੰਦੀ ਸੀ ਪੰਜ ਆਈਆਂ ਸੱਤ ਆਈਆਂ ਇਹ ਜੇ 10 ਆ ਜਾਣ ਤਾਂ ਬਹੁਤ ਵਧੀਆ ਹਜ਼ਾਰ ਕੁੰਟਰ ਰੋਜ਼ ਕਰਨਾ ਸੀ ਟੀਏ ਮੈਂ ਕਿਹਾ ਇੱਥੇ ਯਾਰ ਆਪਾਂ ਪਰਚੀਆਂ ਦੇ ਆ ਕਰਾਂਗੇ ਲੋਕਾਂ ਨੂੰ ਬਾਹ ਹੀ ਗੱਲ ਤੋਂ ਵੈਸੀ ਤੇ ਮੌਕਾ ਮਿਲਿਆ ਤੇ ਉਹਨਾਂ ਨੇ ਮੈਂ ਸਲਾਹ ਕੀਤੀ ਕਹਿੰਦਾ ਬਰਾੜ ਸੀ ਲਾਲ ਪੱਗ ਵਾਲਾ ਰਿਸ਼ਤੇ ਕਰਾਉਂਦਾ ਹੁੰਦਾ ਸੀ ਜੀ ਅਵਤਾਰ ਸਿੰਘ ਉਹ ਕਹਿੰਦਾ ਯਾਰ ਜੇ ਇਹ ਸੌਖਾ ਹੋਵੇ ਕੰਮ ਅਤਵਾਦ ਨਾ ਹੋਵੇ ਹੂੰ ਤੇ ਉਹ ਸਵਾਲ ਗੁਪਤਾ ਅਗਰਵਾਲ ਹੈ ਕੋਈ ਇਹੋ ਜਿਹਾ ਕਾਰੋਬਾਰੀ ਇੰਡਸਟਰੀਲਿਸਟ ਜਾਂ ਵਪਾਰੀ ਬੰਦਾ ਲਾਉ ਤੈਨੂੰ ਕਿਹਨੇ ਦੇਣਾ ਲਾਇਸੈਂਸ ਹੂੰ ਉਦੋਂ ਲਾਇਸੈਂਸ ਕਰ ਲਈ ਦੀ ਕੀਮਤ 50 ਲੱਖ ਰੁਪਏ ਹੁੰਦੀ ਸੀ ਤੇ ਮੈਨੂੰ ਮਿਲਦਾ ਸੀ ਫ੍ਰੀ ਚ ਕਿ ਉਹ ਲੈਂਦਾ ਕੋਈ ਨਹੀਂ ਸੀ ਪੰਜਾਬ ਐਗਰੋ ਨੇ ਸਾਡੇ ਨਾਲ ਹਿੱਸੇਦਾਰੀ ਕੀਤੀ ਆਪਾਂ ਯਾਰੋ ਉਹ ਇਹ ਆਉਦੇ ਕਿਹਨਾਂ ਤੌਹ ਦੇ ਕੱਪਾ ਮਿਲ ਲਾਤੀ ਬਿਕਰਮਜੀਤ ਸਿੰਘ ਆਈਐਸ ਆ ਉਹ ਕਹਿੰਦਾ ਤੂੰ ਸਾਡਾ ਸੱਜਣਾ ਯਾਰ ਤੂੰ ਚੱਲਿਆ ਕਿਤੇ ਰਹਿੰਦੋਂ ਕਿਤੇ ਹੋਰ ਲਾਇਸੈਂਸ ਦੇ ਦੇਾਂਗੇ ਉੱਥੇ ਨਾ ਜਾ ਮੈਂ ਕਿਹਾ ਜੀ ਹੁਣ ਅਰਦਾਸ ਹੋ ਚੁੱਕੀ ਆ ਹੁਣ ਸਿੰਗਲ ਹੋਣਗੇ ਤੇ ਲਾਇਏ ਸਾਨੂੰ ਕੋਈ ਪਰੇਸ਼ਾਨੀ ਨਹੀਂ ਆਈ ਜਿਉਂ ਬਾਬਾ ਬਾਬਾ ਤੇਗਪਾਦਰ ਸਾਹਿਬ ਦੇ ਮੱਥਾ ਟੇਕਿਆ ਉਹ ਬਾਬਾ ਤੇਗਪਾਦਰ ਸਾਹਿਬ ਦੀ ਚਰਨਛੂ ਧਰਤੀ ਆ ਉਹਨਾਂ ਦਾ ਇਲਾਕਾ ਆ ਤੇ ਮਥਾ ਟੇਕੇ ਮੈਂ ਜਾਂਦਾ ਹੁੰਦਾ ਸੀ ਮੇਰਾ ਬਾਲ ਕਿਸੇ ਨੇ ਪਾਕਾ ਨਹੀਂ ਕੀਤਾ ਹਮ ਔਰ ਮਾਲਕਰੇ ਇਹਨਾਂ ਦਿੱਤਾ ਉਹਨੇ 6 ਸ਼ੁਕਰ ਮੇਲਾ ਤੋਂ ਉਹਨੇ ਲਾਤੀਆਂ ਹਮ ਜਿਹੜੀਆਂ ਆਪਣੀਆਂ 에ਥਨੋਲ ਪਲਾਂਟ ਉਹ ਲਾਤੇ ਹਮ ਹਾਂਜੀ ਪਾਵਰ ਪ੍ਰੋਜੈਕਟ ਲੱਗ ਗਿਆ ਇਕੋ ਜਿਹਾ ਲੱਗਿਆ ਹਮ ਤੁਸੀਂ ਕਹੋ ਕਿੱਦਾਂ ਕੁ ਮਾਰੇ ਇੱਕ ਗੱਲ ਸੁਣ ਲਿਓ ਹਮ ਇੱਥੇ ਦੋ ਦਿਨ ਕੋਈ ਕੰਮ ਕਰਨ ਨੂੰ ਤਿਆਰ ਨਹੀਂ ਦੋ ਦਿਨ ਕੋਈ ਕੰਮ ਕਰਨ ਨੂੰ ਤਿਆਰ ਨਹੀਂ ਜਿੰਨੇ ਸਿਆਸਤਦਾਨ ਆ ਹਰ ਬੰਦਾ ਕਹਿੰਦਾ ਵੀ ਮੇਰਾ ਆ ਵੀ ਹੋਵੇ ਉਹ ਵੀ ਹੋਵੇ ਹਮ ਘਰਵਾਰ ਦਸਣ ਖੇਤੀਬਾੜੀ ਆਪ ਕਰਦੇ ਕਿੰਨੇ ਕਨਾ ਚੋ ਖੇਤੀ ਕਰਦੇ ਆ ਹਮ ਕਿੰਨੇ ਕਿੰਨੇ ਬਾਕੀਆਂ ਦਾ ਠੇਕੇ ਤੇ ਦਿੱਤੀ ਆ ਜ਼ਮੀਨਾਂ ਤੁਸੀਂ ਜਾਰੀ ਬਾਈ ਆਪ ਕਰਦੇ ਆਈ ਮੇ ਯੂਪੀ ਹੁਣ ਵੀ ਫੋਨ ਤੇ ਕਰੀਦੀ ਆ ਬੰਦੇ ਰੱਖਿਆ ਕਾਰਾ ਫੇਸ 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 ਟਾਈਮ ਦਿਖਾ ਮੈਨੂੰ ਇਹਦੇ ਬਾਰੇ ਕਿੰਨੀ ਪੈਲੀਆ ਹੁਣ ਇਤਾਂ ਨਹੀਂ ਪੁੱਛੀ ਜਾਂਦਾ ਗੱਲ ਆ ਗੱਲ ਆ ਫਿਰ ਕਿਵੇਂ ਪੁੱਛੀ ਗੱਲ ਗੱਲ ਇੱਕ ਮੇਰੀ ਸੁਣੋ ਹਾਂਜੀ ਤੁਸੀਂ ਇਹ ਸਾਡੀ ਜਿਹੜੀ ਜ਼ਿੰਮੇਦਾਰ ਹੈ ਜਾਂ ਜੱਟ ਹੈ ਜਾਂ ਜਿਹੜੇ ਵੀ ਖੇਤੀ ਚ ਚਾਹੇ ਬਾਨੀਏ ਚਾਹੇ ਜਿਹੜੇ ਵੀ ਆ ਉਹਨਾਂ ਦੀਆਂ ਸੈਕਡੋ ਏਕੜ ਜ਼ਮੀਨਾਂ ਸੀਆਂ ਯੂਪੀ ਚ ਤੇ ਗਰੋਥ ਹੋ ਰਹੀ ਸੀ ਜ਼ਮੀਨਾਂ ਸਸਤੀਆਂ ਸੀਆਂ ਜੀ ਜੀ ਤੇ ਇੱਕ ਵਾਰ ਇਸੇ ਤਰ੍ਹਾਂ ਉਹ ਕਿਉਂ ਨਹੀਂ ਗਰੋ ਕੀਤੇ ਉਹ ਸੀਲਿੰਗ ਆ ਗਈ ਸੀਲਿੰਗ ਦੇ ਡਰ ਦੇ ਮਰੇ ਅਹੀਂ ਜਿਵੇਂ ਲੈਣਾ ਬੰਦ ਕਰ ਦਿੱਤੀਆਂ ਤੇ ਤੁਸੀਂ ਪੁੱਛੋਗੇ ਵੀ 10000 5 5000 ਕਿੱਦਾਂ ਲੈ ਉਹ ਜੰਗਲਾਤ ਦੀ ਜ਼ਮੀਨ ਸੀ ਉਹ ਪੱਟੀ ਦੀ ਸੀ ਉਹ ਵਿਜੀਦੀ ਸੀ ਤਿੰਨਾਂ ਸਾਲਾਂ ਬਾਅਦ ਚੋ ਪੇੜ ਵੱਡੇ ਹੋ ਜਾਂਦੇ ਸੀ ਅਗਲੇ ਉਹ ਅਗਲੀ ਜ਼ਮੀਨ ਆਕਸ਼ਨ ਹੋ ਜਾਂਦੀ ਸੀ ਸੋ ਇਦਾਂ ਕਰਦੇ ਹੁੰਦੇ ਸੀਗੇ ਮਤਲਬ ਜੰਗਲਾਂ ਤਾਂ ਕਾਫੀ ਸਹੀ ਮੈਨੇ ਦੇ ਵਿੱਚ ਜਿਹੜੀ ਗੱਲ ਕਰਨ ਵਾਲੀ ਹੈ ਨਾ ਕਿ ਜ਼ਿਮੀਂਦਾਰ ਜਿਹੜੇ ਸੀਗੇ ਉਹਨਾਂ ਨੇ ਤਾਂ ਸੀਲਿੰਗ ਦੇ ਮਾਰੇ ਆਪਣੇ ਕਾਰੋਬਾਰ ਨਹੀਂ ਵਧਾਏ ਅੱਗੇ ਫਿਰ ਮੁੰਡੇ ਹੋ ਗਏ ਦੋ ਦੋ ਦੇ ਚਾਰ ਹੋ ਗਏ ਚਾਰਾਂ ਦੇ ਦੋ ਦੋ ਹੋ ਗਏ ਅੰਦਰ 15 ਜਗ੍ਹਾ ਜ਼ਮੀਨ ਵੰਡੀ ਗਈ ਹਾਂ ਆ ਤੀਆਂ 40 ਸਾਲਾਂ ਵਿੱਚ 15 15 ਜਗ੍ਹਾ ਬਿਲਕੁਲ ਜਿਹਦੇ ਕੋਲ 500 ਕਿੱਲਾ ਵੀ ਜ਼ਮੀਨ ਸੀ ਹੂੰ ਉਹਨੂੰ ਤੁਸੀਂ 15 ਨਾ ਯਾਰ 10 ਨਾ ਵੰਡਦੇ ਤਾਂ 40 40 30 30 35 35 ਕਿੱਲੇ ਤੇ ਆ ਗਏ ਹੂੰ ਤੇ ਜਿਹਦੇ ਕੋਲ ਇੱਕ ਖੱਟੀ ਸੀ ਜਾਂ ਇੱਕ ਛੋਟਾ ਜਿਹਾ ਕਾਰਖਾਨਾ ਸੀ ਰਾਣੇ ਦੀ ਗੱਲ ਕਰ ਲਓ ਯਾਰ ਛੱਡੋ ਪਰ ਬਾਕੀ 1999 ਚ ਲੱਗਾ ਮੈਂ ਹੂੰ 88 89 ਚ ਹੂੰ ਪਹਿਲਾਂ ਪੇਪਰ ਮੇਰੇ ਲਈ ਫਿਰ ਸ਼ੂਗਰ ਮਿਲ ਲਈ ਅੱਜ ਕਿੰਨੇ ਹੋ ਗਏ ਤਾਂ ਅੱਜ ਮੈਂ 24 25 ਸਾਲਾਂ ਚ ਚ 25 ਸਾਲ ਤੋਂ 25 ਸਾਲ ਹੋ ਗਏ 35 ਸਾਲ ਹੋ ਗਏ ਮੈਨੂੰ ਕਾਰਖਾਨੇ ਆ ਚ ਹਮ ਤੇ 35 ਸਾਲਾਂ ਦੇ ਵਿੱਚ ਮੈਂ ਵੀ 10 12 15 ਲਾ ਲਿਆ ਤੇ ਮੇਰੀ ਗਰੋਥ ਹੋਈ ਕਿ ਨਹੀਂ ਹੋਈ ਹਮ ਤੇ ਜਿਹੜਾ ਜੱਟ ਜੀਮੇਦਾਰ ਸੀ ਉਹਦੀ ਵੰਡੀ ਗਈ ਹਮ ਉਹ 500 ਕਿਲੇ ਦੇ ਚੜੀ ਤੇ ਆ ਗਿਆ ਹਮ ਇੰਡੀਵਿਜੁਅਲ ਜਿਹੜਾ ਵਪਾਰੀ ਸੀ ਹਾਂ ਔਰ ਮੈਂ ਤਾਂ ਇੱਥੇ ਤਾਂ ਹੀ ਜਾਊਗਾ ਵਪਾਰੀ ਵਪਾਰੀ ਚਲ ਮੈਂ ਵਪਾਰ ਚ ਆ ਗਿਆ ਇਹ ਮੈਨੂੰ ਬ੍ਰੈਂਡ ਕਰਦੇ ਵਪਾਰੀ ਲਿਖ ਰਹੇ ਇਹਨਾਂ ਨੂੰ ਮੈਨੂੰ ਸਾਰਿਆਂ ਨੂੰ ਕਹੋ ਜਿਹੜਾ ਕਹਿੰਦਾ ਰਾਣਾ ਵਪਾਰੀ ਆ ਨਾ ਉਹਨੂੰ ਕਹਾਂ ਵੀ ਖੇਤੀਬਾੜੀ ਦੀ ਗੱਲ ਕਰਕੇ ਵੇਖ ਲੈ ਤੂੰ ਡੰਗਰਾ ਦੀ ਗੱਲ ਕਰਕੇ ਵੇਖ ਲੈ ਪੀਣ ਵਾਲੇ ਪਾਣੀ ਦੀ ਗੱਲ ਕਰਕੇ ਵੇਖ ਲੈ ਡੀਪ ਲੀਟਿੰਗ ਵਾਟਰ ਟੇਬਲ ਦੀ ਗੱਲ ਕਰਕੇ ਵੇਖ ਲੈ ਖੇਤੀਬਾੜੀ ਨਾਲ ਜੁੜਿਆ ਕੋਈ ਤੰਦਾ ਹੋਵੇ ਉਹਦੇ ਬਾਰੇ ਗੱਲ ਕਰਕੇ ਵੇਖੋ ਅਸੀਂ ਕਿੰਨੀ ਕਿੰਨੀ ਸੌਦਾ ਲੈ ਆਨੀ ਆ ਸ਼ੂਗਰ ਬੀਟ ਰਾਣਾ ਸ਼ੂਗਰਸ ਨੇ ਲੈ ਆਂਦੀ ਹੋਰ ਵੀ ਹਲੇ ਇੱਕ ਪ੍ਰੋਜੈਕਟ ਲੈ ਆ ਰਹੇ ਆ ਉਹਨਾਂ ਨੇ ਸੋਚਿਆ ਵੀ ਨਹੀਂ ਹੁਣਾ ਚਲੋ ਇਹ ਗੱਲ ਨਹੀਂ ਕਰਦੇ ਹੋ ਅੱਛਾ ਜੀ ਉਹ ਬਾਅਦ ਚ ਕਰਾਂਗੇ ਮੇਰਾ ਮਤਲਬ ਕਹਿਣ ਦਾ ਜੇ ਗਰੋ ਕੀਤਾ ਤੇ ਹੁਣ ਮੇਰੇ ਚਾਰ ਬੇਟੇ ਆ ਦੋ ਮੇਰੇ ਦੋ ਮੇਰੇ ਛੋਟੇ ਭਾਈ ਦੇ ਚਾਰੋਂ ਇਕੱਠੇ ਆ ਜੀ ਦਬਾ ਕੇ ਮਿਹਨਤ ਕਰਦੇ ਆ ਮਾਲਕ ਦਿੰਦਾ ਟਿੱਡ ਪੀੜ ਹੁੰਦੀ ਆ ਹੋਈ ਜਾਵੇ ਉਹ ਪ੍ਰੋਬਲਮ ਅੱਛਾ ਮੈਂ ਇਹ ਪੁੱਛ ਰਿਹਾ ਸੀਗਾ ਜਿਵੇਂ ਖੱਡਾਂ ਵਾਲੀਆਂ ਗੱਲਾਂ ਹਨਾ ਚੱਲੀਆਂ ਉਹ ਤੋਂ ਪਹਿਲਾਂ ਜਿਵੇਂ ਪਰਿਵਾਰ ਨੇ ਜਿਵੇਂ ਤੁਸੀਂ ਕਿਹਾ ਕਿ ਜੰਗਲ ਆਬਾਦ ਕਰਕੇ ਹਨਾ ਅਸੀਂ ਜ਼ਮੀਨ ਬਣਾਈ ਆ ਉਹ ਟਾਈਮ ਤੁਹਾਡੇ ਘਰ ਦੇ ਦੱਸਦੇ ਹੁੰਦੇ ਸੀ ਤੁਹਾਨੂੰ ਜਾਂ ਤੁਹਾਡੇ ਬਾਪੂ ਜੀ ਜਾਂ ਉਹ ਤੋਂ ਪਹਿਲਾਂ ਦਾ ਜਿਵੇਂ ਪਹਿਲਾਂ ਵੀ ਤੁਸੀਂ ਦੱਸ ਰਹੀ ਸੀ ਬਜ਼ੁਰਗ ਬਾਹਰ ਚਲੇ ਗਏ ਸੀ ਪਹਿਲਾਂ ਹੀ 1920 30 ਦੇ ਨੇੜੇ ਹਾਂ ਦੇਖੋ ਮੇਰੇ ਦਾਦਾ ਜੀ ਹਮ 1910 ਚ 11 ਚ ਹਮ 9 ਚ ਮੈਨੂੰ ਨਹੀਂ ਇਸ ਦੇ ਲਾਗੇ ਛਾਗੇ ਉਹ ਬਾਹਰ ਗਏ ਹਮ ਤੇ ਪਹਿਲਾਂ ਨਾ ਨਿਊਜ਼ੀਲੈਂਡ ਜਾਣਾ ਹੋਵੇ ਆਸਟ੍ਰੇਲੀਆ ਜਾਣਾ ਹੋਵੇ ਤੁਸੀਂ ਸਿੱਧੇ ਨਹੀਂ ਜਾ ਸਕਦੇ ਸੀ ਹਮ ਫਿਜੀ ਤੋਂ ਲੋਕ ਜਾਣਦੇ ਹੁੰਦੇ ਸੀਗੇ ਤੇ ਇੱਕ ਬੜੀ ਇੰਟਰਸਟਿੰਗ ਗੱਲ ਆ ਯਾਦ ਆ ਗਈ ਹਮ ਇੱਕ ਡੀਐਸਪੀ ਰਿਟਾਇਰ ਫਿਜੀ ਤੋਂ ਆਇਆ ਜੀ ਤੇ ਉਹਦਾ ਮਾਲਪੁਰ ਲਾਗੇ ਪਿੰਡ ਸੀ ਹਮ ਉਹਨੇ ਆ ਕੇ ਕੋਠੀ ਪਾਈ ਇੱਥੇ ਬਹੁਤ ਵਧੀਆ ਕੋਠੀ ਜੀ ਮਤਲਬ ਕੋਠੀ ਕੀ ਚਾਰ ਕਮਰੇ ਹੁੰਦੇ ਸੀ ਯਾਰ ਉਸ ਵੇਲੇ ਉਹ ਕੋਠੀ ਹੁੰਦੀ ਸੀ ਹਮ ਚਾਰ ਜਾਂ ਪੰਜੋਂ ਕੇ ਤੇ ਉਹਨੂੰ ਸ਼ੌਕ ਸੀ ਵੀ ਸ਼ਾਮ ਨੂੰ ਵਧੀਆ ਵਧੀਆ ਲੋਕ ਬੁਲਾਵਾ ਉਹਨਾਂ ਨੂੰ ਦਾਰੂ ਪਿਆਵਾ ਉਹਨਾਂ ਨੂੰ ਥੋੜੀ ਥੋੜੀ ਮੇਰੇ ਮੁਰਗੇ ਨਾਲ ਰੋਟੀ ਖਵਾਵਾ ਤੋਰ ਦਿੰਦਾ ਹੁੰਦਾ ਸੀ ਤੇ ਬੜਾ ਚਰਚਾ ਹੋਈ ਕਹਿੰਦੇ ਯਾਰ ਇਹਨੇ ਬੜਾ ਪੈਸਾ ਕਮਾਇਆ ਕਮਾਇਆ ਕਿਤੋਂ ਕਹਿੰਦੇ ਫਿਜੀਚੋਂ ਉਹ ਤਾਂ ਹੋ ਗਿਆ ਸੀ ਰਿਟਾਇਰ ਤੇ ਉਹਨੂੰ ਮੇਰੇ ਦਾਦਾ ਜੀ ਵੀ ਗਏ ਹੋਰ ਵੀ ਲੋਕ ਗਏ ਉਹਨੂੰ ਪੁੱਛਿਆ ਕਿ ਯਾਰ ਅਸੀਂ ਫਿਜੀ ਜਾਵਾਂਗੇ ਸਾਨੂੰ ਕੰਮ ਮਿਲ ਜਾਊਗਾ ਕਹਿੰਦਾ ਮੈਂ ਚਿੱਠੀ ਦੇ ਦਊਗਾ ਤੇ ਉਹਨੇ ਚਿੱਠੀ ਦੇਣੀ ਚਾਲੂ ਕਰ ਦਿੱਤੀ ਤੇ ਬੜੇ ਲੋਕ ਫਿਜੀ ਗਏ ਉੱਥੇ ਜਾ ਕੇ ਤਾਂ ਮਜ਼ਦੂਰੀ ਸੀ ਉਹਨੇ ਕਿਹੜੇ ਜਾਂਦੇ ਇਨਸਪੈਕਟਰ ਭਰਤੀ ਹੋ ਜਾਣਾ ਸੀ ਤੇ ਆਪਣੇ ਰਿਟਾਇਰ ਹੋ ਜਾਣਾ ਸੀ ਡੀਐਸਪੀ ਜੀ ਐਸਪੀ ਜੀ ਉਹ ਵੀ ਉੱਥੇ ਜਾ ਕੇ ਵੇਖਿਆ ਤਾਂ ਨੇਹਰਾ ਫਿਰ ਵਾਪਸ ਹੁਣ ਜੋਗੇ ਨਹੀਂ ਉੱਥੇ ਸਾਲ ਦੋ ਸਾਲ ਮਿਹਨਤ ਮਜ਼ਦੂਰੀ ਕੀਤੀ ਫਿਰ ਜੀ ਚੰਗੇ ਪੜੇ ਚੰਗੇ ਭਰੇ ਜੀਮਿੰਦਾਰਾਂ ਦੇ ਮੁੰਡੇ ਕਰੋ ਸੁਖੇ ਲੇਕਿਨ ਤਮੰਨਾ ਸੀ ਮੇਰੇ ਦਾਦੇ ਦੀ ਕਿ ਮੈਂ ਵੀ ਬਾਹਰ ਜਾਣਾ ਹਮ ਚਲੇ ਗਿਆ ਤੇ ਜਦੋਂ ਮੇਰੇ ਦਾਦਾ ਜੀ ਨੇ ਫਿਰ ਉੱਥੇ ਜਿਹੜਾ ਅੰਗਰੇਜ਼ੀ ਦੇ ਵਿੱਚ ਦਸਕਤ ਸਿੱਖ ਲੈਂਦਾ ਸੀ ਨਾ ਹਮ ਮੇਰੇ ਦਾਦਾ ਜੀ ਨੇ ਸਾਲ ਡੇਢ ਸਾਲ ਚ ਅੰਗਰੇਜ਼ੀ ਸਿੱਖ ਲਈ ਹੂੰ ਫਿਰ ਉਹਨੇ ਫਾਰਮ ਆਪਰਿਆ ਦਸ ਕਿਤਾਬ ਕੀਤੇ ਨਿਊਜ਼ੀਲੈਂਡ ਚਲੇ ਗਏ ਫਿਰ ਨਿਊਜ਼ੀਲੈਂਡ ਤੇ ਕਿਹੜਾ ਉਥੇ ਆਪਣਾ ਪਿੰਡ ਸਿਗਾ ਉਥੇ ਵੀ ਇਹੀ ਕੁਛ ਕਰਨਾ ਸੀ ਫਿਰ ਮਿਹਨਤ ਮਜ਼ਦੂਰੀ ਕੀਤੀ ਹੋਗੀ ਹੂੰ ਫਿਰ ਇਹ ਵੇਲਾ ਆਇਆ ਕਿ ਸਾਡੇ ਕੋਲ 30 35 ਕਿਲੇ ਆਲੂ ਦਾ ਫਾਰਮ ਸੀ ਹੂੰ ਸਨ ਫੇਸਿੰਗ ਹਿੱਲ ਕੋੜੇ ਵਾਲਾ ਖੇਤੀ ਕਰਦੇ ਹੁੰਦੇ ਸੀ ਅੱਛਾ ਇਹ ਬਸ ਸੁਣੀਆਂ ਗੱਲਾਂ ਹੂੰ ਅ ਫੂਕਾ ਕੋਈ ਦਿਨ ਨਾਲ ਸਾਡੇ ਬਜ਼ੁਰਗ ਰਹੇ ਫਿਰ ਉੱਥੇ ਡੇਰੀ ਫਾਰਮ ਖੋਲ੍ਹਿਆ ਮੈਂ ਤੁਹਾਨੂੰ ਚਿੱਠੀਆਂ ਦਿਖਾਵਾਂ ਹੰਟਲੀ ਜਗਾ ਮੈਂ ਚਾਹੂੰਗਾ ਪਤਾ ਦਿਖਾ ਦਿਆਂ ਨਾ ਦਰਸ਼ਕਾਂ ਨੂੰ ਯਾਰ ਬਈ ਤੁਸੀਂ ਉਹ ਹੰਟਲੀ ਦੀ ਅੰਗਰੇਜ਼ ਅੱਛਾ 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 1942 ਚ ਕੀ ਹੋਇਆ ਕਿ ਸਾਡਾ ਮੁਲਕ ਆਜ਼ਾਦ ਹੋ ਜਾਣਾ ਹਾਂ 43 44 ਸਾਡੇ ਬਜ਼ੁਰਗ ਵਾਪਸ ਆ ਗਏ ਹਾਂ ਸਾਡੇ ਜਦੋਂ ਉੱਥੇ ਡੇਰੀ ਫਾਰਮ ਚੱਲਦਾ ਸੀ ਬਾਹਰ ਤੋਂ ਉਹ ਡੇਰੀ ਫਾਰਮ ਚੱਲਦਾ ਸੀ ਉਹਨੂੰ ਛੱਡ ਛੱਡ ਕੇ ਆ ਗਏ। ਹੂੰ ਉੱਥੇ ਆਪਣਾ ਮੈਨੇਜਰ ਕੁਝ ਸਮਾਨ ਵੇਚਿਆ ਹੋਊਗਾ। ਜੀ ਜੀ। ਕੁਝ ਜਿਹੜਾ ਨਹੀਂ ਵਿਗਿਆ ਉਹ ਛੱਡਿਆ ਏ। ਹੂੰ ਤੇ ਉੱਥੇ ਇੱਕ ਅੰਗਰੇਜ਼ ਨੂੰ ਦਿਆ ਕਿ ਤੂੰ ਇਹਨੂੰ ਸਾਮ ਸੰਭਾਲ ਕਰ ਇੰਨੀ ਤੇਰੀ ਤਰ੍ਹਾਂ ਤੇ ਤੂੰ ਹੌਲੀ ਹੌਲੀ ਇਹਨੂੰ ਵੇਚ ਦੇ। ਹੂੰ ਉਹ ਰੱਬ ਦਾ ਬੰਦਾ ਉਹਨੇ ਇੱਕ ਇੱਕ ਪਾਈ ਸਾਨੂੰ ਵਾਪਸ। ਜੀ। ਇਹ ਚੋ ਚੋ ਹੱਥ ਦੀ ਲਿਖੀਏ ਕੱਢ ਦਿਓ। ਇਹ ਇਹ ਚੋ ਨਾ ਇਹ ਦੀ ਜੁਨੀ ਹੱਥ ਹੱਥ ਨਹੀਂ ਲਿਖਿਆ। ਹੂੰ ਤੇ ਉਹਨੂੰ ਛੱਡ ਕੇ ਆ ਗਏ ਹੂੰ ਇੱਥੇ ਫਿਰ ਭਾਗੜਾ ਨੰਗਲ ਡੈਮ 'ਚ ਮੇਰੇ ਫਾਦਰ ਜਾਂ ਇੱਕ ਪ੍ਰਾਥੀ ਇੱਥੇ ਰਹਿੰਦਾ ਹੁੰਦਾ ਸੀ ਭਾਗੜਾ ਨੰਗਲ ਦੇ ਉਧਰ ਰੇਲਵੇ ਦੇ ਕੰਟਰੈਕਟਰ ਸੀਗੇ ਰੋਡਸ ਦੇ ਕੰਟਰੈਕਟਰ ਸੀਗੇ ਫਿਰ ਡੈਮ ਦੀ ਸੜਕ ਬਣਨ ਲੱਗ ਪਈ ਹਾਂਜੀ ਨਿਊਜ਼ੀਲੈਂਡ ਤੋਂ ਆ ਗਏ ਸਾਡੇ ਕੋਲ ਚਾਰ ਟਰੱਕ ਹੁੰਦੇ ਸੀਗੇ ਹਾਂਜੀ ਅਸੀਂ ਉਹ ਕੋਲੇ ਤੇ ਤਾਂ ਉੱਤੇ ਗੈਸ ਤੇ ਚੱਲਦੇ ਹੁੰਦੇ ਸੀਗੇ ਟਰੱਕ ਟਰੱਕ ਕੂਲੇ ਤੇ ਚੱਲਦੀ ਸੀ ਇਹ ਪਾਰਟੀਸ਼ਨ ਤੋਂ ਪਹਿਲਾਂ ਦੀਆਂ ਗੱਲਾਂ ਅੱਛਾ ਤੇ ਕਰ ਕਰਾ ਕੇ ਜੀ ਲੋਏ ਨਾ ਲੇ ਕੋ ਕਿਹੋਦੀ ਏਜੰਸੀ ਹੁੰਦੀ ਸੀ ਇਹ ਨਹੀਂ ਇਹ ਤਾਂ ਇਹ ਨਹੀਂ ਇੱਕ ਹੋਰ ਹੁੰਦੀਆਂ ਹੱਥ ਦੀਆਂ ਲਿਖੀਆਂ ਅੱਛਾ ਜੀ ਤੇ ਆ ਆ ਦੀ ਚਿੱਠੀ ਆਈ ਆਈ ਪਰਲੀ ਪਰਲੀ ਆ ਆ ਆ ਉਹ ਉੱਪਰ ਜਿਹੜੀ ਉਹ ਫਾਈਲ ਚ ਬਾਈ ਜਿਹੜੀ ਉਹ ਉਹ ਕਹਿ ਰਹੇ ਨੇ ਅਛਾ ਇਹ ਤਾਂ ਪੋਸਟਕਾਡ ਹੈ ਹੈਨਾ ਇਹ ਪੋਸਟਕਾਡ ਇਹ ਪੋਸਟਕਾਡ ਹੈ ਜਿਸ ਵਿੱਚ ਮੇਰੇ ਮਾਤਾ-ਪਿਤਾ ਬਾਰੇ ਲਿਖਿਆ ਆ ਅੱਛਾ ਜੀ ਕਿ ਉਹਨਾਂ ਨੂੰ ਗੁਲਦਾਰ ਨੇ ਫੜ ਲਿਆ ਹੂੰ ਆ ਆ ਵੇਖੋ ਤਾਂ ਅੰਗਰੇਜ਼ ਨੇ ਲਿਖਿਆ ਡੀਅਰ ਰਾਣਾ ਐਂਡ ਬਾਗ ਬਾਗ ਮੇਰੇ ਤਾਇ ਦਾ ਨਾਮ ਉਹ ਰਾਣਾ ਰਾਣਾ ਜੁਗਿੰਦਰ ਸਿੰਘ ਅੱਛਾ ਵੈਲ ਬॉयਜ਼ ਉਹਨਾਂ ਮੋਢੇ ਦੇ ਸਾਥ ਲਾਸੀ ਹੂੰ ਵੈਲ ਬॉयਜ਼ ਹੇਅਰ ਗੋਜ਼ ਅਗੇਨ ਆ ਬੀਨ fairly busy to the, uh, the last couple of weeks हुँ. as you ਮਲਵਾਨੀ ਚਿੱਠੀ ਆਪਣੀ ਲਿਖੀ ਚਿੱਠੀਆਂ ਤੁਸੀਂ ਸਾਂਭ ਕੇ ਰੱਖੀਆਂ ਆ ਦੇਖੋ ਇਹ ਤੇ ਕੈਮਰਾ ਦਿਖਾ ਦਿਓ ਤੁਸੀਂ ਹੰਟਲੀ ਆ ਹਾਂਜੀ ਆ ਦੇਖੋ ਜੀ ਇੱਕ ਨਹੀਂ ਅਨੇਕ ਜੀ 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 1947 ਦੀ ਤੁਸੀਂ ਤੁਸੀਂ ਐਡੀਆਂ ਪੁਰਾਣੀਆਂ ਚਿੱਠੀਆਂ ਸੰਭਾਲ ਕੇ ਰੱਖੀਆਂ ਇਹਦੀ ਵੀ ਤੁਹਾਨੂੰ ਮੈਂ ਗੱਲ ਦੱਸਾਂਗਾ ਹਾਂ ਆ 46 ਦੀ ਇਹ 12 ਸਤੰਬਰ 1946 ਦੀ ਹੈ ਜੀ 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 ਤਾਂ ਸਾਡੇ ਬਜ਼ੁਰਗ ਛੱਡ ਛੜਾ ਕੇ ਆ ਗਏ ਜੀ ਅੰਗਰੇਜ਼ ਮੈਨੇਜਰ ਛੱਡਿਆ ਦਿੰਦਾ ਹੂੰ ਉਹ ਚਿੱਠੀਆਂ ਲਿਖ ਰਿਹਾ ਚਿੱਠੀਆਂ ਲੇਦਾ ਕਿ ਤੁਹਾਡੇ ਹਰ ਫਾਰਮ ਦਾ ਆ ਰਿਹਾ ਤੇ ਇੰਨੀ ਕੰਮਦਨ ਹੋਈ ਆ ਅੱਛਾ ਤੇ ਕਹਿੰਦਾ ਮੇਰਾ ਮਤਲਬ ਹੈ ਮੇਰਾ ਦਾਦਾ ਮਿਹਨਤੀ ਸੀ ਹੂੰ ਮੇਰੇ ਆਤਾਇਆ ਮੇਰੇ ਬਾਪ ਮਿਹਨਤੀ ਸੀ ਹੂੰ ਅਸੀਂ ਜੰਗਲਾਂ 'ਚ ਕੰਮ ਕੀਤਾ ਹੂੰ ਹਾਂ ਜੀ ਤੇ ਜੇ ਕੋਈ ਪਤਾ ਸਾਨੂੰ ਪੁੱਛੇ ਕਿ ਯਾਰ ਤੁਸੀਂ ਕਿਦਾਂ ਇੰਨੀਆਂ ਫੈਕਟਰੀਆਂ ਲਾ ਲਈਆਂ ਹੂੰ ਮਾਲਕ ਦੀ ਕਿਰਪਾ ਸੀ ਇਹ ਨਾ ਹੱਥਾਂ ਨਾਲ ਬਣਾਈਆਂ ਹੂੰ ਕਰੋ ਆਪਣੇ ਬੱਚਿਆਂ ਨੂੰ ਸਿਖਾਓ ਮੇਰੇ ਤੇ આરોਪ ਲਾਉਣ ਤੋਂ ਪਹਿਲਾਂ ਆਪਣੇ ਬੱਚਿਆਂ ਨੂੰ ਸਿਖਾਓ ਕਿ ਮਿਹਨਤ ਕਰਨ ਹਮ ਮਾੜੇ ਕੰਮ ਨਾ ਕਰਨ ਹਮ ਬਿਲਕੁਲ ਠੀਕ ਹੈ ਅੱਛਾ ਜੰਗਲਾਂ ਜੰਗਲਾਂ 'ਚ ਤੁਸੀਂ ਤੁਸੀਂ ਖੁਦ ਵੀ ਰਹੇ ਜੰਗਲਾਂ 'ਚ ਮੈਂ ਕਹਾਂ ਜੀ ਛਪਰਾ 'ਚ ਰਹਿੰਦਾ ਰਿਹਾ ਮੈਂ ਹਮ ਜਦੋਂ ਅਸੀਂ ਠੇਕੇ ਤੇ ਜ਼ਮੀਨ ਲਈਦੀ ਉੱਤੇ ਪੱਕੇ ਮਕਾਨ ਥੋੜਨਾ ਹੁੰਦੇ ਆ ਹਮ ਉਹ ਤਾਂ 3 ਸਾਲ ਲਈ ਆ ਅੱਛਾ ਛਪਰਾ ਦੇ ਵਿੱਚ ਜਾ ਕੇ ਰਹਿੰਦਾ ਉੱਤੇ ਜਾਨਵਰ ਵੀ ਹੁੰਦੇ ਸੱਜੇ ਖੱਬੇ ਹਮ ਜੀ ਤੇ ਜੁਪੀ ਚ ਜਮਾਨਾ ਚੰਗਾ ਸੀ ਤਰਮਾਰੀ ਦੇ ਸੀ ਖਾਈਦੇ ਸੀ ਹਮ ਸਾਰਾ ਸਾਰਾ ਕੁਝ ਸੀ ਹਮ ਕਰ ਸ਼ੁਰੂ ਹੁਣ ਖੇਡ ਲੈਣ ਨੂੰ ਨਾ ਹੁਣ ਨਹੀਂ ਹੁਣ ਤੇ ਯਾਰ ਅੰਦਰ ਜਾਣਾ ਨਾਲੇ ਪੋਲਿਟਿਕਲ ਬੰਦਾ ਇਦਾਂ ਦੀਆ ਗੱਲਾ ਕਰ ਸਕਦਾ ਤੇ ਮੇਰਾ ਕਹਿਣ ਦਾ ਮਤਲਬ ਆ ਕਿ ਬੜੀ ਮਿਹਨਤ ਕੀਤੀ ਸੀ ਸੀਡਰਲ ਦੇਖੋ ਸਵੇਬਿੰਦੀ ਸੀਡਰ ਨਹੀਂ ਹੁੰਦੀ ਸੀ ਕੋਸੀਂ ਕਣਕ ਵਾਲੀ ਨੂੰ ਉੱਪਰੋਂ ਕੇਰਨ ਲਈ ਲਾਤਾ ਤਾਂ ਥੱਲੇ ਜਿਹੜੀ ਮੱਕੀ ਦੀ ਬੀਜੀਦੀ ਸੀ ਉਹਦੇ ਫਲੇ ਲਾ ਕੇ ਆਪਣਾ ਦਿਮਾਗ ਲਾ ਕੇ ਫਿਰ ਸੋਇਬੀਨ ਜਿਹੜੀ ਆ ਥ੍ਰੈਸ਼ਰ ਹੁੰਦੇ ਸੀ ਉਹ ਦਿਹਾੜੀ ਚ 1.5 ਏਕੜ ਕਰਦਾ ਹੁੰਦਾ ਸੀ 2 ਏਕੜ ਕਰ ਦਿੰਦਾ ਸੀ ਬਹੁਤ ਜ਼ੋਰ ਲਾਈਦਾ ਸੀ 3 ਏਕੜ ਹੋ ਜਾ ਫਿਰ ਯਾਰ ਉਹ 15-15 ਦਾ ਥ੍ਰੈਸ਼ਰ ਚੱਲਨੇ ਤੇਲ ਫੂਕਣਾ ਬੜਾ ਮਹਿੰਗਾ ਸੌਦਾ ਮੇਰੇ ਦਿਮਾਗ ਚ ਆਈ ਮੈਂ ਕਿਹਾ ਯਾਰ ਫੌਰਨ ਦੇ ਵਿੱਚ ਸੋਇਬੀਨ ਉਹਨਾਂ ਵੱਧਦੇ ਆ ਲੇਕਿਨ ਸਾਡੇ ਬੂਟੇ ਲੱਗੇ ਹੁੰਦੇ ਸੀਗੇ ਅਸੀਂ ਫਿਰ ਉਹਨੂੰ ਸੋ ਇਹ ਵੀ ਵਾਟਰ ਲੈਣਾ ਹੱਤਾ ਨਾ ਤਾਂ ਕੰਬਾਈਨ ਛੁੱਟੀ ਜਾਣਾ ਇੱਕ ਇੱਕ ਦਿਨ ਚ 70 70 ਏਕੜ ਇੱਕ ਇੱਕ ਕੰਬਾਈਨ ਦਰ ਰਬਰ ਕਾ ਕਿਉਂ ਜਾਂਦੀ ਸੀ ਜਿਹੜਾ ਕੰਮ ਡੂਡ ਮਹੀਨੇ ਚ ਕਰੀਦਾ ਹੁੰਦਾ ਸੀ 15 ਦਿਨਾਂ ਚ ਵੇਲੇ ਤੇ ਨਾਲ ਫਸਲਾਂ ਅਗੇਤੀ ਬੀਜ ਲੈਣੀ ਸੋ ਕੰਮ ਬੜੇ ਕੀਤੇ ਆ ਜਿੱਥੇ ਜੰਗਲਾਂ ਚ ਪਾਣੀ ਨਹੀਂ ਹੁੰਦਾ ਸੀ ਟਿਊਬਲ ਨਹੀਂ ਲੱਗ ਸਕਦੇ ਸੀ ਉਹਦੇ ਟਿਊਬਲ ਲਾਏ ਲੋਕ ਕਹਿੰਦੇ ਹੱਸਦੇ ਸੀ ਜਦੋਂ ਮੈਂ ਟਿਊਬਲ ਲਾਉਣਾ ਚાલુ ਕੀਤਾ ਤੇ ਟਿਊਬਲ ਲਾਏ ਫਿਰ ਤਾਂ ਟ੍ਰੈਂਡ ਹੋ ਗਿਆ ਪਰ ਅਸੀ ਕਿ ਖੇਤੀ ਜੰਗਲਾਂ ਜ ਵੀ ਪਾਣੀ ਲਾ ਕੇ ਕਰਨ ਲੱਪੇ ਪਹਿਲਾਂ ਰੱਬ ਤੇ ਨਿਰਭਰ ਹੁੰਦਾ ਸੀ ਸਾਰਾ ਸੋਤਾ ਸੋ ਸਭ ਕੁਝ ਕੀਤਾ ਇਹ ਨਹੀਂ ਗੱਲ ਮਿਹਨਤ ਕੀਤੀ ਆ ਮਿਹਨਤ ਦਾ ਫਲ ਜਿਵੇਂ ਤੁਸੀਂ ਕਹੇ ਜਾਨਵਰ ਜੂਨਰ ਪੈ ਜਾਂਦੇ ਸੀ ਕਦੇ ਮਤਲਬ ਹੋਇਆ ਇਦਾਂ ਦਾ ਕੁਝ ਨਹੀਂ ਦੇਖੋ ਇਹ ਜਸ ਸ਼ੁਰੂਜ ਗਏ ਇੱਕ ਕੋ ਇਨਸੀਡੈਂਟ ਹੋਇਆ ਹੋਰ ਕਈ ਦਫਾ ਮਾਨੀਟਰ ਹੋ ਜਾਂਦਾ ਕੋਈ ਉਹ ਗੱਲ ਬੱਕਰੀ ਆ ਆਦਰਵਾਇਜ਼ ਹਰ ਜਾਨਵਰ ਬੰਦੇ ਤੋਂ ਡਰਦਾ ਇੱਕ ਹਾਥੀ ਹਾਥੀ ਜ਼ਰੂਰ ਤੰਗ ਕਰ ਦਿੰਦੇ ਸੀ ਫਿਰ ਉਹਨਾਂ ਦੇ ਵੀ ਇੰਤਜ਼ਾਮ ਕਰੀ ਦੇ ਸਕੇ ਹੂੰ ਸੋ ਬੜੀ ਬੜੀ ਕਠਨ ਜ਼ਿੰਦਗੀ 14 ਸਾਲ ਖੇਤੀ ਕੀਤੀ ਔਰ ਬੜਾ ਦਮਾਗੇ ਖੇਤੀ ਕੀਤੀ ਤਨਦੇਹੀ ਨਾ ਕੀਤੀ ਤੇ ਜਦੋਂ ਇੰਡਸਟਰੀ ਚ ਆ ਗਏ ਫਿਰ ਉਦੋਂ ਵੀ ਦਿਨ ਰਾਤ ਇੰਡਸਟਰੀ ਦੀ ਗੱਲ ਕੀਤੀ ਹੂੰ ਫਿਰ ਅਚਾਨਕ ਰਾਜਨੀਤੀ ਚ ਆ ਗਏ ਮਤਲਬ 92 ਚ ਇਲੈਕਸ਼ਨ ਲੜ ਸਕਦਾ ਸੀ ਸਰਦਾਰ ਬੀਨ ਸਿੰਘ ਮੈਨੂੰ ਚਾਹੁੰਦੇ ਸੀ ਲੜੇ ਨਹੀਂ ਨਹੀਂ ਮੈਂ ਕਿਹਾ ਨਹੀਂ ਮੈਂ ਧਾਰਖਾਨੇ ਲੌਣ ਲਿਆ ਸੋ ਵੀਰ ਗੱਲ ਇਹ ਕਿ ਵੀ ਸੰਘਰਸ਼ ਕੀਤਾ ਅੱਜ ਵੀ ਸੰਘਰਸ਼ ਕਰ ਰਹੇ ਹਮ ਹੁਣ ਜੇ ਫਲੱਡ ਆਇਆ ਤੇ ਉਹਦੇ 'ਚ ਵੀ ਯੋਗਦਾਨ ਹੈ ਜੇ ਕੋਵਿਡ ਆਇਆ ਤੇ ਕੋਵਿਡ ਦੌਰਾਨ ਵੀ ਆਪਾਂ ਹਮ ਕੋਈ ਕਸਰ ਛੱਡੀ ਤਾਂ ਦੱਸੋ 60 ਦਿਨ ਕਰੇਗੀ ਤੁਸੀਂ ਦੱਸ ਦੇ ਕਿ ਕਿ ਜਾਨਵਰ ਜਿਵੇਂ ਤੁਸੀਂ ਕਹੇ ਪਏ ਜਾਂਦੇ ਸੀ ਮਦਰ ਮਦਰ ਤੁਸੀਂ ਗੱਲ ਦੱਸੀ ਸੀ ਹਾਂ ਮੇਰੀ ਮਦਰ ਮਦਰ ਦੇ ਨਾਲ ਜਦੋਂ ਗਏ ਪੰਜਾਬ ਤੋਂ 1950 'ਚ ਹਮ ਤੇ ਦੋ ਮੇਰੀਆਂ ਸਿਸਟਰਸ ਸੀਗੀਆਂ ਨਾਲ ਇੱਕ ਸਜੇ ਪਈ ਇੱਕ ਖਬੇ ਪਈ ਨਵਾ ਨਵਾ ਛੱਪਰ ਕੋਠੀ ਨਹੀਂ ਸੀ ਉਥੇ ਐਵੇਂ ਕਿਸੇ ਗਲਤਫਹਿਮੀ ਜਰੀਏ ਉਹ ਕਿ ਭਰਾ ਨਹੀਂ ਦਿਓ ਉਥੇ ਵੀ ਇਦਾਂ ਦੀ ਉਦੋਂ ਕੋਠੀਆਂ ਸੀ ਹੁਣ ਇਹੋ ਜੀ ਬਾਜਪੁਰ 1965 ਚ ਬਣਾ ਲਈ ਇਹੋ ਜੀ ਹੋਗੀ ਅੱਜ ਵੀ ਤੇ ਉਹ ਗੱਲ ਵੱਖਰੀ ਆ ਲੇਕਿਨ ਉਦੋਂ ਛੱਪਰਾਂ ਸੀਗੇ ਤੇ ਛੱਪਰ ਜੋ ਗੁਲਦਾਰ ਆਇਆ ਗੁਲਦਾਰ ਨੂੰ ਕੀ ਕਹਿੰਦੇ ਆ ਲਿਪਡ ਕਹਿ ਲੋ ਪੈਂਥਰ ਕਹਿ ਲੋ ਹਾਂ ਉਹਨੇ ਮੇਰੀ ਮਦਰ ਦਾ ਅ ਗੂਠਾ ਚੱਬਿਆ ਉਹ ਨੋ ਫਿਰ ਉਹਨਾਂ ਦਾ ساری ਉਮਰ ਐ ਰਿਆ ਇੱਕ ਸੈਂਟਰ ਚੋਂ ਪਾਟ ਗਿਆ ਤੇ ਗ੍ਰੋਥ ਐ ਹੋ ਗਈ ਗੂਠੇ ਵਾਲੇ ਨੋ ਦੀ ਹੂੰ ਸੋ ਗੱਲ ਹੈ ਮੇਰੀ ਮਦਰ ਨੇ ਬੜਾ ਕੰਮ ਕੀਤਾ ਹੂੰ ਮੇਰੀ ਮਦਰ ਉਹਨ 87 88 ਸਾਲ ਦੀ ਉਮਰ ਚ ਪੂਰੇ ਹੋਏ ਔਰ 85 ਸਾਲ ਦੀ 2 ਸਾਲ ਕੰਮ ਨਹੀਂ ਕੀਤਾ ਔਰ ਉਹ ਵੀ ਮਤਲਬ ਮੈਂ ਰੋਕਿਆ ਮੈਂ ਕਿਹਾ ਨਹੀਂ ਹੁਣ ਨਹੀਂ ਕੰਮ ਕਰਨਾ ਕਹਿੰਦੇ ਮੈਂ ਦੋ ਸਾਲਾਂ ਚ ਮਰ ਜਾਂ ਹੂੰ ਵਾਸਤਵ ਦੇ ਵਿੱਚ ਮੇਰੇ ਮਾਤਾ ਜੀ ਢੂੜ ਸਾਲ ਨਹੀਂ ਕਟਿਆ ਤੇ ਉਹ ਰੱਬ ਨੂੰ ਪਿਆਰੇ ਹੋ ਗਏ ਹੂੰ ਸੋ ਸਾਰੀ ਉਮਰ ਕੰਮ ਕੀਤਾ ਸਵੇਰੇ 6 ਵਜੇ ਗੱਡੀ 'ਚ ਬਹਿ ਜਾਣਾ ਜੀਪ 'ਚ ਸਾਰੇ ਜਿਹੜੇ ਰਾਤ ਨੂੰ ਪਾਣੀ ਲਾਇਆ ਰਾਤ ਨੂੰ ਵਾਹੀ ਕੀਤੀ ਉਹ ਚੈੱਕ ਕਰਕੇ ਆ ਕੇ 11 ਵਜੇ ਰੋਟੀ ਖਾਣੀ 5 ਘੰਟੇ ਖੇਤਾਂ 'ਚ ਰਹਿਣਾ ਫਿਰ ਆਰਾਮ ਕਰਨਾ ਫਿਰ 4 ਵਜੇ ਫਿਰ ਚੱਕਣਾ ਫੇਰ ਆ ਜਾਣਾ 8 ਵਜੇ ਸੌਂ ਜਾਣਾ ਫਿਰ ਰਾਤ ਨੂੰ 2 ਵਜੇ ਉੱਠ ਕੇ ਚੌਂਕੀਦਾਰ ਚੈੱਕ ਕਰਨੇ ਕਿ ਸੁੱਤੇ ਤਾਂ ਨਹੀਂ ਫਿਰ ਆ ਕੇ ਆਪਣਾ 2 ਘੰਟੇ ਸੋਕੇ ਪੂਜਾ ਪਾਠ ਕਰਕੇ ਫਿਰ ਚਾਦੂ ਦੇਣੀ ਸਾਰੀ ਉਮਰ ਕੰਮ ਕੀਤਾ ਤੇ ਕਿੰਨੀਆਂ ਗਮਾਵਾ ਨੇ ਜਿਹੜੀਆਂ ਇਨਾ ਕੰਮ ਕਰਦੀਆਂ ਯਾਰ ਹੈਗੀਆਂ ਹੈਗੀਆਂ ਬਤਵਾ ਬੰਦੇ ਹੈਗੇ ਮੈਂ ਤੁਹਾਨੂੰ ਇੱਕ ਗੱਲ ਕਹੀ ਸੀ ਨਾ ਪਿੱਛੇ ਕਿ ਗਰੋਥ ਕਮਿਊਨਿਟੀ ਦੀ ਸਾਰੀ ਦੀ ਹੋਣੀ ਚਾਹੀਦੀ ਆ ਹੂੰ ਇੰਡੀਵਿਜੂਅਲ ਗਰੋਥ ਇੱਕ ਬੰਦਾ ਗਰੋਅ ਕਰ ਗਿਆ 5 ਕਰ ਗਿਆ 10 ਕਰ ਗਿਆ ਹੂੰ ਉਹਨਾਂ ਨੇ ਆਪਣੇ ਬੱਚੇ ਵੀ ਤੇ ਵੇਣ ਹੋਏ ਆ ਬਰਾਬਰਤਾ ਦੀ ਗੱਲ ਹੋਣੀ ਚਾਹੀਦੀ ਆ ਜੇ ਸਾਰਾ ਕਮਿਊਨਿਟੀ ਗਰੋ ਕਰੇਗੀ ਸਾਰਾ ਪੰਜਾਬ ਗਰੋ ਕਰੇਗਾ ਤੇ ਇਹ ਜਿਹੜੀਆਂ ਮੈਟ੍ਰਿਮੋਨੀਅਲ ਅੱਜਕੱਲ ਪ੍ਰੋਬਲਮਸ ਆ ਰਹੀਆਂ ਕਿ ਬਰਾਬਰ ਦਾ ਬੰਦਾ ਨਹੀਂ ਲੱਭਦਾ ਜਾਂ ਇਹ ਬਰਾਬਰ ਦੇ ਐਜੂਕੇਟਿਡ ਬੱਚੇ ਨਹੀਂ ਆਪਸ ਚ ਕੰਪੈਟੀਬਿਲਟੀ ਨਹੀਂ ਲੱਭਦੀ ਇਹ ਸਾਰੀਆਂ ਗੱਲਾਂ ਦਾ ਇੱਕੋ ਹੀ ਹੱਲ ਹੈ ਕੀ ਸਾਰੇ ਕਰੋ ਕਰ ਸਾਰੇ ਨੂੰ ਨਾਲ ਲੈ ਕੇ ਚੱਲਿਆ ਜਾਵੇ ਸਾਰੇ ਨਾਲ ਲੈ ਕੇ ਚੱਲਿਆ ਜਾਵੇ ਸਾਰੇ ਕਰੋ ਕਰਨ ਤੇ ਉਹਦਾ ਆਨੰਦ ਹੀ ਹੋ ਰਿਹਾ ਹੈ ਹਮ ਲੇਕਨ ਅੱਜ ਹੁਣ ਤਾਂ ਕੀ ਵੱਡਾ ਬੰਦਾ ਕਹਿੰਦਾ ਯਾਰ ਕਿ ਇਹ ਅੱਛਾ ਹੈ ਪਰ ਉਹ ਵੱਡਾ ਸਰਦਾਰ ਹੈ ਇਹਨੂੰ ਨੱਪੋ ਪਹਿਲਾਂ ਹਮ ਹਾਂ ਤੋ ਚਲੋ ਕਿਸੇ ਦੇ ਨੱਪਿਆ ਕੋਈ ਨਹੀਂ ਨੱਪਿਆ ਜਾਂਦਾ ਹਮ ਮਾਲਕ ਅੱਜ ਦਿਨ ਨਾਲ ਫਿਰ ਪੁੱਛਦਾ ਨਹੀਂ ਬੰਦੇ ਨੂੰ ਹੁਣ ਤੁਹਾਡੀ ਏਜ ਕਿੰਨੀ ਹੋਗੀ ਦੇਖੋ ਜੀ ਤੁਸੀਂ 56 67 ਸਾਲ ਦਾ ਹੋ ਗਿਆ ਮੈਂ 67 ਹਾਂ 67 ਦੇ ਹੋ ਗਏ ਤੁਸੀਂ ਮਤਲਬ ਤੁਹਾਡੇ ਤੁਸੀਂ ਜਿਵੇਂ ਗੱਲ ਕਰਦੇ ਹੋ ਤੁਹਾਡੀ ਗੱਲ ਕਰਨ ਦਾ ਸਟਾਈਲ ਜਿਵੇਂ ਕਹਿੰਦੇ ਮੈਂ ਮਤਲਬ ਦਲੇਰ ਹਾਂ ਮੈਂ ਹਨਾ ਪਰ ਮੈਂ ਨਹੀਂ ਕਹਿੰਦਾ ਮੈਂ ਦਲੇਰ ਹਾਂ ਲੇਕਰ ਮੈਂ ਕਮਜ਼ੋਰ ਨਹੀਂ ਹਾਂ ਹਾਂ ਕਮਜ਼ੋਰ ਨਹੀਂ ਮੈਂ ਛੋਟੀ ਗੱਲ ਕਰਨ ਦਾ ਜਿਹੜਾ ਸਟਾਈਲ ਥੋੜੀ ਟੋਨ ਸਾਰਾ ਕੁਝ ਹਨ ਜਿਵੇਂ ਲੋਕ ਦੇਖਦੇ ਆ ਪਰ ਕਈ ਚੀਜ਼ਾਂ ਨੂੰ ਮਿਸ ਕਰਦੇ ਹਾਂ ਜ਼ਿੰਦਗੀ 'ਚ ਜਿਵੇਂ ਤੁਸੀਂ ਮਦਰ ਦੀ ਗੱਲ ਕੀਤੀ ਹਨਾ ਮੈਂ ਉਹਨਾਂ ਨੂੰ ਮਿਸ ਕਰਦਾ ਮੈਂ ਕਈ ਵਾਰ ਰੋ ਪੈਣਾ ਰੋ ਪੈ ਨਹੀਂ ਉਹ ਇਹ ਤਾਂ ਕੱਲੇ ਹੁੰਨੇ ਹੋ ਚਲੋ ਹੁਣ ਇਹਨਾਂ ਛੜੀਕ ਦੇ ਇੱਥੇ ਕੰਮ ਚੱਲ ਪਵੇ ਨਹੀਂ ਨਹੀਂ ਚਲੋ ਨਹੀਂ ਬਾ ਬਾ ਇੰਤਜ਼ਾਰ ਹਰੇਕ ਨੂੰ ਆਪਣੀ ਮਾਂ ਨਾਲ ਪਿਆਰ ਮੇਰੇ ਫਾਦਰ ਨੇ ਮੇਰਾ ਛੋਟਾ ਭਰਾ ਮੇਰੇ ਨੂੰ 1.5 ਸਾਲ ਛੋਟਾ ਜੀ ਤੇ ਮੇਰੇ ਫਾਦਰ ਨੇ ਕਿਹਾ ਤੂੰ ਕਹਦਾ ਪੁੱਤਿਆ ਮੈਂ ਕਹਾਂ ਆਪਣੀ ਮਾਂ ਦਾ ਪੁੱਤ ਤੇ ਉਹਨੇ ਕਿਹਾ ਮੈਂ ਜ਼ਮੀਨ ਨਹੀਂ ਦੇਣੀ ਹੂੰ ਤੇ ਤੇਰੀ ਮਾਂ ਕੋ ਤਾਂ ਵੰਗਾ ਹੀ ਆ ਮੈਂ ਕਹਾਂ ਮੈਂ ਨਹੀਂ ਲੈ ਲਊ ਸੋ ਗੱਲਾਂ ਯਾਦ ਆਉਂਦੀਆਂ ਅੱਜ ਉਹਨਾਂ ਦੀ ਜਿਵੇਂ ਇੰਨੀ ਮਿਹਨਤ ਉਹਦੋਂ ਕੀਤੀ ਜਿਵੇਂ ਤੁਸੀਂ ਕਿਹਾ ਜੰਗਲਾਂ 'ਚ ਰਹੇ ਅਸੀਂ ਛੱਪੜਾਂ 'ਚ ਰਹੇ ਅੱਜ ਜਦੋਂ ਇੰਨਾ ਕੁਸ਼ਾ ਹਨਾ ਅੱਜ ਯਾਦ ਆਉਂਦੇ ਨੇ ਉਹ ਉਹ ਵੀ ਆ ਦੰਦੇ ਰੱਬ ਨੂੰ ਵੀ ਯਾਦ ਰੱਖਣਾ ਚਾਹੀਦਾ ਉਹਦਾ ਧੰਨਵਾਦ ਵੀ ਕਰਨਾ ਚਾਹੀਦਾ ਇੱਕ ਇਹ ਇੱਕ ਗੱਲ ਕਹੀ ਜਾਂਦੀ ਨਾ ਵੀ ਬੱਚੇ ਦਾ ਸਭ ਤੋਂ ਪਹਿਲਾਂ ਸਕੂਲ ਸਭ ਤੋਂ ਪਹਿਲਾਂ ਦੀ ਆਪ ਕੋ ਦੀ ਮਾਂ ਹੁੰਦੀ ਆ ਇਹ ਜਿਹੜੀ ਇਹ ਦਲੇਰੀ ਆ ਕਿ ਜਿਵੇਂ ਤੁਸੀਂ ਕਿਹਾ ਮੇਰੇ ਮਦਰ ਰਾਤ ਨੂੰ 2 ਵਜੇ ਉੱਠ ਕੇ ਸਭ ਚੈੱਕ ਕਰਦੀ ਸੀ ਇਹ ਮਾਂ ਮਾਂ ਤੋਂ ਆਈ ਆ ਜਮ ਅੱਛਾ ਮੈਂ ਹੋਰ ਤੁਹਾਨੂੰ ਦੱਸਾਂ ਆਈ ਅਤਵਾਦ ਆ ਗਿਆ ਜਦੋਂ ਇੱਥੇ 92 ਦੇ ਬਾਅਦ ਰਾਜ ਸਥਾਪਿਤ ਹੋਇਆ ਕਾਂਗਰਸ ਦਾ ਤੇ ਕੁਝ ਜਿਹੜੇ ਗਰਮ ਤੜੇ ਅਤਵਾਦੀ ਉਹ ਯੂਪੀ ਚਲੇ ਗਏ ਉੱਥੇ ਜਾ ਕੇ ਵੀ ਕੰਮ ਇਹ ਚਾਲੂ ਕਰ ਦਿੱਤਾ ਤੇ ਮੇਰੀ ਮਾਤਾ ਨੂੰ ਮੇਰੇ ਭਤੀਜੇ ਨੇ ਅਸੀਂ ਸਾਰਾ ਟੱਬਰ ਚੰਡੀਗੜਾ ਗਿਆ ਹਮ ਕਾਰਖਾਨਿਆਂ ਚ ਪੈ ਗਿਆ ਤੇ ਮੇਰੀ ਮਾਤਾ ਨੂੰ ਕਿਹਾ ਕਿ ਮਾਤਾ ਜੀ ਤੁਸੀਂ ਭੂਆ ਜੀ ਤੁਸੀਂ ਰਾਤ ਨੂੰ ਆ ਕੇ ਸਾਡੇ ਫਾਰਮ ਤੇ ਸੌਂ ਜਾਇਆ ਕਰੋ ਹਮ ਕਹਿੰਦੇ ਤੇਰੇ ਫਾਰਮ ਤੇ ਕਿਉਂ ਸੌਂਗੀ ਹਮ ਕਹਿੰਦੇ ਜੇ ਕੱਲ ਨੂੰ ਕੋਈ ਹਵੀ ਨਵੀ ਹੋ ਗਈ ਅਸੀਂ ਲੋਕਾਂ ਨੂੰ ਕੀ ਮੂੰਹ ਦਿਖਾਵਾਂਗੇ ਹਮ ਕਹਿੰਦੇ ਉਹਨਾਂ ਨੂੰ ਆਉਣ ਦੇ ਹਮ ਮੈਂ ਉਹਨਾਂ ਨੂੰ ਦੱਸੂਗੀ ਦਿਖਾਵਾਂਗੀ ਕਿ ਇਹ ਜਮੀਨਾ ਜਦ ਤਾਂ ਬਣਾਈਆਂ ਕਿਦਾਂ ਹਮ ਮੈਂ ਨਹੀਂ ਡਰਦੀ ਡਰਦੀ ਤੇ ਵੈਸੇ ਆਇਆ ਵੀ ਕੋਈ ਨਹੀਂ ਮੇਰੇ ਫਾਦਰ ਵੀ ਚੰਡੀਗੜ੍ਹ ਰਹਿੰਦੇ ਸੀ ਸਾਡੇ ਨਾਲ ਉਹਨਾਂ ਦੇ ਗੋਡਿਆਂ ਦੀ ਪ੍ਰੋਬਲਮ ਸੀ ਉਹ ਅਸੀਂ ਇਲਾਜ ਕਰਾ ਰਹੇ ਸੀ ਨਹੀਂ ਹੋ ਪਾਇਆ ਇਲਾਜ ਚਲੋ ਉਹ ਗੱਲ ਵੱਖਰੀ ਆ ਬਟ ਮੇਰੇ ਮਾਤਾ ਬਹੁਤ ਦਲੇਰ ਸੀਗੇ ਮੇਰਾ ਤਾਇਆ ਬਹੁਤ ਦਲੇਰ ਸੀ ਹਮ ਵੱਡੇ ਵਾਲੇ ਰਾਣਾ ਜਗENDER ਸਿੰਘ ਜੀ ਜੀ ਉਹਦਾ ਸਿੱਕਾ ਚਲਦਾ ਸੀ ਹਮ ਮੇਰੇ ਫਾਦਰ ਬਹੁਤ ਸ਼ਰੀਫ ਸੀਗੇ ਸਾਉ ਬਿਲਕੁਲ ਸ਼ਾਂਤ ਸਬਾ ਹੂੰ ਤੁਹਾਡੇ ਬਾਰੇ ਇਹ ਕਹਿੰਦਾ ਨਾ ਜੰਨੀ ਦੇਰ ਸਾਉ ਨੇ ਸਾਉ ਨੇ ਜਦੋਂ ਅੜਬ ਨੇ ਤਾਂ ਬਹੁਤ ਅੜਬ ਹੋ ਜਾਂਦੀ ਆ ਮੈਂ ਯਾਰ ਕਿਸੇ ਦੀ ਗੱਲ ਨਹੀਂ ਆਉਂਦਾ ਹੂੰ ਦੇਖੋ ਅੱਜ ਰਾਜਨੀਤੀ ਕੀ ਆ ਯਾਰ ਅੱਜ ਰਾਜਨੀਤੀ ਦੇਖੋ ਕਿੱਡਾ ਸਤਰ ਸਾਡਾ ਮੈਨੂੰ ਤਾਂ ਸ਼ਰਮ ਆਉਂਦੀ ਹਿੱਕੀ ਦਫਾ ਹੂੰ ਅ ਕਿਸੇ ਦੇਖੋ ਹੁਣ ਅ ਅ ਕਿਸੇ ਪਾਰੇ ਬੋਲੀ ਜਾਓ ਬਗੈਰ ਮਤਲਬ ਦੇ ਬੋਲੀ ਜਾਓ ਉਦਾ ਕਰੈਕਟਰ ਅਸੈਸੀਨੇਸ਼ਨ ਕਰੀ ਜਾਓ ਲੋਗ ਵੀ ਸਵਾਦ ਲੈਂਦੇ ਆ ਹੂੰ ਤੇ ਰਾਜਨੀਤੀ ਵੀ ਅਜੇ ਹੀ ਰਹਿ ਗਈ ਆ ਹੂੰ ਤੁਸੀਂ ਮੈਨੂੰ ਦੱਸੋ ਯਾਰ ਮੈਂ ਕਿਸੇ ਦਾ ਕਰੈਕਟਰ ਅਸੈਸੀਨੇਸ਼ਨ ਕੀਤਾ ਹੋਵੇ ਅੱਜ ਤੱਕ ਕਿਸੇ ਬਾਰੇ ਮੁੰਡਾ ਬੋਲਿਆ ਹੋਵੇ ਤੁਹਾਡੇ ਬਾਰੇ ਨਾ ਐਂ ਕਿਹਾ ਜਾਂਦਾ ਜੀ ਦੇ ਨਾਲ ਪਹਿਲਾਂ ਵਿਗੜ ਜਾਂਦੀ ਆ ਮੁੜ ਕੇ ਲੂਟ ਵੀ ਬਾੜੀ ਛਿਤੀ ਹੋ ਜਾਂਦੀ ਆ ਜਿਵੇਂ ਮਤਲਬ ਵਿਕਰਮ ਮਜੀਠੀਆ ਹੋਰਾਂ ਦੇ ਨਾਲ ਪਹਿਲਾਂ ਵਾਵਾ ਉਹ ਹੋ ਗਈ ਸੀ ਤੂੰ ਤੂੰ ਮੈਂ ਮੈਂ ਤੇ ਅੱਜ ਕੱਲ੍ਹ ਤੱਕ ਕਹਿੰਦੇ ਵਾਵਾ ਲੂਟ ਆ ਤੁਹਾਡੀ ਦੇਖੋ ਇਸ ਤਰ੍ਹਾਂ ਆ ਹੂੰ ਵਿਕਰਮ ਜੀਠੀਏ ਨਾਲ ਹੂੰ ਉਸ ਅਸੈਂਬਲੀ ਸੈਸ਼ਨ ਦੇ ਵਿੱਚ ਹੀ ਹਮ ਜਾਖੜ ਸਾਹਿਬ ਨੇ ਕਿਹਾ ਸੀ ਕਿ ਸੈਸ਼ਨ ਯਾਰ ਪੰਜਾਬ ਹਿੱਤ ਚ ਆਪਾਂ ਕਈ ਗੱਲਾਂ ਕਰਨੀਆਂ ਹੁੰਦੀਆਂ ਹਮ ਤੇ ਬਹਿ ਕੇ ਗੱਲ ਕਰਦੇ ਆ ਮੈਂ ਜੀ ਜੋ ਤੁਹਾਡਾ ਹੁਕਮ ਹਮ ਉਹਨਾਂ ਨੇ ਬੈਠ ਕੇ ਬਾਦਲ ਸਾਹਿਬ ਨੇ ਸਪੀਕ ਕਰਨੇ ਨਿਪਟਵਾ ਦਿੱਤੀ ਸੀ ਹਮ ਤੇ ਫਿਰ ਯਾਰ ਕਈ ਗੱਲਾਂ ਤੁਸੀਂ ਆਪਣੇ ਲਈ ਘਟ ਅੱਜ ਪੰਜਾਬ ਹਿੱਤ ਦੀ ਕੋਈ ਗੱਲ ਕਰਤਾ ਅੱਜ ਤਾਂ ਮੈਂ ਆ ਇੰਨਾ ਕੁਝ ਪੰਜਾਬ ਚ ਕਰਨੂ ਆ ਕਰੋ ਲੋੜ ਐ ਖੇਤੀਬਾੜੀ ਬਾਰੇ ਲੋੜ ਐ ਹਾਂਜੀ ਹੁਣ ਆਪਾਂ ਚਕੁੰਦਰ ਲਿਆਦੀ ਗੰਨੇ ਦੀਆਂ ਨਵੀਆਂ ਨਵੀਆਂ ਕਿਸਮਾਂ ਲੈਣੀਆਂ ਹਾਂ ਹਾਂਜੀ ਮੈਂ ਜਾਣਾ ਉਧਰ ਜ਼ਵਾਬੇ ਸਾਡੇ ਕੀ ਰਿਸ਼ਤੇਦਾਰ ਆ ਉਹ ਵੀ ਕਈ ਬੀਜਦੇ ਆ ਤੁਸੀਂ ਵਜਵਾਉਨੇ ਹੋ ਨਾ ਵਜਵਾਉਨੇ ਆ ਐਂਡ ਉਹ ਖੁਸ਼ ਨੇ ਹਾਂ ਹਾਂ ਔਰ ਮੱਕੀ ਦੀ ਗੱਲ ਕਰੋ ਮੱਕੀ ਮੱਕੀ ਜੀ ਹਾੜੂ ਆਕੀ ਮੱਕੀ ਬੀਜ ਰਹੇ ਆ ਇਹ ਪਾਣੀ ਛੋਣੇ ਜਨਾ ਲੈ ਰਹੀ ਹੈ ਤੇ ਜੇ ਅਸੀਂ ਯਾਰ ਬਰਸਾਤੀ ਮੱਕੀ ਵਾਲ ਨੂੰ ਲਈਏ ਉਹਦੇ ਚ ਰੇਟ ਜ਼ਿਮੀਦਾਰ ਨੂੰ ਪੂਰਾ ਮਿਲੇ ਯੀਲਡ ਉਹਦੀ ਵਧੇ ਇਹ ਬੜੀਆਂ ਗੱਲਾਂ ਕਰਨ ਵਾਲੀਆਂ ਹੂੰ ਹੁਣ ਸਮੇਂ ਆਊਗਾ ਕਰਾਂਗੇ ਕਰਨਾ ਅੱਛਾ ਮਤਲਬ ਚਲੋ ਪੋਲੀਟੀਕਲ ਗੱਲਾਂ ਵੀ ਕਿਉਂਕਿ ਜਿਆਦਾ ਹਨਾ ਥੋੜਾ ਵੀ ਐ ਹੁੰਦਾ ਵੀ ਪੋਲੀਟੀਕਲ ਪੋਲੀਟੀਸ਼ੀਅਨਸ ਨੂੰ ਐ ਹੁੰਦਾ ਇੰਟਰਵਿਊ ਚੱਲਦੀ ਹੁੰਦੀ ਆ ਪੋਲੀਟੀਕਲ ਸਵਾਲ ਹੀ ਜਿਆਦਾ ਹੁੰਦੇ ਆ ਹਨਾ ਤੇ ਉਹ ਆਪਾਂ ਉਹ ਉੱਥੇ ਮੈਂ ਫੇਲ ਹੋ ਜਨਾ ਕਿਵੇਂ ਜਦੋਂ ਪੋਲੀਟੀਕਲ ਸਵਾਲ ਆਉਂਦੇ ਮੈਂ ਫੇਲ ਹੋ ਜਨਾ ਤੁਸੀਂ ਮੈਨੂੰ ਪੰਜਾਬ ਦੀ ਡਿਵੈਲਪਮੈਂਟ ਦੀ ਗੱਲ ਇੰਡਸਟਰੀ ਦੀ ਗੱਲ ਪਾਣੀ ਦੀ ਗੱਲ ਫਿਰ ਤੁਸੀਂ ਬਿਜ਼ਨਸਮੈਨ ਬਿਜ਼ਨਸਮੈਨ ਨਹੀਂ ਆਏ ਇਹ ਜੰਗਲੀ ਬੰਦਾ ਜੰਗਲਾਂ ਚ ਪੜਿਆ ਖੇਤੀ ਕੀਤੀ ਇੰਡਸਟਰੀ ਤੁਸੀਂ ਦੇਖੋ ਵਾਟ ਟ੍ਰਾਂਸਫਰਮੇਸ਼ਨ ਇੱਕ ਯੂਪੀ ਰਾਜਨੀਤੀ ਵੀ ਜੰਗਲ ਹੀ ਹੈ ਨਾ ਕੋਈ ਪਤਾ ਨਹੀਂ ਕਿਹੜਾ ਜਾਨਵਰ ਕਦੋਂ ਕਿਹਨੂੰ ਖਾ ਜਾਏ ਜੰਗ ਜੰਗਲ ਨਹੀਂ ਆ ਕੋਈ ਕਿਸੇ ਨੂੰ ਖਾ ਨਹੀਂ ਸਕਦਾ ਮੈਨੂੰ ਤਾਂ ਖਾਦਾ ਨਹੀਂ ਕਿਸੇ ਨੇ ਕਈ ਆਏ ਰਬ ਮਾਲਾ ਕਿਰਪਾ ਕਰੇ ਇਹਨਾਂ ਦੀ ਕੋਈ ਗੱਲ ਨਹੀਂ ਹਾਂ ਲੇਕਿਨ ਨੇਕ ਨੀਤੀ ਨਾਲ ਚਲੋ ਲੋਕਾਂ ਵਿਚਰੋ ਲੋਕਾਂ ਦੀ ਗੱਲ ਕਰੋ ਪੰਜਾਬ ਬਾਰੇ ਸੋਚੋ ਰਾਜਨੀਤੀ 'ਚ ਰਹਿ ਕੇ ਬੰਦਾ ਨੇਕ ਹੋ ਸਕਦਾ ਕਿਉਂ ਨਹੀਂ ਹੋ ਸਕਦਾ ਲੋ ਰਾਜਨੀਤੀ ਤਾਂ ਬਹੁਤ ਬੇਕਿਰਕ ਦੀ ਚੀਜ਼ ਹੈ ਇਹ ਕਿਹਾ ਜਾਂਦਾ ਹੈਗਾ ਮੈਂ ਆਪਣਾ ਧਾਰਨ ਦੇ ਅੱਧ ਗਲਤ ਹੋਊਗਾ ਹੂੰ ਤੁਸੀਂ ਸੁਲਤਾਨਪੁਰ ਚੱਲ ਜਾਓ ਹੂੰ ਇੱਕ ਇੰਡੀਪੈਂਡੈਂਟ ਬੰਦਾ ਉਹਨੂੰ ਲੋਕ ਮੁਹੱਬਤ ਕਰਨ ਕੋਈ ਕੁਝ ਕੁਝ ਤਾਂ ਇਨਸਾਨੀਅਤ ਹੋਊਗੀ ਹੂੰ ਤੇ ਉਹਦੇ ਪਿਓਜ ਵੀ ਹੋਊਗੀ ਕੋਈ ਨਾ ਕੋਈ ਜਿਉ ਜੋ ਪੀਓਗਾ ਪਤਰੋਜ ਇਹ ਹੀ ਹੋਊਗਾ ਹੂੰ ਸੋ ਗੱਲ ਹੈ ਕਿ ਵੀ ਕੰਮ ਚੰਗੇ ਕਰਨੇ ਚਾਹੀਦੇ ਛੋਟੇ ਹੁੰਦੇ ਜਿਵੇਂ ਤੁਸੀਂ ਕਹਾਂ ਮੈਂ ਸਕੂਲ ਛੱਡ ਕੇ ਮੈਂ 슈ਗਰ ਮਿਲ ਜਾ ਜੂ ਵੜਦਾ ਸੀ ਚੌੜ ਛੂੜ ਕੀ ਇਲਤਾਂ ਲਤਾਂ ਕਰਦੇ ਹੁੰਦੇ ਛੋਟੇ ਹੁੰਦੇ ਕੌਣ ਨਹੀਂ ਕਰਦਾ ਯਾਰ ਕੋਈ ਦੱਸ ਦਿੰਦਾ ਕੋਈ ਦੱਸਦਾ ਨਹੀਂ ਅੱਛਾ ਤੁਸੀਂ ਕੀ ਕਰਦੇ ਸੀ ਕੋਈ ਇਲਤ ਨਹੀਂ ਛੱਡੀ ਹੋਰ ਦੱਸੋ ਕੁਈ ਯਾਰ ਕੁੱਟ ਖਾਦੀ ਵੀ ਆ ਕੁੱਟਿਆ ਵੀ ਆ ਹਾਂ ਕਿਹੜਾ ਬੱਚਾ ਨਹੀਂ ਯਾਰ ਕੇ ਨੂੰ ਛੱਡਦੀਏ ਤੇ ਜੋ ਜੁਆ ਕਾਫੇ ਚ ਲੜਪੈਂਦੇ ਆ ਛੋਟੇ ਛੋਟੇ ਹੁੰਦੇ ਆ ਹੂੰ ਤੇ ਜਿਹਨੇ ਜਿਹਨੇ ਕੁੱਟਣਾ ਖਾਦੀ ਹੋਵੇ ਹੂੰ ਉਹ ਵੀ ਕਾਦਾ ਬੰਦਾ ਹੂੰ ਭਈ ਅਹਿਮਦ ਸ਼ਾਹ 34 ਦੀ ਸਾਨੂੰ ਕੁੱਟਦਾ ਹੁੰਦਾ ਸੀ ਹੂੰ ਤਾਈਓ ਅਸੀਂ ਤਕੜੇ ਹੋਏ ਹੂੰ ਤਾਈਓ ਪੈਂਦੇ ਸੀ ਬਾਕੀਆਂ ਨੂੰ ਹੂੰ ਜਿਹੜੇ ਤੜ ਵੀ ਆਉਂਦੇ ਸੀਗੇ ਇਹ ਸਾਡੇ ਹਾਲਾਤ ਨੇ ਦੇਖੋ ਅ ਫਰਕ ਪੈ ਜਾਂਦਾ ਜੇ ਮੱਝਾ ਪਹਿਲਾਂ ਹੁੰਦਾ ਸੀ ਨਾਹਰ ਉਹ ਤੋਂ ਪਹਿਲਾਂ ਹੁੰਦਾ ਸੀ ਹੂੰ ਉਹ ਲੋਕ ਫਿਰ ਹੋ ਜਾ ਸੋਚ ਜੀ ਹੋ ਜਾਂਦੀ ਆ ਤੇ ਦੁਆਬਾ ਥੋੜਾ ਜਿਹਾ ਮਾਈਲਡ ਹੈ ਕਿਉਂ ਮਾਈਲਡ ਹੈ ਇਹਨਾਂ ਦੀ ਪਾਰ ਘੱਟ ਪੈਂਦਾ ਸੀ ਸੋ ਆਨ ਸੋਸੀਂ ਜੇ ਯੂਪੀ ਚ ਰਹੇ ਖੁੱਲੇ ਸੁਵਾਰਜ ਖੁੱਲੇ ਜੰਗਲਾਂ ਚ ਨਾ ਹਾਥੀ ਤੋਂ ਡਰੇ ਨਾ ਸ਼ੇਰ ਤੋਂ ਡਰੇ ਸੱਪਾਂ ਨੇ ਵੜਿਆ ਸੱਪਾਂ ਚ ਖੇਲੇ ਫਿਰ ਕੀ ਹੋ ਗਿਆ ਉਹ ਤੁਸੀਂ ਉਹ ਜੀ ਹੋ ਜਾਂਦੇ ਹੋ ਹੂੰ ਯੂਜ਼ ਟੂ ਜੰਨੂ ਹਾਲਾਤ ਜਿਵੇਂ ਤੁਸੀਂ ਕਿਹਾ ਵੀ ਤਤਰ ਤਤਰ ਮਾਰਦੇ ਸੀਗੇ ਨਿਸ਼ਾਨੇ ਨਿਸ਼ੂਨੇ ਕਿਵੇਂ ਹੁਣ ਕਦੇ ਟਰਾਈ ਹੁਣ ਕਦੇ ਜਿਵੇਂ ਸ਼ਿਕਾਰ ਨਹੀਂ ਮਤਲਬ ਉਹ ਸ਼ੂਟਿੰਗ ਹੁਣ ਤੇ ਕਰਦਾ ਵੀ ਹੋ ਜਾਂਦਾ ਮੰਨਦਾ ਨਾ ਨਹੀਂ ਸ਼ੂਟਿੰਗ ਕਰਦੇ ਹੋ ਮਤਲਬ ਨਹੀਂ ਸ਼ੂਟਿੰਗ ਕਰਦੇ ਹੋ ਸਕੀਟ ਵਗੈਰਾ ਜਾਂ ਟਰੈਪ ਨਹੀਂ ਮੈਂ ਨਹੀਂ ਖੇਡਦੇ ਨਹੀਂ ਨਹੀਂ ਇਹ ਤਾਂ ਬਹੁਤ ਪੁਰਾਣੀਆਂ ਗੱਲਾਂ ਯਾਰ ਹਮ ਹੁਣ ਤਾਂ 1988 ਚ ਮੈਂ ਇੱਥੇ ਆ ਗਿਆ ਹਮ ਬਈਨਸ ਤੋਂ ਲਾਵਾ ਰਾਣੇ ਦੇ ਸ਼ੌਂਕ ਕੀ ਹੈ ਨਿੱਜੀ ਜ਼ਿੰਦਗੀ 'ਚ ਸ਼ੌਂਕ ਕੀ ਹੈ ਨਿੱਜੀ ਜ਼ਿੰਦਗੀ ਦੇ ਵਿੱਚ ਸ਼ੌਂਕ ਹੈ ਚੰਗੇ ਬੰਦਿਆਂ 'ਚ ਬੈਠਣਾ ਹੂੰ ਚੰਗੇ ਇੰਟੈਲੈਕਚੁਅਲ ਬੰਦਿਆਂ ਦੀਆਂ ਗੱਲਾਂ ਸੁਣਨੀਆਂ ਹੂੰ ਚੰਗੀਆਂ ਜਿਹੜੀ ਮੇਰੇ ਇੰਟਰਸਟ ਦੀ ਕਿਤਾਬ ਹੈ ਚਾਹੇ ਸਿੱਖ ਹਿਸਟਰੀ ਦੀ ਹੋਵੇ ਚਾਹੇ ਪੰਜਾਬ ਦੇ ਪਾਣੀ ਦੀ ਹੋਵੇ ਚਾਹੇ ਖੇਤੀ ਬਾੜੀ ਬਾਰੇ ਹੋਵੇ ਇਹਨੂੰ ਸਟੱਡੀ ਕਰਨਾ ਇਹਨੇ ਦਿਨ ਕੀ ਪੜ ਰਹੇ ਹਾਂ ਇਹਨੇ ਦਿਨ ਕੀ ਪੜ ਰਹੇ ਹਾਂ ਅਪਿਛੇ ਜੇ ਮੈਂ ਯਾਰ ਇੱਕ ਕਿਤਾਬ ਉਹ ਮੈਂ ਉਹ ਫਿਰ ਪਰਸਨਲ ਜੀ ਚਲੋ ਉਹ ਛੱਡ ਦੋ ਕਿਤਾਬ ਅੱਧੀ ਕਰ ਦਿੱਤੀ ਅੱਧੀ ਪੜ੍ਹੀ ਸੀ ਮੈਂ ਕਿ ਯਾਰ ਇਹ ਪਿਛ ਫਰਾਡ ਜਿਆਦਾ ਆਤਮਾ ਛੱਡ ਦਿੰਦੀ ਚਲੋ ਤੁਹਾਨੂੰ ਮੈਂ ਉਹਦੇ ਜ਼ਿਕਰ ਕੀਤਾ ਤੁਸੀਂ ਨਾ ਨਹੀਂ ਮੈਂ ਮੈਂ ਦੇਖੀ ਕਿਤਾਬ ਮੈਂ ਨਹੀਂ ਲੈਂਦਾ ਗਿਆ ਉਹ ਦੂਸਰੀ ਹੋਰ ਉਸ ਤੋਂ ਪਹਿਲਾਂ ਕਿਹੜੀ ਪੜ੍ਹੀ ਸੀ ਉਸ ਤੋਂ ਪਹਿਲਾਂ ਮੈਂ ਪਾਣੀ ਦੇ ਉੱਤੇ ਪੜ੍ਹੀ ਸੀ ਬੜੀ ਇੰਟਰਸਟਿੰਗ ਕਿਤਾਬ ਹੈ ਕਿ ਕਿਵੇਂ ਪੰਜਾਬ ਦੇ ਪਾਣੀ ਕਿੱਦਾਂ ਪੰਜਾਬ ਡਿਵੈਲਪ ਅੰਗਰੇਜ਼ਾਂ ਨੇ ਕੀਤਾ ਪਹਿਲਾ ਵਾਰ ਨੂੰ ਡਵੈਲਪ ਕੀਤਾ ਫਿਰ ਹਿੰਦੁਸਤਾਨ ਨੂੰ ਫਿਰ ਡਿਵੀਜ਼ਨ ਹੋਈ ਫਿਰ ਡਿਵੀਜ਼ਨ ਦੇ ਵਿੱਚ ਕਿਵੇਂ ਕਿਵੇਂ ਸਟ੍ਰੈਟੇਜੀਕਲੀ ਗੁਰਦਾਸਪੁਰ ਸਾਨੂੰ ਆਇਆ ਕਿਉਂਕਿ ਸਾਨੂੰ ਪਾਣੀ ਉੱਪਰ ਤਾਂ ਹੀ ਚਾਹੀਦਾ ਸੀ ਕਿਉਂਕਿ ਹੈਡਜ਼ ਉਹਨਾਂ ਦੇ ਕੋਲ ਚੱਲ ਜਾਣਾ ਸੀ ਫਿਰ ਟ੍ਰੀਟੀ ਸਾਈਨ ਹੋਈ ਫਿਰ ਯੂਨੋ ਤਾਂ ਹੀ ਗੱਲਾਂ ਗਈਆਂ ਸੋ ਇਦਾਂ ਦੀਆਂ ਗੱਲਾਂ 'ਚ ਮਜ਼ਾ ਆਉਂਦਾ ਪੜ੍ਹਨ 'ਚ ਤਾਂ ਕਿ ਯਾਰ ਅਸੀਂ ਆਪਣੇ ਪੰਜਾਬ ਬਾਰੇ ਤੇ ਜਾਣੀਏ ਬਿਲਕੁਲ ਵਰਲਡ ਪੋਲਿਟਿਕਸ ਤੇ ਵੀ ਪੜਦੇ ਹੋ ਪੰਜਾਬ ਦੀ ਪੋਲਿਟਿਕਸ ਲੋਟ ਨਹੀਂ ਆ ਰਹੀ ਐ ਵੀਰ ਵੰਡ ਪੋਲਿਟਿਕਸ ਲੇਗੇ ਪੰਜਾਬ ਬਾਰੀ ਸੋਚ ਲਈਏ ਨਾ ਹੂੰ ਤੇ ਬਹੁਤ ਐ ਹੂੰ ਹਾਂ ਜਿਨ੍ਹਾਂ ਨੇ ਰਾਜਨੀਤੀ ਸੈਂਟਰ ਦੀ ਕਰਨੀ ਹੋਵੇ ਹੂੰ ਉਹਨਾਂ ਨੂੰ ਵਰਲਡ ਪੋਲਿਟਿਕਸ ਪੜ੍ਹਨੀ ਤੁਸੀਂ ਵੀ ਐਮਪੀ ਰਹੇ ਹੋ ਐਮਪੀ ਰਹਿ ਕਿਤਾ ਨਹੀਂ ਤੇ ਵਾਪਸ ਆ ਗਿਆ ਮੈਂ ਹੂੰ ਮੈਂ ਕਿ ਆਪਣੇ ਉੱਥੇ ਹੀ ਲੋਟ ਐ ਪੰਜਾਬ 'ਚ ਪੰਜਾਬ ਵੀ ਲੋਟ ਐ ਐਮਪੀ ਨਹੀਂ ਬੰਨ ਓਏ ਰੱਬ ਦੇ ਕੀ ਕੀ ਲਿਖਿਆ ਉਹਨੂੰ ਪਤਾ ਲੱਗਦਾ ਬਾਕੀ ਉਹਦੀ ਮਰਜ਼ੀ ਬੰਨਾ ਕੀ ਹੈ ਹੈ ਬੰਨਾ ਕੀ ਹੈ ਸੁਪਨਾ ਕੋਈ ਵੱਡਾ ਸੁਪਨਾ ਹੈ ਯਾਰ ਕਿ ਕੁਝ ਨਾ ਕੁਝ ਅੱਛਾ ਪੰਜਾਬ ਲਈ ਕਰ ਕਰਦੇ ਹਾਂ ਮੈਂ ਮੇਰਾ ਮਨ ਹੈ ਜਿਹੜਾ ਪਾਣੀ ਹੈ ਨਾ ਪੰਜਾਬ ਦਾ ਇਹ ਲਾਈਫਲਾਈਨ ਹੈ ਹੂੰ ਇਹਦੇ ਤੇ ਕੰਮ ਕਰਾਂ ਕਰ ਵੀ ਰਿਹਾ ਹੂੰ ਆਪਣੀ ਸਰਕਾਰ 'ਚ ਵੀ ਕੀਤਾ ਹੂੰ ਰਿਪੋਰਟ ਵੀ ਬਣਾਈ 1.5 ਸਾਲ ਹੋ ਗਿਆ ਅ ਸਰਕਾਰ ਆਈ ਨੂੰ ਦੂਜਿਆਂ ਨੂੰ ਹੂੰ ਇਹਨਾਂ ਨੂੰ ਉਸ ਰਿਪੋਰਟ ਨੂੰ ਲਾਗੂ ਕਰਨਾ ਚਾਹੀਦਾ ਕੋਈ ਅਸੀਂ ਬਾਈਬਲ ਨਹੀਂ ਬਣਾਤੀ ਕਿ ਕੋਈ ਕੋਈ ਧਾਰਮਿਕ ਕਿਤਾਬ ਕੀ ਚੇਂਜ ਨਹੀਂ ਹੋ ਸਕਦੀ ਉਹ ਸ਼ੌਕਮੀਆਂ ਹੋਣ ਗਿਆ ਤੁਸੀਂ ਉਹ ਛੱਛੇ ਚੀਜ਼ਾਂ ਜੋੜ ਕੇ ਉਹਨਾਂ ਨੂੰ ਇੰਪਲੀਮੈਂਟ ਕਰੋ ਰਾਣੇ ਦੇ ਪੋਲਿਟੀਕਲ ਫਰੈਂਡ ਕਿਹੜੇ ਨੇ ਦੋਸਤ ਮੈਂ ਤਾਂ ਯਾਰ ਕਦੇ ਕਿਸੇ ਕੋਈ ਜਾਂਦਾ ਜੁੰਦਾ ਨਹੀਂ ਦੋਸਤ ਕੋਈ ਵੀ ਨਹੀਂਗਾ ਕੋਈ ਦੋਸਤ ਨਹੀਂ ਬਣਾਇਆ ਹੀ ਨਹੀਂ ਕਦੇ ਨੇ ਬੜਾ ਕੇ ਦੇਖ ਲੈ ਕੌਣ ਕੌਣ ਸਾਰੇ ਹੀ ਦੇਖ ਲੈ ਯਾਰ ਛੱਡੋ ਭਰੇ ਨਾ ਉਹ ਗੱਲਾਂ ਫਰਾਜਨੀਤੀਜ ਕੋਈ ਦੋਸਤ ਹੁੰਦਾ ਦੋਸ਼ਮਣੀ ਹੁੰਦੀ ਹੈ ਨਾ ਰੋਦੀ ਗੇਮ ਆਫ ਅਪਰਚੁਨਿਸਟ ਕੀ ਆਪਰਚੁਨਿਟੀ ਨੀਅਰਸਟ ਆਪਰਚੁਨਿਟੀ ਅਵੇਲ ਕਰੋ ਅਗਲੇ ਦੇ ਸਿਰ ਤੇ ਪੈਰ ਰੱਖੋ ਤੇ ਅੱਗੇ ਜਾਓ ਤੇ ਜੇ ਮੈਂ ਕੀਤਾ ਤਾਂ ਮੈਂ ਤੁਸੀਂ ਦੱਸਦੇ ਹੋ ਕਰਦਾ ਹੁੰਦਾ ਤਾਂ ਮੈਂ ਕਾਮਯਾਬ ਹੁੰਦਾ ਹੁਣ ਕਾਮਯਾਬ ਨਹੀਂ ਏ ਨਾ ਮੈਂ ਨਹੀਂ ਸਮਝਦਾ ਮੈਂ ਰਾਜਨੀਤੀ ਚ ਰਾਜਨੀਤੀ ਚ ਕਾਮਯਾਬ ਨਹੀਂ ਮੈਂ ਆਪਣੇ ਹਲਕੇ ਚ ਕਾਮਯਾਬ ਏ ਕੈਪਟਨ ਸਾਹਿਬ ਨਾਲ ਕਿਵੇਂ ਆ ਦੋਸਤੀ ਹੁਣ ਹੈਗੀ ਏ ਦੇਖੋ ਜੀ ਅਸੀਂ ਤਾਂ ਨਵਾ ਦਿੱਤੀ ਲਗਨ ਕੀ ਕਪਟਨ ਸਾਹਿਬ ਕਹੇਦੇ ਦੋਸਤ ਹੈ ਸੁਣ ਆ ਲਿਆ ਉਹ ਰਾਜਾ ਮਹਾਰਾਜਾਂ ਬਾਰੇ ਕਿਹਾ ਜਾਂਦਾ ਨਾ ਵੀ ਯਾਰ ਕਾਦੇ ਰਾਜੇ ਮਹਾਰਾਜੇ ਮੁੱਕ ਗਏ ਹਮ ਜਾਂ 47 ਚ ਸਭ ਕੁਝ ਲੈ ਲਿਆ ਅੱਜ ਵੀ ਰਾਜੇ ਸਮਝੋ ਗਲਤ ਹੈ ਹੁਣ ਮੁੱਕ ਗਏ ਛੋਟੇ ਹੁੰਦੇ ਨੇ ਜਿਹੜੇ ਬਚਪਨ ਦੇ ਵੈਸੇ ਯਾਰ ਮੇਰੀ ਬੜੀ 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 ਮੇਰੀ ਮਨ ਚ ਗੱਲ ਆਉਂਦੀ ਹੈ ਦੱਸੋ ਕਿ ਦੇਖੋ ਬਾਦਲ ਸਾਹਿਬ ਬਹੁਤ ਦੇਰ ਮੁੱਖ ਮੰਤਰੀ ਰਹੇ 20 ਸਾਲ ਹੂੰ ਕਿ ਜ਼ਿਆਦਾ 25 ਹੈ ਪੰਜ ਵਾਰ ਰਹੇ ਨੇ ਮਤਲਬ ਸ਼ੁਰੂ ਸ਼ੁਰੂ ਚ ਉਹਨਾਂ ਨੇ ਬਹੁਤ ਬਹੁਤ ਲੜਾਈਆਂ ਲੜੀਆਂ ਹੂੰ ਅੱਛੇ ਕੰਮ ਵੀ ਕੀਤੇ ਲੇਕਿਨ ਜੋ ਪੰਜਾਬ ਲਈ ਕੈਪਟਨ ਅਮਰਿੰਦਰ ਸਿੰਘ ਨੇ ਅ ਯਾ ਬਾਦਲ ਸਾਹਿਬ ਨੇ ਫਿਰ ਬਹੁਤ ਕੁਝ ਕੀਤਾ ਹੂੰ ਮਹਾਰਾਜ ਜੀ ਤਾਂ ਮੈਨੂੰ ਗਿਲਾ ਬੜਾ ਕਿ 10 ਸਾਲ ਦੇ ਰਾਜ ਕੀ ਦਿੱਤਾ 1985 ਦੇ ਵਿੱਚ 83 ਦੇ ਵਿੱਚ ਇਹ ਬਣੇ ਐਗਰੀਕਲਚਰ ਮਿਨਿਸਟਰ ਖੇਤੀਬਾੜੀ ਮੰਤਰੀ ਬਣੇ ਕਿਸੇ ਨੇ ਇਹਨਾਂ ਨੂੰ ਦੱਸ ਦਿੱਤਾ ਹਮ ਕਿੰਦੇ ਵੀ ਡਾਈਵਰਸੀਫਿਕੇਸ਼ਨ ਹਮ ਸਾਡੀ ਡਾਈਵਰਸੀਫਿਕੇਸ਼ਨ ਨਹੀਂ ਛੱਡੀ ਯਾਰ ਅੱਜ ਵੀ ਗੱਲ ਕਰੂੰਗਾ ਤੇ ਡਾਈਵਰਸੀਫਿਕੇਸ਼ਨ ਦੀ ਗੱਲ ਕਰਨਗੇ ਤੇ ਇਹਨਾਂ ਨੂੰ ਕੋਈ ਪੁੱਛਣ ਵਾਲਾ ਅਜੇ ਤੱਕ ਪੈਦਾ ਨਹੀਂ ਹੋਇਆ ਹਮ ਕਿ 85 ਤੇ 15 2000 ਹੈ 2000 ਆ ਗਿਆ ਹਮ 2000 ਦੇ ਬਾਅਦ 23 ਸਾਲ ਹੋਰ ਹੋ ਗਏ ਹਮ ਤੁਹਾਨੂੰ ਪਹਿਲਾ ਮੌਕਾ 2002 ਚ ਮਿਲਿਆ ਹਮ ਦੂਜਾ ਮੌਕਾ 2017 ਚ ਮਿਲਿਆ ਹੂੰ ਡਾਈਵਰਸਿਫਿਕੇਸ਼ਨ ਦਾ ਇੱਕ ਕਿਲਾ ਵਧਾਇਆ ਹੂੰ ਤਾਂ ਦੱਸੋ ਇੱਕ ਮਿੰਟ ਯਾਰ ਅਸੀਂ 15000 ਏਕੜ ਡਾਈਵਰਸਿਫਾਈ ਕਰ ਦਿੱਤਾ ਕਿ ਵੀਟ ਟੂ ਬੀਟ ਇੱਕ ਰੈਜ਼ੋਲੂਸ਼ਨ ਪਾਸ ਕਰਕੇ ਕਿ ਪਾਣੀਆਂ ਦਾ ਰੱਖਾ ਹੋ ਗਿਆ ਉਦੋਂ ਬਾਅਦ ਤੁਹਾਡੇ ਦੋਸਤ ਸੀਗੇ ਤੁਸੀਂ ਕਹਿੰਦੇ ਯਾਰ ਦੋਸਤ ਰਾਜਨੀਤੀ ਕੋ ਦੋਸਤ ਹੁੰਦਾ ਨਹੀਂ ਤੁਹਾਨੂੰ ਲਿਆਉਣ ਵਾਲੇ ਤਾਂ ਕਹਿੰਦੇ ਕੈਪਟਨ ਸਾਹਿਬ ਹੀ ਤਾਂ ਤਾਂ ਕੀ ਹੋ ਗਿਆ ਹਨਾ ਫਿਰ ਅਜੀ ਨੇ ਬਾਹਰ ਤਾਂ ਦਿੱਤੀ ਜਦਰਬਈ ਸਾਰੇ ਇਹਦੇ ਉਲਟ ਹੋ ਗਏ ਮੈਂ ਕਿਹਾ ਤੇਰੇ ਨਾਲ ਸੱਤ ਬੰਦੇ ਆ ਹੂੰ ਕਹਿੰਦਾ ਇਟ ਪੋਸੀਬਲ ਵਾਟ ਯੂ نو ਮੈਂ ਕਹਿੰਦਾ ਜੀ ਲੱਗ ਜੂਗਾ ਪਰਸ ਨੂੰ ਪਤਾ ਕਹਿੰਦਾ ਨੋ ਨੋ ਥਿਸ ਇਜ਼ ਨੌਨਸੈਂਸ ਮੈਂ ਕਹਾ ਜੇ ਸੱਤਿਆ ਦਾ ਅੱਠਵਾਂ ਮੈਂ ਆਉਂਗਾ ਹੂੰ ਜੇ 10 ਵੇ ਤੇ 11ਵਾਂ ਮੈਂ ਆਉਂਗਾ ਹੂੰ ਉਹ ਹੀ ਸੱਤ ਅੱਠ ਬੰਦੇ ਸੀਗੇ ਯਾਰ ਜੇ ਕੁਝ ਕੀਤਾ ਹੁੰਦਾ ਤੇ ਪੰਜਾਬ ਮਹਾਰਾਜ ਹੈ ਮਗਰ ਖੜਾ ਕੀ ਤੈ ਕੱਕ ਨੇ ਸੌਗੇ ਉਹ ਪੰਜਾਬ ਨਾਲ ਕਿੱਡਾ ਵੱਡਾ ਧੋਖਾ ਆਪਣੇ ਪ੍ਰੋਫੈਸਰ ਨਾਲ ਆਪਣੀ ਜ਼ਮੀਰ ਨਾਲ ਕਿੱਡਾ ਵੱਡਾ ਧੋਖਾ ਜਿਵੇਂ ਮੈਂ ਕਹਾ ਬੰਦਾ ਵੱਡਾ ਸੀ ਵੱਡੀ ਗੱਲ ਨਹੀਂ ਕਰ ਪਾਇਆ ਜਿਵੇਂ ਮੈਂ ਕਿਹਾ ਤੁਸੀਂ ਖਿਡਾਰੀ ਤਕੜੇ ਹੋ ਰਾਜਨੀਤੀ ਦੇ ਵੀ ਇਹ ਗੱਲ ਕਹੀ ਜਾਂਦੀ ਜਿਵੇਂ ਹੁਣ ਆਪਦਾ ਤੇ ਕਾਂਗਰਸ ਦਾ ਤਾਂ ਹੁਣ ਅਲਾਈਂਸ ਹੋਇਆ ਤੇ ਇਹ ਵੀ ਕਿਹਾ ਜਾਂਦਾ ਵੀ ਤੁਸੀਂ ਵੱਡੀ ਭੂਮਿਕਾ ਨਿਭਾਈ ਆ ਅਲਾਈਂਸ ਦੇ ਵਿੱਚ ਤੇ ਇਸ ਤੋਂ ਪਹਿਲਾਂ ਇੱਕ ਇੱਕ ਗੱਲ ਹੋਰ ਜਲੰਧਰ ਚ ਆਮ ਚਰਚਾਵਾਂ ਸਿਆਸੀ ਫਜ਼ਾਵਾਂ ਦੇ ਵਿੱਚ ਆਮ ਚਰਚਾ ਹੈ ਕਿ ਜਲੰਧਰ ਪਾਈ ਇਲੈਕਸ਼ਨ ਚ ਰਾਣੇ ਨੇ ਸੈਟਿੰਗ ਕਰ ਲਈ ਸੀ ਆਮ ਆਦਮੀ ਪਾਰਟੀ ਨਾਲ ਰਿੰਕੂ ਰਾਣੇ ਨੇ ਦਿੱਤਾ ਜੇ ਕਿਸੇ ਦਾ ਕਰਤਾ ਬੱਚਾ ਭੱਜੇ ਹੂੰ ਤੇ ਇਹੀ ਕਿਹਾ ਜਾਊ ਪਿਓ ਨੇ ਭਜਾਇਆ ਹੂੰ ਕਈ ਵਾਰ ਬੱਚੇ ਆਪ ਭਜਦੇ ਨੇ ਤੇ ਪਿਓ ਨੂੰ ਪਤਾ ਹੀ ਨਹੀਂ ਹੁੰਦਾ ਫੱਝੰਦੇ ਨਾ ਚਲੋ ਕੋਈ ਗੱਲ ਨਹੀਂ ਉਹ ਵੀ ਖੁਸ਼ ਰਵੇ ਜਿੱਥੇ ਆ ਹੂੰ ਜੇ ਤਰੱਕੀ ਕਰ ਰਿਹਾ ਮੈਨੂੰ ਜਲਸ ਹਣ ਦੀ ਕੀ ਲੋੜ ਹੈ ਹਰ ਬੰਦੇ ਦੀ ਆਪਣੀ ਇੰਡੀਵਿਜੂਅਲ ਹੋ ਆ ਹੂੰ ਅੱਜ ਜੋ ਐਮਪੀ ਬਣਿਆ ਠੀਕ ਹੈ ਨਾ ਔਰ ਰਾਣਾ ਕਾਂਗਰਸ ਨਾਲ ਸੀਗਾ ਜੇ ਰਾਣਾ ਕਾਂਗਰਸ ਨਾ ਨਾ ਹੁੰਦਾ ਤਾਂ ਸ਼ਾਹਕੋਟ ਅਸੀਂ ਐਡੀ ਜ਼ਬਰਦਸਤ ਫਾਈਟ ਦਿੰਦੇ ਹੂੰ ਬੋਲੋ ਆ ਤੁਹਾਡੇ ਹੁਣ ਉਹਦੇ ਵੇਲੇ ਲੱਡੀ ਦਾ ਕੈਨੇਡਾ ਤੋਂ ਫੋਨ ਆ ਰਿਹਾ ਪਰ ਤੁਹਾਡਾ ਭਤੀਜਾ ਵੀ ਸਾਰੀਆਂ ਪੰਚਾਇਤਾਂ ਲੈ ਕੇ ਆਮ ਆਦਮੀ ਪਾਰਟੀ ਦੇ ਕੋਲ ਵੀ ਨਾਲ ਹੀ ਗਏ ਪੰਚਾਇਤਾਂ ਲੈ ਗਿਆ ਉਹਦੀ ਮਰਜ਼ੀ ਆ ਮੈਂ ਉਹਦੇ ਤੇ ਕੋਈ ਕਮੈਂਟ ਨਹੀਂ ਕਰਨਾ ਉਹ ਵੀ ਕਹਿੰਦੇ ਉਹ ਵੀ ਕਹਿੰਦੇ ਪ੍ਰਾਨਾ ਜੀ ਨੇ ਆਪ ਹੀ ਸਾਰਾ ਕੁਝ ਕਹਿੰਦੇ ਇਹ ਮਤਲਬ ਕਹਿੰਦੇ ਗੇਮ ਚੇਂਜਰ ਹੀ ਰਹਿਣਾ ਗਰਜੀਤ ਹੈ ਸਾਰੇ ਇਹ ਕਹਿੰਦੇ ਆ ਮਤਲਬ ਸਾਰਾ ਕੁਝ ਮੈਂ ਕਰ ਸਕਦਾ ਨਾ ਹੂੰ ਮੈਂ ਹੀ ਕੀਤਾ ਮੈਂ ਕਰ ਸਕਦਾ ਚਲੋ ਐਂ ਹੀ ਮੰਨ ਲਓ ਹੋਰ ਇਹ ਦੋ ਵੱਡੀ ਗੱਲ ਕਿਹੜੀ ਹੋ ਸਕਦੀ ਆ ਕੀਤਾ ਫਿਰ ਨਹੀਂ ਇਕ ਕੀ ਤਾਂ ਦਾ ਨੂੰ ਆ ਕੇ ਦੇਣਾ ਸੀ ਹੂੰ ਜ਼ਿੰਦਗੀ ਦੇ ਵਿੱਚ ਰਾਜਨੀਤੀ ਗੰਦੀ ਨਹੀਂ ਕੀਤੀ ਖੁੱਲ ਕੇ ਕਹਿ ਕੇ ਲੜੇ ਜਿੰਨਾ ਲੜਿਆ ਠੀਕ ਹੈ ਇਹ ਵੀ ਕਹਿਆ ਜਾਂਦਾ ਵੀ ਮਤਲਬ ਰਾਣੇ ਦੀ ਪੂਰੀ ਸੈਟਿੰਗ ਹੈ ਸਾਰੇ ਪਾਸੇ ਉੱਤੇ ਵੀ ਸੈਟਿੰਗ ਹੈ ਇੱਥੋਂ ਵਾਲਿਆਂ ਨਾਲ ਵੀ ਸੈਟਿੰਗ ਹੈ ਦੇਖੋ ਰਾਣਾ ਗੁਰਜੀਤ ਸਿੰਘ ਅੱਛਾ ਇੱਕ ਦਿਨ ਅਸ ਪਾਰਲੀਮੈਂਟ ਅਸ ਅਸੈਂਬਲੀ ਦੀ ਗੱਲ ਦੱਸ ਦਿੰਦਾ ਕਾਦੀ ਜੀ ਅਸੈਂਬਲੀ 'ਚ ਅਸੈਂਬਲੀ ਕੋਈ ਬੰਦਾ ਕਹਿੰਦਾ ਜੀ ਮੈਂ ਗਵਰਨਰ ਤੁੱਕੇ ਤੇ ਬੋਲਣਾ ਕਹਿੰਦਾ ਗਵਰਨਰ ਅਡਰੈਸ ਹੂੰ ਦੂਜੇ ਪਛਾਤੀ ਜੀ ਮੈਨੂੰ ਕਹਿੰਦੇ ਮੈਨੂੰ ਸੀਐਲਪੀ ਨੇ ਕਿਹਾ ਵੀ ਤੁਸੀਂ ਫਿਰ ਬਜਟ ਤੇ ਬੋਲਨੀ ਹੂੰ ਮੈਂ ਕਹਾਂ ਜੀ ਫਿਰ ਮੈਂ ਬੋਲੂ ਮੈਂ ਬਜਟ ਤੇ ਬੋਲੂਗਾ ਹੂੰ ਹੂੰ ਤੇ ਮੈਂ ਬਜਟ ਤੇ ਬੋਲਿਆ ਮੈਂ ਸ਼ਾਮ ਨੂੰ ਮੈਨੂੰ ਸੀਐਲਪੀ ਲੀਡਰ ਮਿਲੇ ਕਹਿੰਦੇ ਯਾਰ ਤੂੰ ਤੇ ਸੁਝਾਵੀਂ ਦਿੰਦਾ ਰਿਹਾ ਸਰਕਾਰ ਨੂੰ ਹਮ ਸਰਤਾ ਪ੍ਰਤਾਪ ਸਿੰਘ ਬਾਜਵੇ ਨੇ ਮੈਨੂੰ ਕਿਹਾ ਮੈਂ ਯਾਰ ਮੈਂ ਉਹਨਾ ਚੋਂ ਨਹੀਂ ਕਿ ਸੰਗਲ ਛੱਡੀ ਜਾ ਕੇ ਮੁੱਖ ਮੰਤਰੀ ਨੂੰ ਪਹੇ ਗਿਆ ਬੋਮ ਬੋਮ ਕਰਕੇ ਯਾਰ ਮੁੱਖ ਮੰਤਰੀ ਮੁੱਖ ਮੰਤਰੀ ਆ ਪੰਜਾਬ ਦੇ ਹਿੱਤ ਚ ਅੱਛਾ ਹੋਊਗਾ ਕੀ ਜੇ ਅਨਾਪ ਸਨਾਪ ਮੈਂ ਬੋਲਾਂ ਚਾਹੇ ਮੁੱਖ ਮੰਤਰੀ ਹੋਵੇ ਚਾਹੇ ਮੰਤਰੀ ਹੋਵੇ ਕੀ ਉਸ ਸਮੱਸਿਆ ਦਾ ਸਮਾਧਾਨ ਆ ਗੱਲ ਹੈ ਬਜਟ ਔਰ ਪੰਜਾਬ ਦੀ ਲੋੜ ਪੰਜਾਬ ਚ ਹੋਣਾ ਕੀ ਚਾਹੀਦਾ ਔਰ ਮੇਰਾ ਟੌਪਿਕ ਮੇਨਲੀ ਪਾਣੀ ਔਰ ਖੇਤੀਬਾੜੀ ਸੀ ਹਮ ਮੈਂ ਉਹਤੇ ਸੁਝਾਅ ਦਿੰਦੇ ਮੈਂ ਕਹਿੰਿਆ ਰਹਾ ਕਰੀਏ ਆਪਾਂ ਅੱਜ ਆਪਾਂ ਨੂੰ ਕੀ ਆਪਾਂ ਨੂੰ ਪੰਜਾਬ ਹਿੱਤ ਦੀਆਂ ਗੱਲਾਂ ਨਹੀਂ ਕਰਨੀ ਖਾਲੀ ਕ੍ਰਿਟੀਸਾਈਜ਼ ਕਰਨਾ ਮਾੜਾ ਕਹਿਣਾ ਹੀ ਓਪੋਜੀਸ਼ਨ ਹੈ ਹਮ ਓਪੋਜੀਸ਼ਨ ਦਾ ਸਤਾਰ ਹੋਣਾ ਚਾਹੀਦਾ ਲੈਵਲ ਹੋਣਾ ਚਾਹੀਦਾ ਐ ਵੀ ਜਿਹੜੇ ਬੋਲਦੇ ਰਹਿੰਦੇ ਆ ਰੋਜ਼ ਕ੍ਰਿਟਿਕ ਖਬਰ ਚੋਂ ਖਬਰ ਕੱਢਦੇ ਹੋ ਕ੍ਰਿਟਿਸਿਜ਼ਮ ਨਹੀਂ ਕਰਨਾ ਚਾਹੀਦਾ ਕ੍ਰਿਟਿਸਾਈਜ਼ ਕਰੋ ਤੇ ਨਾਲ ਸੋਲੂਸ਼ਨ ਦਿਓ ਹਮ ਖਾਲੀ ਕ੍ਰਿਟਿਸਾਈਜ਼ ਨਾ ਕਰੋ ਹੁਣ ਤਾਂ ਕਹਿੰਦੇ ਵਿਰੋਧੀ ਧਿਰ ਨੇ ਆ ਅਕਾਲੀ ਕਹਿੰਦੇ ਕੰਮ ਹੀ ਛੱਡ ਤਾਂ ਕਹਿੰਦੇ ਵਿਰੋਧੀਆਂ ਨੇ ਹੁਣ ਤਾਂ ਲਾਇੰਸ ਹੋ ਗਿਆ ਕਹਿੰਦੇ ਕ੍ਰਿਟਿਸਿਜ਼ਮ ਕਰ ਰਹੇ ਆ ਕਾਲੀਆਂ ਨੂੰ ਛੱਡ ਦਿਓ ਜੀ ਉਹ ਤਾਂ ਉਹਨਾਂ ਦਾ ਤਾਂ ਜ਼ਿਕਰ ਪੰਜਾਬ 'ਚ ਅੱਜ ਹੈ ਨਹੀਂ ਹਮ ਜਦੋਂ ਹੋਊਗਾ ਉਦੋਂ ਆਪਾਂ ਉਹਨਾਂ ਦੀ ਗੱਲ ਕਰ ਲਾਂਗੇ ਉਹ ਕਹਿੰਦੇ ਆਪੋਜੀਸ਼ਨ ਦਾ ਜ਼ਿਕਰ ਹਮ ਲੋਕਾਂ ਦੇ ਮਨ 'ਚ ਦੋ ਪਾਰਟੀਆਂ ਦਾ ਯਾ ਅਮਰਭਾਈ ਪਾਰਟੀ ਤੇ ਆਸੇਦ ਕਾਂਗਰਸ ਤੇ ਉਹ ਕਹਿੰਦੇ ਇਹ ਤਾਂ ਦੋਵੇਂ ਇਕੱਠੇ ਹੋ ਗਏ ਹੋ ਗਏ ਇਕੱਠੇ ਤੋ ਹੋ ਸਕਦਾ ਬਿਹਤਰ ਕਰਦੇ ਪਿੱਛੇ ਪਾਰਟੀਆਂ ਹੀ ਦੂਰ ਰਹਿ ਗਈਆਂ ਬੀਜੇਪੀ ਰਹਿ ਗਈ ਗੱਲ ਹੀ ਦਈ ਜਦੋਂ ਇਕੱਠੇ ਹੋਣਗੇ ਉਦੋਂ ਆਪਾਂ ਮਨ ਵੀ ਲਾਂਗੇ ਹਮਮ ਔਰ ਜਦੋਂ ਹੋਣਿਆ ਤੇ ਹੋਣਿਆ ਉਹ ਸੈਂਟਰ ਨੇ ਲੈਣਾ ਡਿਸੀਜਨ ਨਹੀਂ ਹੁਣ ਤੱਕ ਕਹਿੰਦੇ ਉਹ ਪਿਛਲੇ ਦਿਨੀ ਮਜੀਠਾ ਸਾਹਿਬ ਤੁਹਾਡੇ ਹੀ ਦੋਸਤ ਨੇ ਮਿੱਤਰ ਨੇ ਉਹ ਫੋਟੋ ਵਿਖਾ ਰਹੇ ਸੀਗੇ ਪ੍ਰੈਸ ਕਾਨਫਰੰਸ ਦੇ ਵਿੱਚ ਤੇ ਉਹ ਕਾਂਗਰਸ ਨੇ ਕਹਿੰਦੇ ਟਵੀਟ ਕੀਤਾ ਕਿ ਜੀਰਾਲ ਸਾਹਿਬ ਦੀ ਵੀ ਫੋਟੋ ਹੈ ਤੇ ਭਗਵੰਤ ਮਾਨ ਜੀ ਦੀ ਵੀ ਫੋਟੋ ਹੈ ਇੰਡੀਆ ਬਣ ਗਿਆ ਹੁਣ ਤਾਂ ਇੰਡੀਆ ਤੇ ਇਹ ਪਹਿਲੇ ਹੀ ਚੀਕਾ ਮਾਰਨ ਲੱਪੇ ਜਿਹੜਾ ਇੰਡੀਆ ਬਣ ਤੇ ਲੈਣ ਦਿਓ ਹੂੰ ਪਹਿਲੇ ਨਾ ਨਾ ਵੀ ਚੀਕਾ ਮਾਰੀ ਜਾਓ ਹਰ ਗੱਲ ਚ ਕ੍ਰਿਟਿਸਾਈਜ਼ ਨਹੀਂ ਕਰਨਾ ਚਾਹੀਦਾ ਤੇ ਜੇ ਇਹਨਾਂ ਦਾ ਅਲਾਈਅੰਸ ਬੀਜੇਪੀ ਨਾ ਹੋਏ ਹੂੰ ਮੈਂ ਤਾਂ ਨਹੀਂ ਕ੍ਰਿਟਿਸਾਈਜ਼ ਕਰੂੰਗਾ ਹੂੰ ਕਰਨ ਯਾਰ ਦੇਣ ਸੋਲੂਸ਼ਨ ਪੰਜਾਬ ਲਈ ਕੀ ਲਿਆਉਣਗੇ ਉਦਨ ਉਦਨ ਗੱਲ ਕਰੂੰਗਾ ਮੈਂ ਅੱਛਾ ਰਾਣੇ ਨੂੰ ਆਪਦੀ ਪੋਲਿਟੀਕਲ ਜ਼ਿੰਦਗੀ ਦੇ ਵਿੱਚ ਇਹੋ ਜਿਹਾ ਕਿਹੜਾ ਪੋਲਿਟਿਸ਼ੀਅਨ ਮਿਲਿਆ ਜਿਹੜਾ ਚੰਗਾ ਲੱਗਦਾ ਹੈ ਤੁਸੀਂ ਕਿਹੜਾ ਦੋਸਤ ਤਾਂ ਨਹੀਂ ਕੋਈ ਇਹੋ ਜਿਹਾ ਕਿਹੜਾ ਪੋਲੀਟੀਸ਼ਨ ਮਿਲਿਆ ਜਿਹੜਾ ਵਧੀਆ ਲੱਗਦਾ ਚੰਗਾ ਲੱਗਦਾ ਮੈਨੂੰ ਯੋਗੀ ਬੜਾ ਚੰਗਾ ਲੱਗਦਾ ਉਹ ਤਾਂ ਨਾਤ ਤੁਸੀਂ ਕਹੋਗੇ ਤੁਸੀਂ ਕਹੋਗੇ ਕਿ ਯਾਰ ਯੂਪੀ ਕਰਕੇ ਬੀਜੇਪੀ ਦਾ ਨਹੀਂ ਹੋ ਤਾਂ ਫਿਰ ਤੁਹਾਡੀਆਂ ਉਧਰ ਜ਼ਮੀਨਾਂ ਹਨ ਜ਼ਮੀਨਾਂ ਫੈਕਟਰੀਆਂ ਜ਼ਮੀਨਾਂ ਨਹੀਂ ਮੇਰੀ ਖੋ ਸਕਦਾ ਨਾ ਮੇਰੀ ਕੋਈ ਫੈਕਟਰੀ ਖੋ ਸਕਦਾ ਹਾਂ ਕੋਈ ਨਹੀਂ ਖੋ ਸਕਦਾ ਲੇਕਿਨ ਉਹਨੇ ਗੁੰਡਾ ਕਰਤੀ ਖਤਮ ਕੀਤੀ ਉਹਦੇ ਤੋਂ ਸਿੱਖਣਾ ਚਾਹੀਦਾ ਕਿ ਗੈਂਗਸਟਰ ਹੈ ਜਿਹੜੇ ਸਾਨੂੰ ਨਹੀਂ ਖਤਮ ਕਰਨੇ ਚਾਹੀਦੇ ਕਰੋ ਕਰਦੇ ਕਿਉਂ ਨਹੀਂ ਲੋਗ ਲੋਗਾਂ ਨੂੰ ਰਾਹਤ ਦਿਓ ਟਰਾਂਸਫਾਰਮਰ ਤੁਹਾਡਾ ਨਹੀਂ ਯਾਰ ਕੋਈ ਬਿਜਲੀ ਬਿਜਲੀ ਬੋਰਡ ਦੇ ਟਰਾਂਸਫਾਰਮਰ ਚੋਰੀ ਹੋ ਰਿਹਾ ਕਿੰਨੇ 100 ਕਰੋੜ ਰੁਪਿਆ ਸੀ ਤੇਲ ਕੱਢ ਦਿੱਤਾ ਟਰਾਂਸਫਾਰਮਰ ਫੁੱਗ ਗਿਆ ਜੀ ਟਰਾਂਸਫਾਰਮਰ ਚੋਂ ਤਾਂਬਾ ਕੱਢ ਲਿਆ ਨਸ਼ੇ ਨਾਲ ਰਿਲੇਟਡ ਸੋ ਇਹ ਗੱਲਾਂ ਨੂੰ ਐਡਰੈਸ ਕੌਣ ਕਰੂਗਾ ਉਹਨੇ ਕੀਤਾ ਨਾ ਉਹਨੇ ਕੀਤਾ ਇਹ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਮੈਂ ਬਹੁਤ ਪਸੰਦ ਕਰਦਾ ਸੀ 2002 ਤੋਂ ਲੈ ਕੇ 2007 ਤੱਕ ਹੀ ਹੀ ਵਾਸ ਐਡਮਿਨਿਸਟਰेटर ਉਦੋਂ ਦਾ ਫਿਰ ਆਏ ਨਾ ਪਰਫਾਰਮਰ ਉਦੋਂ ਪਰਫਾਰਮਡ ਉਦੋਂ ਨਵੇਂ ਨਵੇਂ ਤੁਹਾਨੂੰ ਲੈ ਕੇ ਵੀ ਆਏ ਸੀ ਨਾ ਰਾਜਨੀਤੀ ਚ ਤਾਂ ਵੀ ਲੈ ਕੇ ਪਰਫਾਰਮਿੰਗ ਹੋ ਜਾਂਦੀ ਹੈ ਕੱਲ ਲੈ ਕੇ ਆਉਣ ਤੇ ਨਵਾਬ ਵੀ ਤਾਂ ਦਿੱਤੀ ਪੰਜ ਸਾਰਿਆਂ ਨੇ ਕੁੱਟਿਆ ਵੀ ਉਹਦੇ باوجود ਇਹਦੇ ਹੱਕ ਚ ਬੋਲਿਆ ਹੂੰ ਬੋਲਣਾ ਮੇਰਾ ਫਰਜ਼ ਸੀ ਲੈ ਕੇ ਅਖੀਰੇ ਪੰਜ ਸਾਰ ਚ ਕੱਖ ਨਹੀਂ ਕੀਤਾ ਸੋ ਮੈਂ ਉਸ ਦਿਨ ਬਹੁਤ ਡਿਮਾਇਰ ਕਰ ਰਿਹਾ ਸੀ ਕਿਰਲੇ ਪੰਜਾਂ ਸਾਲਾਂ ਦੀ ਨਾਰਾਜ਼ਗੀ ਹੋਗੀ ਹੋਣੀ ਆ ਵੀ ਹਾਂ ਮੰਤਰੀ ਬਣਾਇਆ ਸੀ ਲਾਉਣਾ ਪੈ ਗਿਆ ਲਾਹਤਾ ਸਟੈਂਡ ਮਿਲਿਆ ਲਾਉਣਾ ਪੈ ਵੀ ਲਾਹਤਾ ਫਿਰ ਕਲੀਨ ਚਿੱਟ ਕਿਉਂ ਮਿਲੀ ਕਲੀਨ ਸ਼ੀਟ ਕੈਪਟਨ ਵਿੰਦਰ ਸਿੰਘ ਨੇ ਦਿੱਤੀ ਆ ਤੁਸੀਂ ਇੱਕ ਜੱਜ ਜੱਜ ਲਿਖਿਆ ਹਮ ਇਨਕਮ ਟੈਕਸ ਈਡੀ ਸਾਰਿਆਂ ਤੋਂ ਸਮ ਅਪ ਕਰਕੇ ਉਹ ਜੱਜ ਨੇ ਜਜਮੈਂਟ ਦਿੱਤੀ ਆ ਅਸੈਂਬਲੀ ਦੇ ਵਿੱਚ ਪੇਸ਼ ਹੋਈ ਆ ਪਾਸ ਹੋ ਚੁੱਕਿਆ ਨੋ ਵਨ ਕੈਨ ਕੁਐਸਚਨ ਪਰ ਹੈ ਨਾ ਕੈਬਨਟ ਛੱਡਣੀ ਪੈਗੀ ਜਾਂ ਬਾਅਦ ਦੇ ਵਿੱਚ ਮਿਲੀ ਨਹੀਂ ਕੋਈ ਗੱਲ ਨਹੀਂ ਕੈਬਨਟ ਕੀ ਚੇ ਹੁਣ ਮੈਂ ਕੈਬਨਟ ਨੂੰ ਘਾਟਿਆ ਹਮ ਕੈਬਨਟਾ 1000 ਕੇ ਕੇ ਕੋਈ ਆਮ ਆਦਮੀ ਪਾਰਟੀ ਦਾ ਹੜਜ ਗਿਆ ਹਮ ਉਹਦਾ ਤੇਲ ਮੁੱਕ ਗਿਆ ਠੀਕ ਹੈ ਨਾ ਉਹ ਸ਼ਾਇਦ ਵਜ਼ੀਰ ਹੈ ਕਿ ਕੀ ਹੈ ਚਲ ਸਾਬਕਾ ਵਜ਼ੀਰ ਹੈ ਜੀ ਤੇ ਯਾਰ ਹੁਣ ਕੀ ਨਹੀਂ ਆਪਣੇ ਕੋ ਕੈਬਨਟ ਵੱਡੀ ਹੁੰਦੀ ਆ ਰਾਜ ਸੱਤਾ ਤਾਂ ਵੱਡੀ ਹੁੰਦੀ ਆ ਨਾ ਉਹ ਅਜ ਵੀ ਹੈਗੀ ਉਹ ਅਜ ਵੀ ਹੈਗੀ ਅਹੀਂ ਕਿਹਦੇ ਗੱਲ ਨਹੀਂ ਹੁੰਦੇ ਜਿਸ ਬੰਦੇ ਨੂੰ ਕੰਮ ਕਹੀਦਾ ਯਾਰ ਉਹਦੇ 50 70% ਸਾਡੇ ਕੰਮ ਹੋ ਜਾਂਦੇ ਆ ਯਾਰ ਜਿਸ ਬੱਚੇ ਦੇ 70% 60% ਨੰਬਰ ਆ ਜਾਣ ਉਹ ਪਾਸ ਹੀ ਸਮਝੋ ਫੇਲ ਨਹੀਂ ਹੁੰਦਾ ਤੁਸੀਂ ਨਾ ਜਦੋਂ ਤੁਹਾਡੇ ਕੋਲੇ ਆਏ ਅਸੀਂ ਬਾਈ ਇਲੈਕਸ਼ਨ ਚ ਮਿਲਣ ਆਏ ਤੁਸੀਂ ਸਾਨੂੰ ਫੈਕਟਰੀ ਲੈ ਕੇ ਗਏ ਯਾਰ ਤਾਂ ਤੁਹਾਡੇ ਉਹ ਜਦੋਂ ਫਲ ਆਉਣਾ ਸੀਗਾ ਜਦੋਂ ਆਪਾਂ ਫੈਕਟਰੀ ਗਏ ਸੀ ਸ਼ੂਗਰ ਹਾਂ sugar factory sugar factory ਆਪਾਂ sugar mill ਹਾਂ ਸਕੰਦਰ ਹੋਣਾ ਸੀਗਾ ਤੁਸੀਂ ਲੈ ਕੇ ਗਏ ਉਹ ਪਾਠ ਰਖਾਇਆ ਹੋਇਆ ਸੀਗਾ ਤੇ ਮੈਂ ਗਿਆ ਤੇ ਜਦੋਂ ਮੈਂ ਵੇਖਣਾ ਮੈਂ ਇੰਨੇ ਜਾਣੇ ਆ ਕੇ ਮਿਲ ਰਹੇ ਆ ਇੰਨੇ ਵਰਕਰ ਘਟੂ ਘਟ ਮੈਂ ਕਿਹਾ 5000 ਵਰਕਰ ਤਾਂ ਹੋਊ ਮੈਂ ਮੈਂ ਗਿਣੀ ਆ ਮੈਂ ਕਿਹਾ ਜੇ 5-5 ਜੀ ਵੀ ਇੱਕ ਪਰਿਵਾਰ ਦੇ 25000 ਵੋਟ ਬਸ ਇਧੀਆਂ ਹੀ ਹੋਣਗੀਆਂ ਅੱਛਾ ਹੋਰ ਤੁਹਾਨੂੰ ਮੱਝਦਾਰ ਗੱਲ ਦੱਸਾਂ ਮੈਂ ਤਰਨ ਤਰਨ ਦਾ ਇਲੈਕਸ਼ਨ ਲੜਾ ਉਦੋਂ ਖਡੂਰ ਸਾਹਿਬ ਨਵਾਂ ਨਵਾਂ ਬਣਿਆ ਸੀ ਖਡੂਰ ਸਾਹਿਬ ਲੜੇ ਸੀ ਤੁਸੀਂ ਐਮਪੀ ਹੂੰ ਤੇ ਉਹਨੇ ਬੰਦੇ ਮੇਰੀ ਫੈਕਟਰੀ ਦੇ ਜਿਹਨਾਂ ਨੇ ਕਾਲੀ ਦਲ ਨੂੰ ਵੋਟਾਂ ਪਾਈਆਂ ਹੂੰ ਤੇ ਮੈਨੂੰ ਇੱਕ ਬੰਦਾ ਸਾਡਾ ਆਇਆ ਕਹਿੰਦਾ ਜੀ ਲਿਸਟ ਬਣਾ ਲਈਏ ਇਹਨਾਂ ਨੂੰ ਕੱਢ ਦਈਏ ਹੂੰ ਮੈਂ ਕਿਹਾ ਕਿਉਂ ਕਿ ਮੈਂ ਕਿਹਾ ਕੰਮ ਨਹੀਂ ਠੀਕ ਕਰਦੇ ਕਹਿੰਦਾ ਬੰਦੇ ਦਰਦੀਆ ਤੇ ਇਹਨਾਂ ਨੇ ਆਪਣੀ ਮੰਨੀ ਨਹੀਂ ਇਹਨਾਂ ਨੇ ਵੋਟਾਂ ਕਾਲੀ ਦਲ ਨੂੰ ਪਾਈਆਂ ਹੂੰ ਮੈਂ ਨਾ ਆਪਾਂ ਨਹੀਂ ਕੱਢਨੇ ਵੋਟਾਂ ਖਤਮ ਗੱਲ ਖਤਮ ਵੋਟਾਂ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਕਹਿੰਦੇ ਪਾਓ ਵੋਟ ਇਹ ਕਰੋ ਉਹ ਕਰੋ ਪਿਆਰ ਨਾ ਕਹਿੰਦੇ ਧੱਕੇ ਨਾ ਕਹਿੰਦੇ ਉਹ ਕਹਿੰਦੇ ਵਕਰੀਆ ਹੁਣ ਇਲੈਕਸ਼ਨ ਖਤਮ ਬਾਤ ਖਤਮ ਅੱਜ ਵੀ ਮੇਰੇ ਕੋਲ ਹੈ ਅੱਜ ਵੀ ਇਹ ਕਾਹਲੀ ਤੇ ਅਫੀਲੀਏਟਡ ਹੈ ਸੋ ਇਹ ਛੋਟੀਆਂ ਗੱਲਾਂ ਨੇ ਯਾਰ ਇਹ ਨਾ ਮੈਂ ਨਹੀਂ ਕਹਦੇ ਪਿਆਰ ਤੁਹਾਡਾ ਐ ਵੀ ਥੋੜਾ ਜਿਹਾ ਵੈਸੇ ਤੁਹਾਨੂੰ ਹਲਕੇ ਚ ਲੋਕ ਲਾਈਕ ਕਰਦੇ ਆ ਜਾਂ ਜਿਵੇਂ ਤੁਸੀਂ ਕੀ ਜਿਵੇਂ ਰਾਣਾ ਇੰਦਰ ਪ੍ਰਤਾਪ ਚ ਤਾਲੇ ਜਾਂ ਜਿੱਤੇ ਉਹ ਹਨਾ ਤਾਂ ਇਹ ਗੱਲ ਤਾਂ ਹੈਗੀ ਆ ਵੀ ਹਲਕੇ ਚ ਤੁਹਾਨੂੰ ਲੋਕ ਕੀ ਪਸੰਦ ਕਰਦੇ ਆ ਲੰਮੇ ਸਮੇਂ ਦੇ ਤੁਸੀਂ ਉੱਥੇ ਟਿਕੇ ਹੋਏ ਹੋ ਤਾਂ ਪਰ ਦੂਜੇ ਪਾਸੇ ਜਿਵੇਂ ਫੈਕਟਰੀ ਨੂੰ ਲੈ ਕੇ ਜਾਂ ਵਿਰੋਧ ਵੀ ਹੁੰਦਾਗਾ ਪੋਲਿਊਸ਼ਨ ਹੋ ਰਿਹਾਗਾ ਉਸ ਗੱਲ ਨੂੰ ਲੈ ਕੇ ਵੀ ਵਿਰੋਧ ਵੀ ਹੁੰਦਾ ਜੀ ਦੇਖੋ ਫੇਰ ਇੱਕ ਇੱਕ ਮਾਸਟਰਮਾਈਂਡ ਬੰਦਾ ਹਮ ਉਹਨੇ ਐਨਜੀਟੀ ਨੂੰ ਸ਼ਿਕਾਇਤ ਕਰ ਦਿੱਤੀ ਰਾਣਾ 슈ਗਰ ਹਮ ਤੇ ਕੋਈ ਪੱਤਰਕਾਰ ਵੀ ਸੀ ਹਮ ਉਹਨੇ ਤੁਸੀਂ ਇੱਕ ਜ਼ਮੀਨ ਸੱਜੇ ਬਨੇ ਉਹਦੇ ਦੂਜੇ ਬਨੇ ਵਾ ਤੁਹਾਡਾ ਬਾਉਂਡਰੀ ਵੀਗਰ ਉਹਦੇ ਜਿਹੜੇ ਲਾਈਟਾਂ ਲਾਈਆਂ ਜਾਂ ਕੋਈ ਪਾਈਪ 1 ਇੰਚੀ ਦਾ ਪਾਈਪ ਥੱਲੇ ਦੀ ਸੀ ਹੂੰ ਦੀਵਾਰ 'ਚ ਜੀ ਉਹਦੇ ਤੋਂ ਤਾਰ ਕੱਢ ਕੇ ਉਧਰ ਲਾਈਟਾਂ ਬਾਲਦੇ ਸੀ ਲਾਈਟਾਂ ਖਤਮ ਹੋ ਗਈ ਤਾਰ ਖਿੱਚ ਲਈ ਉਹ ਘੁਮ ਘੁਮਾ ਕੇ ਉਹਨੇ ਜ਼ੂਮ ਕੀਤਾ ਤੇ ਉਹਨੂੰ 6 ਇੰਚੀ ਦਾ ਪਾਈਪ ਦਿਖਾਤਾ ਆ ਦੇਖੋ ਆਹ ਦੇਖੋ ਇੱਥੋਂ ਪੋਲੂਸ਼ਨ ਐਸ ਨਦੀ ਦੇ ਵਿੱਚ ਪਾਇਆ ਜਾਂਦਾ ਬੜੀ ਚਲਾਈ ਸਾਡਾ ਮਰਨਾ ਹੋ ਜਾਂਦਾ ਜਦੋਂ ਦੀ ਕੋਈ ਖਬਰ ਚਲਦੀ ਹੈ। ਹੂੰ। ਐਨਜੀਟੀਆਈ ਸਾਰੀਆਂ ਚੀਜ਼ਾਂ ਚੈੱਕ ਕਰਕੇ ਗਈ। ਐਨਜੀਟੀ ਤਾਂ ਹੀ ਲੋਕਾਂ ਨੇ ਪ੍ਰਦਰਸ਼ਨ ਕੀਤਾ ਪੋਲੀਟੀਕਲ ਨੇ। ਲੋਕਾਂ ਨੇ ਨਹੀਂ ਪੋਲੀਟੀਕਲ ਬੰਦੇ ਨੇ। ਕੀ ਹੋਇਆ? ਗੱਲ ਆ ਕੰਮ ਬਗਾਉਣੇ ਬੜੇ ਸੌਖੇ ਆ। ਹੂੰ। ਕੰਮ ਬਣਾਉਣੇ ਬੜੇ ਔਖੇ ਆ। ਹਾਂਜੀ ਜੈਲਸ ਨਹੀਂ ਕਰਨਾ ਚਾਹੀਦਾ। ਹੋਰ ਜੇ ਕੋਈ ਇੰਡਸਟ੍ਰੀਲਿਸਟ ਪੰਜਾਬ ਚੋਂ ਦਾ ਇੱਕ ਸਾਡੇ ਲੀਡਰ ਨੇ ਉਸ ਵੇਲੇ ਸੀਐਲਪੀ ਦਾ ਲੀਡਰ ਸੀ ਇੰਡਸਟ੍ਰੀਅਲਿਸਾਂ ਦੇ ਉਲਟ ਧਿਆਨ ਕਹਿਤਾ ਅਸੈਂਬਲੀ 'ਚ ਮੈਂ ਉੱਠ ਕੇ ਕਿਆ ਮਾ ਕਿਆ ਖਬਰਦਾਰ ਇੰਡਸਟ੍ਰੀਅਲਿਸ ਨੂੰ ਮਾੜਾ ਕਿਆ ਇੱਕ ਬਨੇ ਬੇਰੋਜ਼ਗਾਰਾ ਲੋਕ ਦੂਜੇ ਬਨੇ ਸਾਡਾ ਖਜ਼ਾਨਾ ਖਾਦੀ ਆ ਤੇ ਤੁਸੀਂ ਇੰਡਸਟ੍ਰੀਅਲਿਸ ਤੇ ਉਲਟ ਬੋਲੋ ਇਹਨਾਂ ਨੂੰ ਮਨਾ ਕੇ ਪਿਆਰ ਨਾ ਮੱਧ ਪ੍ਰਦੇਸ਼ ਦੇਖੋ ਕਿੱਦਾਂ ਲੈ ਕੇ ਜਾਂਦਾ ਆਯੋਗੀ ਕਿੱਦਾਂ ਲੈ ਕੇ ਜਾਂਦਾ ਖੱਟਰ ਸਾਹਿਬ ਵੀ ਗੱਲਾਂ ਕਰਦੇ ਆ ਸੋ ਸਾਰੀਆਂ ਸਟੇਟਸ ਚੋਂ ਨਹੀਂ ਐ ਕਿ ਬੀ ਇੰਡਸਟਰੀ ਚਾਵੇ ਤੁਸੀਂ ਯਾਰ ਆਪੋਜੀਸ਼ਨ ਚ ਰਹਿ ਕੇ ਮੇਰੀ ਪਾਰਟੀ ਦਾ ਹੂੰ ਤਾਂ ਇਹ ਦੰਦੀਆਂ ਗੱਲਾਂ ਕਰੋ ਮੈਂ ਕਹਿੰਦਾ ਪੰਜਾਬ ਦੇ ਹਿੱਤ ਚ ਨਹੀਂ ਪੰਜਾਬ ਦੇ ਹਿੱਤ ਦੇ ਵਿੱਚ ਇੰਡਸਟਰੀ ਨੂੰ ਸਪੋਰਟ ਕਰਨਾ ਉਹਦੇ ਤਿੰਨ ਫਾਇਦੇ ਆ ਹੂੰ ਪਹਿਲੀ ਗੱਲ ਤੇ ਇੰਡਸਟਰੀ ਲੱਗੂਗੀ ਤਾਂ ਬੇਰੋਜ਼ਗਾਰੀ ਦੂਰ ਹੋਊਗੀ ਦੂਜੀ ਗੱਲ ਉਹਦੇ ਨਾਲ ਕਨੈਕਟਡ ਬੇਰੋਜ਼ਗਾਰੀ ਚ ਡਾਇਰੈਕਟ ਐਂਡ ਇੰਡਾਇਰੈਕਟ এমਪਲੋਇਮੈਂਟ ਚਾਹੇ ਕੋਈ ਟੈਕਸੀ ਚਲਾਉ ਚਾਹੇ ਕੋਈ ਟਰਾਂਸਪੋਰਟੇਸ਼ਨ ਗੁੱਡਸ ਦੀ ਇਨ ਇਨਟੈਕ ਰੂਪ ਚਾਹੇ ਨੂੰ ਬਾਹਰ ਭੇਜਾਂਗੇ ਕਿੰਨੇ ਬੰਦੇ ਜੁੜ ਜਾਂਦੇ ਆ 500 ਨਾਲ ਕਿਨੋ ਜੀ ਉਹਦੇ ਨਾਲ ਹਜ਼ਾਰ ਬੰਦਾ ਹੋਰ ਜੁੜਿਆ ਆਂਦਾ ਫਿਰ ਜਿਹੜੇ ਹਜ਼ਾਰ ਬੰਦੇ ਆ ਇਹ ਜਿੱਥੇ ਸੌਦਾ ਲੈਂਦੇ ਆ ਉਥੇ ਫਿਰ ਟੈਕਸ ਦਿੰਦੇ ਆ ਇੰਡਸਟਰੀ ਟੈਕਸ ਦਿੰਦੀ ਆ ਟੈਕਸ ਕਲੈਕਸ਼ਨ ਫਾਈਨੈਂਸ਼ੀਅਲ ਹਾਲਾਤ ਵਧੀਆ ਹੋਣਗੇ ਡਰਗ ਘਟੂਗੀ ਹੈ ਜੀ ਖੁਸ਼ਹਾਲੀ ਇੰਡਸਟਰੀ ਨਾਲ ਆਉਣੀ ਆ ਸੋਰ ਇੰਡਸਟਰੀ ਨੂੰ ਮਾੜਾ ਕਹਿਣਾ ਬਹੁਤ ਵੱਡਾ ਪਾਪ ਹੈ ਜਿਹੜੇ ਲੋਗ ਪੋਲਿਊਟ ਕਰਦੇ ਆ ਉਹਨਾਂ ਨੂੰ ਐਕਸਪੋਜ਼ ਕਰਨਾ ਚਾਹੀਦਾ ਉਹਨਾਂ ਨੂੰ ਡੰਡ ਲਾਉਣਾ ਚਾਹੀਦਾ ਹਾਂਜੀ ਔਰ ਬੇਫਜ਼ੂਲ ਐਵੇਂ ਕੈਮਰਾ ਲੈ ਕੇ ਤੇ ਯਾ ਤੂੰ ਆ ਚੱਲ ਰਿਹਾ ਯਾ ਤੁਸੀਂ ਕਰਦਾ ਸਟੋਪ ਜਦ ਬਾਲਦੇ ਹੋ ਤੇ ਜਦ ਸ਼ੁਰੂ ਸ਼ੁਰੂ ਹੀ ਤਾਂ ਜਿੰਦਰ ਸਟਾਰਟ ਕਰੋਗੇ ਉਹਦੀ ਫਾਈਨ ਟਿਊਨਿੰਗ ਕਰਨ ਨੂੰ 2-4-5 ਮਿੰਟ ਲੱਗਦੇ ਆ ਫੈਕਟਰੀ ਨੂੰ ਅੱਧਾ ਘੰਟਾ ਲੱਗ ਸਕਦਾ ਜੀ ਸੋ ਇਹ ਕੋ ਕਿ ਵੀ ਇਹ ਵੀ ਨਾ ਹੋਵੇ ਬ੍ਰੇਕਡਾਊਨ ਆ ਜਾਂਦੇ ਆ ਨਾ ਉਹਨਾਂ ਨੂੰ ਸੈਟਿੰਗਸ ਕਰਦੇ ਆ ਨੋਕਸਪੀਪ ਇਹਦੇ ਠੀਕ ਵੀ ਕਰਨਾ ਪੈਂਦਾ ਤੇ ਉਹਨੂੰ ਪੋਲੂਸ਼ਨ ਨਹੀਂ ਕਹਿੰਦੇ। ਤੁਹਾਨੂੰ ਇਨਸਪਾਇਰ ਕਿਨੇ ਗਿਤਾ ਰਾਜਨੀਤੀ ਚਾਉਣ ਲਈ? ਤੁਹਾਨੂੰ ਕਿਉਂ ਲੱਗਿਆ ਇੱਧਰ ਆਉਣਾ ਚਾਹੀਦਾ? ਯਾਰ ਮੈਨੂੰ ਇਨਸੀਡੈਂਟ ਹੋਇਆ ਕੋਈ ਇਹੋ ਜਿਹਾ ਵੀ ਹਾਂ ਰਾਜਨੀਤੀ ਚਾਉਣਾ ਪਿਆ। ਜਿੰਨਾ ਤੱਕ ਮੈਨੂੰ ਪਤਾ ਇੱਕ ਇਨਸੀਡੈਂਟ ਹੋਇਆ ਸੀ ਫਿਰ ਤੁਹਾਨੂੰ ਲੱਗਾ ਵੀ ਹਾਂ ਯਾਰ ਵੀ ਜਾਣਾ ਪੈਣਾਗਾ। ਆਹ ਹਾਂ ਬਿਲਕੁਲ ਠੀਕ। ਦੱਸਿਓਗੇ। ਢੀਂਡ ਸਾਹਿਬ ਜਿਉਂਦੇ ਆ। ਅੱਛਾ। ਉਹਨਾਂ ਨੂੰ ਪੁੱਛੋ। ਕੀ ਮੈਂ ਰਾਜਨੀਤੀ ਚ ਕਿਉਂ ਆਇਆ ਨਹੀਂ 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 ਮੈਂ ਤੁਹਾਨੂੰ ਪੁੱਛਣਾ ਢੀਂਡਾ ਸਾਹਿਬ ਨੂੰ ਮੈਂ ਮਿਲਿਆ ਆ ਨਹੀਂ ਉਹ ਜੇ 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 ਮੈਂ ਕਹੂੰ ਜੋ ਗੱਲ ਸੱਤਿਏ ਹੋਵੇ ਤਾਂ ਤੁਸੀਂ ਕੋਈ ਉਹਨਾਂ ਨੇ ਵੀ ਕਹੀ ਆ ਮੈਂ ਉਹਨਾਂ ਤੋਂ ਬਾਅਦ ਚ ਪੁੱਛਣੋ ਤੁਸੀਂ ਪਹਿਲਾਂ ਦੱਸੋ ਚਲੋ ਹਮ ਗੱਲ ਇੱਕ ਵੀ ਪੌਂਟੀ ਚੱਡਾ ਸੀਗਾ ਸ਼ਰਾਬ ਦਾ ਠੇਕੇਦਾਰ ਹਮ ਆਪਣਾ ਸੀਗਾ ਬੇਲੀ ਉਹਨੂੰ ਪੰਜਾਬ ਚ ਸਰਦਾਰ ਬੈਂਤ ਸਿੰਘ ਦੇ ਰਾਜ ਚ ਰਾਣਾ ਗੁਰਜੀਤ ਸਿੰਘ ਲੈ ਕੇ ਆਇਆ ਸੀ ਹਮ ਦੋ ਲੋ ਸਾਬ ਜੋデア ਜੀ ਸ਼ਮਸ਼ੇਰ ਦੁੱਲੋ ਸ਼ਮਸ਼ੇਰ ਦੁੱਲੋ ਇਹਨੇ ਵੀ ਇੱਕ ਕਿਰਪਿਆ ਨਹੀਂ ਲਿਆ ਸ਼ਮਸ਼ੀਰ ਦਰੋ ਨੇ اچھا ਨਾ ਪੂਰੀ ਮਦਦ ਕੀਤੀ ਆ ਗਿਆ ਉਹ ਹੋਰ ਹੀ ਸਟੈਬਲਿਸ਼ ਹੋ ਗਿਆ ਤੇ ਉਹ ਇੱਕ ਬਨੇ ਸੁਖਵੀਰ ਬਾਦਲ ਸੀ ਦੂਜੇ ਬਨੇ ਕੈਰੋ ਸੀ ਸੁਖਵੀਰ ਬਾਦਲ ਘਟਚਾ ਨਾ ਸੀ ਕੈਰੋ ਆਦੇਸ਼ ਪ੍ਰਤਾਪ ਆਦੇਸ਼ ਪੌਂਟੀ ਨਾ ਸੀਗਾ ਇਹਨਾਂ ਦੋਨਾਂ ਦੀ ਆਪਸੀ ਨਹੀਂ ਸੀ ਕਿ ਮੈਂ ਚਲੋ ਕਿਸੇ ਦੇ ਪਰਿਵਾਰ ਬਾਰੇ ਨਹੀਂ ਕਹਿਣਾ ਚਾਹੁੰਦਾ ਤੇ ਇਪੌਂਟੀ ਨੂੰ ਪ੍ਰਸ਼ਾਸਨ ਤੰਗ ਕਰਨ ਲੱਗ ਪਿਆ ਕਹਿੰਦਾ ਵੀ ਤੈਨੂੰ ਈਟੀਸੀ ਜਿਹੜਾ ਉਸ ਵੇਲੇ ਦਾ ਸੀ ਉਹਨੇ ਸਾਨੂੰ ਦੱਸ ਦਿੱਤਾ 97 ਵਾਲੀ ਗਵਰਨਮੈਂਟ ਚ ਹਸਤਾਨਗੜੀ ਇਹਨੇ ਲੈ ਨਵੇਂ ਦੀ ਗੱਲ ਹੈ ਹਮ ਮਾਰਚ ਫਰਵਰੀ ਮਾਰਚ ਦੀ ਕਿਉਂਕਿ ਤੈਨੂੰ ਪੌਂਟੀ ਠੇਕੇ ਨਹੀਂ ਮਿਲਨੇ ਹਮ ਉਹਨੇ ਮੇਰੇ ਨਾਲ ਗੱਲ ਕੀਤੀ ਮਾਟੀਂ ਸਾਹਿਬ ਨਾਲ ਗੱਲ ਕੀਤੀ ਢੀਂਸਾ ਸਾਹਿਬ ਮੈਨੂੰ ਸੁਖਵੀਰ ਕੋ ਲੈ ਗਏ ਸੁਖਵੀਰ ਨੇ ਥੋੜਾ ਜਿਹਾ ਮੈਨੂੰ ਐ ਕੀਤਾ ਮੈਂ ਕੀ ਕਿਹਾ ਉਹਨੇ ਕਿਆ ਕੁਛ ਨਹੀਂ ਅੱਛਾ ਅੱਖਾਂ ਨਾਲ ਹੀ ਡਰਾਤਾ ਲੈ ਕੇ ਯਾਰੋ ਫਿਰ ਸੁਖਵੀਰ ਵੀ ਸੁਖਵੀਰ ਖਾਣਾ ਵੀ ਡਰਾ ਦਿੰਦੇ ਆ ਨਹੀਂ ਚਲ ਕੋਸ਼ਿਸ਼ ਹੁੰਦੀ ਹੈ ਰੇਤੀ ਨਾ ਇਹ ਤਾਂ ਡਰਨ ਵਾਲੇ ਦੀ ਮਰਜ਼ੀ ਆ ਕਿ ਡਰਦਾ ਕਿ ਨਹੀਂ ਡਰਦਾ ਅੱਛਾ ਅਕੀ ਤੇ ਮੇਰਾ ਦਿਲ ਨਹੀਂ ਬਣਿਆ ਕਿ ਮੈਂ ਡਰਾਂ ਹੂੰ ਤਾਂ ਮੈਂ ਮੈਂ ਕਿਹਾ ਯਾਰ ਇਹ ਸਟੇਨਸਰ ਸਭ ਦੇਖਿਆ ਉਹ ਕਹਿੰਦੇ ਕੋਈ ਨਹੀਂ ਯਾਰ ਇਹ ਮੁੰਡਾ ਨੌਜਵਾਨ ਹੈ ਕੋਈ ਗੱਲ ਨਹੀਂ ਹੂੰ ਗਰਮ ਖੂਨ ਹੈ ਹੂੰ ਆਪਾਂ ਬਾਦਲ ਸਾਹਿਬ ਕੋ ਚੱਲਦੇ ਆ ਆਪਣੇ ਲਈ ਨਹੀਂ ਮੈਂ ਪੌਂਟੀ ਚੜ੍ਹੇ ਲਈ ਬਾਦਲ ਸਾਹਿਬ ਕੋ ਗਿਆ ਬਾਦਲ ਸਾਹਿਬ ਮੈਨੂੰ ਬਹੁਤ ਪਿਆਰ ਕਰਦੇ ਸੀ ਆਂਟੀ ਮੇਰੀ ਉਹਨਾਂ ਨੂੰ ਵੀ ਮੈਨੂੰ ਬਹੁਤ ਪਿਆਰ ਕਰਦੇ ਸੀ ਮੈਸੇਜ ਬਾਦਲ ਮਿਸਿਸ ਬਾਦਲ ਹਮ ਅਸੀਂ ਯਾਰ ਗੁਜਰਾਂ ਦੇ ਛੱਪਰਾ ਚ ਰੋਟੀ ਖਾਂਦੇ ਰਹੇ ਹਾਂ ਫੋਰ ਅ ਚੇਂਜ ਜਦੋਂ ਤਰਾਸੀ ਚ ਜਾਂਦੇ ਰਹੇ ਬਾਦਲ ਸਾਹਿਬ ਨੂੰ ਬੜਾ ਸ਼ੌਕ ਸੀ ਕਿ ਉਹਨਾਂ ਨੇ ਗੁਜਰ ਵੀ ਪਸੰਦ ਸੀ ਉਹਨਾਂ ਨੂੰ ਹਰ ਕਮਿਊਨਿਟੀ ਪਸੰਦ ਸੀ ਦੇਖੋ ਹਰ ਚੀਜ਼ ਪਸੰਦ ਸੀ ਗੁਜਰਾਤੀਆਂ ਵਜਾਂ ਪਸੰਦ ਸੀ ਪੇਡਾਂ ਵੀ ਪਸੰਦ ਸੀ ਬੱਕਰੀਆਂ ਵੀ ਪਸੰਦ ਸੀ ਆ ਮੈਂ ਕੋਈ ਪ੍ਰਸ਼ੰਸ਼ਾ ਉਹਨਾਂ ਨੂੰ ਖੁਸ਼ ਕਰ ਲਈ ਨਹੀਂ ਕਰ ਰਿਹਾ ਤੇ ਹੈ ਨਹੀਂ ਹੁਣ ਦੁਨੀਆ 'ਚ ਲੇਕਿਨ ਅਸਲੀਅਤ ਤਾਂ ਬਿਆਨ ਕਰਨੀ ਪਊਗੀ ਨਾ ਇਨਸਾਨ ਦੀ ਤੇ ਮੇਰਾ ਇਹਨਾਂ ਪਿਆਰ ਬੜਾ ਸੀ ਮੈਂ ਮਾਨਨਾ ਬਾਦਲ ਸਾਹਿਬ ਕੋ ਚਲੇ ਗਿਆ ਬਾਦਲ ਸਾਹਿਬ ਕਦੇ ਕਿਸੇ ਨੂੰ ਮਰਾਂ ਹੀ ਨਹੀਂ ਕਰਦੇ ਸੀ ਤੇ ਜੇ ਉਹਨਾਂ ਨੇ ਕਿਸੇ ਨੂੰ ਨੋ ਕਹਿਣਾ ਹੋਵੇ ਤੇ ਉਹ ਘੁਮਾਈ ਫੜਾਈ ਜਾਂਦੇ ਸੀ ਗੱਲ ਉਹ ਘੁਮਾਈ ਫੜਾਈ ਗਏ ਰੜਕੀ ਗਏ ਮੈਂ ਕਹਿੰਦਾ ਰਹਿ ਦੀ ਮਦਦ ਕਰੋ ਫੇਰ ਮੈਂ ਕਿਹਾ ਜੀ ਅੱਜ ਦੇ ਬਾਅਦ ਤੁਹਾਡੇ ਦਰਸ਼ਨ ਨਹੀਂ ਕਰਨੇ ਮੈਂ ਚੱਲਿਆ ਹੂੰ ਤੇ ਮੈਂ ਲੜਿਆ ਬਾਦਲ ਸਾਹਿਬ ਨਾਲ ਪਿਓ ਪੁੱਤਰ ਜਿਵੇਂ ਲੜਦੇ ਹੁੰਦੇ ਆ ਉਹੀ ਲੜਾਈ ਕੋਈ ਇਹ ਨਹੀਂ ਕਿ ਮੈਂ ਬਤਮੀਜ਼ੀ ਕੀਤੀ ਹੋਵੇ ਇਹ ਉਹਨਾਂ ਨੇ ਮੇਰੇ ਨਾਲ ਬਤਮੀਜ਼ੀ ਕੀਤੀ ਉਹਨਾਂ ਪਿਓ ਪੁੱਤਰ ਦੀ ਲੜਾਈ ਹੋਈ ਤੇ ਮੈਂ ਕਿਹਾ ਜੀ ਦੇ ਬਾਅਦ ਤੁਹਾਡੇ ਦਰਸ਼ਨ ਨਹੀਂ ਮੈਂ ਕਰਨੇ ਮੈਂ ਬਾਹਰ ਆ ਗਿਆ ਬਾਹਰ ਉਹਦੇ ਮੈਨੂੰ ਸਰਵੇਸ਼ ਕੌਸ਼ਲ ਮਿਲਿਆ ਹੂੰ ਕਹਿੰਦਾ ਮੁੱਖ ਮੰਤਰੀ ਜੀ ਨਾਲ ਤੂੰ ਇਹਨਾਂ ਬੋਲ ਕੇ ਜਾ ਰਿਹਾ ਪਤਾ ਤੈਨੂੰ ਤੇ ਮੈਂ ਵੀ ਤਾਅਚ ਕਹਿੰਦਾ ਮੈਂ ਯਾਰ ਮੈਂ ਦੇ ਰੈਂਡਾ ਤਰਗਿਰ ਮੋਕਮੋਦਰੀ ਦੇ ਗੋਦੀਆਂ 'ਚ ਖੇਡਦਾ ਰਿਆਂ ਯੂਪੀ ਦੇ ਜਿੱਥੇ 84 ਐਮਪੀ ਹੁੰਦੇ ਆ ਚਲੋ ਬਾਹਰ ਆ ਗਿਆ ਫੇ ਮੇਰੇ ਮੱਥੇ 'ਤੇ ਨਖਟ ਗਿਆ ਮੈਂ ਯਾਰ ਇਹ ਤੈਨੂੰ ਜੀਣ ਨਹੀਂ ਦੇਣਗੇ ਹੂੰ ਦਿੰਦੇ ਨਾ ਦਿੰਦੇ ਉਹ ਬੱਕਰੀ ਗੱਲ ਆ ਯਾਰ ਬਾਦਲ ਸਾਹਿਬ ਸ਼ਾਇਦ ਇਹ ਸੋਚ ਉਹਨਾਂ ਦੇ ਮਨ 'ਚ ਵੀ ਨਾ ਆਉਂਦੀ ਮੇਰੇ ਲਈ ਲੇਕਿਨ ਮੇਰੇ ਸਰਵੇਸ਼ ਕੌਸ਼ਲ ਦੇ ਕਹਿਣਾ ਮੇਰੇ ਮਨ 'ਚ ਆ ਗਈ ਮੈਂ 3 ਸਾਹਿਬ ਨੂੰ ਕਿਹਾ ਵੀ ਮੈਂ ਰਾਜਨੀਤੀ ਕਰਨੀ ਹੈ 3 ਸਾਹਿਬ ਕਹਿੰਦੇ ਚੱਲ ਆ ਬਾਦਲ ਸਾਹਿਬ ਤੋਂ ਟਿਕਟ ਲੈ ਕੇ ਦੇਣਾ ਹੁਣੇ ਆ ਕਰਾਉਣਾ ਉਹ ਮੈਂ ਕਿਹਾ ਇਹਨਾ ਕਰਕੇ ਕਰਨੀ ਆ ਕਹਿੰਦਾ ਫੇਰ ਮੈਂ ਕਿਹਾ ਮੇਰੇ ਕੋ ਦੋ ਤਿੰਨ ਆਪਸ਼ਨਸ ਆ ਪਹਿਲੀ ਤੇ ਮੈਂ ਬਾਜ਼ਪੁਰ ਚੱਲ ਜਾਵਾਂ ਵਾਪਸ ਇਹਨਾਂ ਨੂੰ ਜੀਨ ਨਹੀਂ ਦੇਣਾ ਮੈਂ ਜਾਣਾ ਨਹੀਂ ਮੈਂ ਛੱਡਿਆ ਬਾਜ਼ਪੁਰੋਂ ਨਹੀਂ ਜਾਣਾ ਦੂਜਾ ਕਿ ਮੈਂ ਬਾਹਰ ਚੱਲ ਜਾ ਮੈਂ ਗ੍ਰੀਨ ਕਾਰਡ ਹੋਲਡਰ ਸੀ ਮੈਂ ਜੀਣੀ ਨਹੀਂ ਦੇਣਾ ਮੈਂ ਅਖੀਰ ਕਰਿਆ ਨਾ ਤੇ ਅਮਰੀਕਾ ਚਲ ਜਾ ਮੈਂ ਕਹਿੰਦਾ ਲੇਕਿਨ ਅਮਰੀਕਾ ਤੀਜੀ ਆਪਸ਼ਨ ਹੋਊਗਾ ਨਾ ਪਹਿਲੀ ਆਪਸ਼ਨ ਮੈਂ ਕਹਿੰਦਾ ਜੀ ਮੇਰੇ ਮਨ ਚ ਹੈ ਕਿ ਜੀ ਬਾਲ ਸਾਦੇ ਪਹਿਰੀ ਹੱਥ ਲਾ ਕੇ ਮਾਫੀ ਮੰਗਣਾ ਮੈਂ ਕਹਿੰਦਾ ਮੈਂ ਨਹੀਂ ਪਹਿਰੀ ਹੱਥ ਨਾਲ ਮਾਫੀ ਮੰਗਣੀ ਹੈ ਦੂਜਾ ਬਾਜਪੁਰ ਚਲ ਜਾ ਉਥੇ ਮੈਂ ਜਾਣਾ ਨਹੀਂ ਤੀਜਾ ਮੈਂ ਅਮਰੀਕਾ ਚਲ ਜਾ ਉਹਨੂੰ ਮੈਂ ਚੌਥਾ ਰੱਖਣਾ ਤੀਜੇ ਦੇ ਨੰਬਰ ਤੇ ਮੈਂ ਕੈਪਟਨ ਮਿੰਦਰ ਸਿੰਘ ਨੂੰ ਨਵਾਂ ਨਵਾਂ ਮਿਲਿਆ ਸੀ ਮੈਂ ਕਿ ਉਹਨੂੰ ਪੁੱਛਣਾ ਕਿ ਜੇ ਤਾਂ ਮੈਂ ਦੇਣੀ ਟਿਕਟ ਐਨ ਆਰ ਕੇ ਹੋ ਕੇ ਤਾਂ ਮੈਂ ਇੱਥੇ ਰਹਿ ਸਕਦਾ ਜੇ ਮੈਂ ਇੰਡਸਟ੍ਰੀਅਲਿਸਟ ਹੋਇਆ ਤਾਂ ਮੈਨੂੰ ਮਾਰ ਦੇਣਗੇ ਪੋਲੀਟਿਕਲੀ ਸੌਰੀ ਫਾਈਨੈਂਸ਼ੀਲੀ ਫਾਈਨੈਂਸ਼ੀਲੀ ਤੇ ਚਲੋ ਜੀ ਮੈਂ ਕੈਪਟਨ ਨਰਸਿੰਘਨ ਕਾ ਉਹਨੇ ਮੈਨੂੰ ਬੜਾ ਬੜਾ ਪਿਆਰ ਕੀਤਾ ਮੇਰੀ ਚਲੀ ਬੜੀ 2200 2007 ਤਾਈ ਪਿਆਰ ਵੀ ਬੜਾ ਕੀਤਾ ਫਿਰ ਲੋਕ ਇਹ ਜਿਹੜੇ ਲੋਮੜ ਹੁੰਦੇ ਆ ਉਹ ਸਾਹਮਣੇ ਦੇ ਫਿਰ ਬਾਗ ਡੋਰਾ ਫਿਰ ਉਹ ਡਵਾਈਜ਼ਰ ਬਣ ਜਾਂਦੇ ਆ ਫਿਰ ਉਹ ਤੁਹਾਨੂੰ ਕਿਸੇ ਨੂੰ ਵੀ ਠੋਕਦੇ ਆ ਮੈਨੂੰ ਇਕੱਲੇ ਨੂੰ ਕਿਉਂ ਫਿਰ ਠੁਕਦੇ ਗਏ ਆ ਪਰ ਠੁਕਦੇ ਗਏ ਸਿਆਸੀ ਗੁਰੂ ਕਿਹਨੂੰ ਮੰਨਦੇ ਹੋ ਸਿਆਸਤ ਦਾ ਸਿਆਸਤ ਦਾ ਗੁਰੂ ਤਾਂ ਕੈਪਟਨ ਮਿੰਦਰ ਸਿੰਘ ਹੀ ਆ ਯਾਰ ਤੁਹਾਡਾ ਹਾਂ ਗੁਰੂਦਿਆਂ ਚੰਗੀਆਂ ਗੱਲਾਂ ਵੀ ਕੀਤੀਆਂ ਕੁਝ ਹੋ ਸਕਦਾ ਚੰਗੀਆਂ ਨਾਲ ਲੱਗਣ ਲੇਕਿਨ ਅਸਲੀਅਤ ਹੈ ਗੁਰੂ ਆਪਣਾ ਹੋਈ ਹੈ ਰਾਜੇ ਨੇ ਰਾਜਨੀਤੀ ਦੇ ਗੁਣ ਸਿਖਾਏ ਕੋਈ ਨਹੀਂ ਸਿਖਾਉਂਦਾ ਕਿਸੇ ਨੂੰ ਇਹਦਾ ਆਪ ਹੀ ਸਿੱਖਣਾ ਪੈਂਦਾ ਹੈ ਸ਼ਿਕਾਰ ਮਾਰਨਾ ਆਪ ਸਿੱਖਣਾ ਪੈਂਦਾ ਆਪਾਂ ਤਾਂ ਖੁਸ਼ੀ ਇਸ ਗੱਲ ਦੀ ਯਾਰ ਆਪਣੇ ਕੋਲ ਲੋਕ ਬੜਾ ਕੁਝ ਸਿੱਖੇ ਗਏ ਲੋਕ ਅੱਜ ਵੀ ਗੱਲਾ ਕਰਦੇ ਕਿ ਇਲੈਕਸ਼ਨ ਨਾ ਰਾਣੇ ਤੋਂ ਸਿੱਖੋ ਇਹਦੇ ਨਾਲ ਵੱਡੇ ਫਖਰ ਦੀ ਗੱਲ ਕਿਹੜੀ ਹੋ ਸਕਦੀ ਆ ਤੇ ਮਾਲਕ ਦਾ ਔਰ ਕਿੰਨਾ ਲਵਜੇ ਨਾਲ ਸ਼ੁਕਰੀਆ ਕਰਾਂ ਲਵਜੇ ਨਹੀਂ ਸਾਡੇ ਕੋਲ ਮੇਰੇ ਪਿਤਾ ਜੀ ਕਿਹੜੇ ਇੱਥੇ ਵਜ਼ੀਰ ਸੀਗੇ ਉਹ ਵਜ਼ੀਰਾਂ ਦੇ ਮੁੰਡੇ ਵੇਖ ਲਓ ਨਿਊਟਰਲ ਗੇਅਰ ਚ ਤੁਰੇ ਫਿਰਦੇ ਆ ਹਾਂਜੀ ਕੀ ਸੋਚਵਾਰ ਹੈ ਕਿ ਇਹਨਾਂ ਨੂੰ ਪਤਾ ਕਿ ਵੀ ਕਿਦਾਂ ਕਿਰਤ ਕਮਾਈ ਕਰਨੀ ਹੈ ਸਾਲ ਦੀ ਨਾਲ ਆਪਣਾ ਤੇ ਟੋਟਲ ਪ੍ਰੋਫੈਸ਼ਨਲ ਨੇ ਉਹ ਜਿਹੜੇ ਟੋਟਲ ਪ੍ਰੋਫੈਸ਼ਨਲ ਆ ਜਿਹਨਾਂ ਨੇ ਕਾਮੀ ਜ਼ਿੰਦਗੀ ਚ ਕੋਈ ਨਹੀਂ ਕੀਤਾ ਬਗੈਰ ਰਾਜਨੀਤੀ ਦੇ ਤੇ ਉਹਨਾਂ ਨੂੰ ਪੈਸਾ ਕਿੱਥੋਂ ਆ ਰਿਹਾ ਪੁੱਛੋ ਤੁਸੀਂ ਤੁਸੀਂ ਇਹ ਤਾਂ ਦੱਸਤਾ ਸੀ ਵੀ ਛੋਟੇ ਹੁੰਦੇ ਮੇਰਾ ਸੁਪਨਾ ਸੀ ਮੈਂ ਇੰਡਸਟਰੀਅਲਿਸਟ ਬਣਨਾ ਹੈ ਉਹ ਤਾਂ ਤੁਸੀਂ ਬਣ ਗਏ ਰਾਜਨੀਤੀ ਚ ਕਿਵੇਂ ਆਏ ਇਹ ਵੀ ਦੱਸਤਾ ਰਾਜਨੀਤੀ ਚ ਆਉਣ ਦਾ ਮਨ ਹੀ ਨਹੀਂ ਸੀ ਹੂੰ ਰਾਜਨੀਤੀ ਚ ਲੋਹਿੰਦਰ ਪ੍ਰਤਾਪ ਸਿੰਘ ਨੂੰ ਮੈਂ ਕਹਿੰਦਾ ਕਹਿੰਦਾ ਮਰ ਗਿਆ ਹੂੰ 10 ਸਾਲ ਪਹਿਲਾਂ ਮੈਂ ਕਿਹਾ ਤੂੰ ਐਮਪੀ ਲੜ ਤੂੰ ਐਮਪੀ ਲੜ ਹੂੰ ਕਹਿੰਦਾ ਆਪਾਂ ਇੱਕ ਇੱਕ ਕੋ ਕੰਮ ਹੈ ਹਾਲਾਤ ਬਣੇ ਮਾਲਕ ਮਾਈਂਡ ਚੇਂਜ ਕਰ ਦਿੰਦਾ ਹਾਲਾਤ ਬਣਾ ਦਿੰਦਾ ਚਕੁੰਦਰ ਬਜਾਉਣ ਗਿਆ ਉੱਥੇ ਲੋਕਾਂ ਨੇ ਜਦ ਦਸਤਾਨ ਸੁਣਾਈ ਉੱਥੇ ਦੇ ਉਸ ਵੇਲੇ ਦਾ ਮੌਜੂਦਾ ਐਮ.ਐਲ.ਏ ਤੇ ਇਹਦੇ ਮਨ ਚ ਪਤਾ ਨਹੀਂ ਮਾਲਕ ਦੀ ਕਿਰਪਾ ਹੋਈ ਬਾਬੇ ਨਾਨਕ ਨੇ ਪਾਇਆ ਕੀ ਹੋਇਆ ਇਹ ਚੇਂਜ ਹੋ ਗਿਆ ਕਿ ਉਹ ਮੈਂ ਇਲੈਕਸ਼ਨ ਲੜਨੀ ਮੈਂ ਲੜ ਫਿਰ ਉਧਰੋਂ ਅਮਰੀਕਨ ਸਿਟੀਜ਼ਨ ਫਿਰ ਰੀਨੰਸੀਏਟ ਕਰਨੀ ਸੀ ਉਹ ਵੀ ਇੱਕ ਏਡਾ ਵੱਡਾ ਪ੍ਰੋਜੈਕਟ ਹੂੰ ਤੇ ਉਹ ਹੀਲੇ ਦਿਨ ਹੋਈ ਬਹੁਤ ਬਹੁਤ ਮੁਸ਼ਕਲ ਤੁਸੀਂ ਜਿਵੇਂ ਮੈਂ ਗੱਲ ਕਰ ਰਿਹਾ ਸੀ ਇੰਡਸਟ੍ਰੀਅਲਿਸਟ ਬਣਨਾ ਚਾਹੁੰਦੇ ਸੀ ਬਣ ਕੇ ਕੋਈ ਹੋਰ ਸੁਪਨਾ ਹੈਗਾ ਰਾਜਨੀਤੀ ਚ ਕੀ ਬਣਨਾ ਚਾਹੁੰਦੇ ਹੋ ਸੁਪਨਾ ਹੈ ਕੋਈ ਬਸ ਮਾਲਕ ਦਾ ਸੇਵਾ ਕਰਾਵੇ ਔਰ ਤੰਦੇ ਹੀ ਨਾ ਸੇਵਾ ਕਰੇ ਵੱਡਾ ਸੁਪਨਾ ਕੀ ਹੈ ਸੁਪਨੇ ਵੀ ਕਦੇ ਸੱਚ ਨਹੀਂ ਹੁੰਦੇ ਤੇ ਮਾਲਕ ਦੀ ਕਿਰਪਾ ਇਹ ਛਾਵਾਂ ਤਾਂ ਹੁੰਦੀਆਂ ਨੇ ਕੋਈ ਇੱਛਾ ਨਹੀਂ ਆਈ ਦੀ ਡੀਰੇਟ ਚ ਕੋਈ ਇੱਛਾ ਨਹੀਂ ਹਾਲਾਤ ਕੀ ਬਣਦੇ ਦੇਖੋ ਰਾਜੇ ਨੂੰ ਪ੍ਰਧਾਨ ਬਣਾਇਆ ਰਾਜੇ ਨੂੰ ਸਾਡੇ ਵੱਡੇ ਲੀਡਰ ਪ੍ਰਧਾਨ ਐਡਰੈਸ ਕਰਦੇ ਆ ਰਾਜਾ ਵੜਿੰਗ ਨੂੰ ਰਾਣਾ ਗੁਰਜੀਤ ਸਿੰਘ ਕਹਿੰਦਾ ਵੀ ਇਹ ਮੇਰਾ ਪ੍ਰਧਾਨ ਹੈ ਕਿਸੇ ਮੇਰੇ ਪਬਲਿਕ ਜਲਸੇ ਦੇਖ ਲਿਓ ਪ੍ਰਧਾਨ ਜੀ ਪ੍ਰਧਾਨ ਜੀ ਕਰਦਾ ਠੀਕ ਹੈ ਜੇ ਉਮਰ ਨੂੰ ਉਮਰ ਛੋਟਾ ਮੈਂ ਇੱਕ ਮਤ ਤਜਰਬਾ ਘਟਿਆ ਯਾਰ ਇਹਦਾ ਮਤਲਬ ਸਾਡੀ ਹਾਈ ਕਮਾਂਡ ਨੂੰ ਚੈਲੰਜ ਕਰ ਰਿਹਾ ਮੈਂ ਹਾਈ ਕਮਾਂਡ ਨੇ ਕੁਝ ਸੋਚ ਕੇ ਬਣਾਇਆ ਹੋਣਾ ਨਾ ਤੇ ਰਿਸਪੈਕਟ ਕਰਨੀ ਚਾਹੀਦੀ ਜਿਹੜਾ ਵੀ ਬਣ ਗਿਆ ਕੋਈ ਇੱਛਾ ਨਹੀਂ ਜਨੀ ਸਾਹਿਬ ਨੂੰ ਪਤਾ ਸੀ ਮੈਂ ਮੁੱਖ ਮੰਤਰੀ ਬਣ ਜਾਣਾ ਬਣ ਗਿਆ ਨਾ ਜਿਹੜੇ ਬਣਨ ਵਾਲੇ ਸੀ ਉਹ ਰਹਿ ਗਏ ਉਹ ਲੋਕਾਂ ਨਾਲ ਲੜਦੇ ਹੀ ਰਹਿ ਗਏ ਤੁਸੀਂ ਕੀ ਬਣਨ ਦੇਚ ਕੋ ਸੇਵਾ ਜਿਹੜੀ ਦੇਊਗਾ ਮਾਲਕ ਉਹ ਤੰਦੇ ਹੀ ਨਰਮਾਗੇ ਪਰ ਦਸਾਂਗੇ ਇੱਕ ਵੀ ਕੀ ਹੈ ਕੀ ਲੋੜਾਂ ਪੰਜਾਬ ਦੀਆਂ ਇਹਨਾਂ ਲੋੜਾਂ ਨੂੰ ਪੰਜਾਬ ਬਾਰੇ ਸੁਪਨਾ ਮੇਰੇ ਮਨ ਛਾਇ ਸੁਪਨਾ ਹਰ ਵਰਗ ਬਾਰੇ ਸੁਪਨਾ ਰੋਜ਼ ਸੁਪਨਾ ਸਕਾਰ ਹੋਊਗਾ ਜਲਕ ਦੇ ਮੌਕਾ ਦਿੱਤਾ ਰੱਬ ਨੇ ਸਿਆਸੀ ਗੁਰੂ ਮਹਾਰਾਜਾ ਪਟਿਆਲਾ ਸੀ ਮਹਾਰਾਜਾ ਬੰਨ ਦੀ ਇੱਛਾ ਹੈ ਸੀਐਮ ਬੰਨ ਦੀ ਇੱਛਾ ਹੈ ਦੇਖੋ ਗੱਲ ਆ ਸਿਆਸੀ ਗੁਰੂ ਮੇਰਾ ਮਹਾਰਾਜਾ 2002 ਤੋਂ 2007 ਵਾਲੇ ਰਾਜ ਨੂੰ ਮੈਂ ਪੂਜਦਾ ਤੇ 17 ਤੋਂ 22 ਵਾਲੇ ਨੂੰ ਮੈਂ ਕੋਸਤਾ ਮੇਰਾ ਸਵਾਲ ਇਹ ਹੈ ਵੀ ਸੀਐਮ ਬਣਨ ਦੀ ਇੱਛਾ ਹੈ ਮਹਾਰਾਜਾ ਬਣਨ ਦੀ ਇੱਛਾ ਹੈ ਯਾਰ ਮੈਂ ਕਹਾਂ ਮੈਂ ਸੀਐਮ ਬਣ ਜੂ ਮੇਰੀ ਤਾਕਤ ਹੈ ਇੱਛਾ ਹੈ ਇੱਛਾ ਨੂੰ ਛੱਡ ਦਿਓ ਇੱਛਾ ਤਾਂ ਜਿਹੜਾ ਪਹਿਲੀ ਵਾਰ ਐਮਐਲਏ ਬਣਿਆ ਹੁੰਦਾ ਉਹੀ ਕਹਿੰਦਾ ਮੈਂ ਸੀਐਮ ਆ ਤੁਸੀਂ ਤੁਸੀਂ ਇਹ ਬਾਚਲ ਦੇ ਵਿੱਚ ਤੇ ਵੇਖੋ ਕਿੰਨੇ ਕਿੰਨੇ ਕੈਂਡੀਡੇਟਸ ਨੇ ਹੂੰ ਤੇ ਹੁਣ ਕਿ ਜੇ ਦਾ ਨੋ ਲਊਗਾ ਤੇ ਠੀਕ ਨਹੀਂ ਲੱਗੂਗਾ ਕੀ ਹੋਏ ਸਲਾਹਕ ਸੀਗੇ ਜਿਹੜੇ ਬਣੇ ਹੂੰ ਚੰਨੀ ਤਾਂ ਦੇਖੋ ਮੈਂ ਚੰਨੀ ਦੀ ਨਹੀਂ ਗੱਲ ਕਰ ਰਿਹਾ ਮੈਂ ਹੋਰ ਗੱਲ ਕਰ ਰਿਹਾ ਤੂੰ ਇਹ ਰੱਬ ਦੇ ਰੰਗ ਆ ਯਾਰ ਰੱਬ ਦੀ ਮਰਜ਼ੀ ਨੂੰ ਕੋਈ ਟਾਲ ਦੂ ਹੂੰ ਉੱਤੇ ਵਿਸ਼ਵਾਸ ਰੱਖੋ ਜਿਸ ਪਾਣੀ ਜਿਹੜਾ ਜੇ 5 ਸਾਲ ਦੇ ਰਾਜ ਚ ਆਪਾਂ 4 ਸਾਲ ਨਿਊਟਰਲ ਗੇਅਰ ਚ ਰਹੇ ਹੂੰ ਤਾਂ ਤੇ ਸ਼ੁਕਰ ਨੇ ਰੱਖੀ ਤਰ੍ਹਾਂ ਦੱਸ ਦਿਓ ਕਦੇ ਮਹਿਸੂਸ ਹੋਇਆ ਕਿ ਰਾਣਾ ਚੜਦੀ ਕਲਾ ਚ ਨਹੀਂ ਆ ਉਹ ਠੀਕ ਹੈ ਆਪ ਆਪਣਾ ਮਕਸਦ ਫਿਰ ਕੀ ਜੰਦਾ ਨਾ ਰਾਜਨੀਤੀ ਜੋ ਦਿਖਦਾ ਉਹ ਨਹੀਂ ਹੁੰਦਾ ਤੇ ਜੋ ਨਹੀਂ ਦਿਖਦਾ ਕਈ ਵਾਰੀ ਉਹ ਹੁੰਦਾ ਹੈਗਾ ਓਏ ਮਾਲਕ ਦੀ ਮਰਜ਼ੀ ਆ ਤੇ ਜੇ ਨੂੰ ਪੁੱਛ ਲੋ 7-8 ਮੁੱਖ ਮੰਤਰੀ ਤੁਰੇ ਫਿਰਦੇ ਆ ਤੇ ਜੇ ਇਕੱਠੇ ਹੋ ਜਾਣ ਤਾਂ ਕਾਂਗਰਸ ਦਾ ਰਾਜ ਆ ਜਾਏ ਮੈਂ ਵੀ ਕਹਿੰਨਾ ਕਾਂਗਰਸ ਦਾ ਰਾਜ ਹੋਣਾ ਜੇ ਸਾਰੇ ਇਕੱਠੇ ਹੋ ਜਾਣ ਇਹ ਆਪਣੇ ਆਪਣੇ ਮੁੱਖ ਮੰਤਰੀ ਛੱਡ ਦੇਣ ਤਾਂ ਕਾਂਗਰਸ ਦਾ ਰਾਜ ਆ ਜਾਊਗਾ ਜੇ ਛੇ ਸਤ ਮੁੱਖ ਮੰਤਰੀ ਤੁਰੇ ਭਰਨਗੇ ਫਿਰ ਤਾਂ ਆਪੇ ਚ ਹੀ ਪੈਣਗੇ ਹੂੰ ਅੱਛਾ ਫਿਲਮ ਹਲੋ ਮੈਨੂੰ ਫਿਲਮ ਬਹੁਤ ਕੱਟ ਲਾਸਟ ਕਿਹੜੀ ਦੇਖੀ ਯਾਰ ਬੈਟਲ ਆਫ ਸਾਰਾ ਗੜੀ ਕਿਹੜੀ ਸੀ ਯਾਰ ਮੈਨੂੰ ਉਹ ਬੜੀ ਚੰਗੀ ਲੱਗੀ ਜਿਹੜੇ ਆਪਣੇ ਇੱਕ ਤਖਸ਼ ਅਕਸ਼ੇ ਨੇ ਬਣਾਈ ਸੀ ਹਾਂ ਸਾਰਾ ਗੜੀ ਹਾਂ ਬਹੁਤ ਵਧੀਆ ਲੱਗੀ। ਇਦਾਂ ਦੀਆਂ ਫਿਲਮਾਂ ਚੰਗੇ ਲੱਗਦੀਆਂ। ਵਾਰ ਮੂਵੀਜ਼ ਚੰਗੇ ਰੱਖਦੀਆਂ। ਦੇਖਦੇ ਰਹੀ ਤਾਂ। ਇਹ ਇੱਕ ਉਹ 터ਕਿਸ਼ ਰੈਸਰੇਕਸ਼ਨ। ਉਹ ਬੜਾ ਵਧੀਆ। ਉਹ ਬਹੁਤ ਲੰਬਾ। ਕਿਵੇਂ ਇਹ ਤੁਰਕਾਂ ਨੇ ਆਪਣਾ ਰਾਜ ਸਥਾਪਿਤ ਕੀਤਾ। ਵੈਬ ਸੀਰੀਜ਼ ਦੇਖਦੇ। ਇਹ ਨਾਟ ਹੈ। ਹੂੰ ਇਹ ਨਾ ਟੈਵਰੀ ਮੈਂ ਤਾਂ ਯਾਰਾ ਪੋਲਿਟੀਕਲ ਬਿਜਨੀਆ ਵੀ ਨਿਊਜ਼ ਹੈ ਹੂੰ ਅਜਾ ਬਿਆਨ ਆ ਗਿਆ ਉਹਦਾ ਬਿਆਨ ਆ ਗਿਆ ਉਹ ਮੇਰੀ ਵਾਈਫ ਦੇਖ ਕੇ ਬੰਦਾ ਨਹੀਂ ਮੈਂ ਖੁਸ਼ ਹੂੰ ਤੁਸੀਂ ਨਹੀਂ ਮੈਂ ਮੈਂ ਨਹੀਂ ਦੇਖਦਾ ਯਾਰ ਲੋਕਾਂ ਦੇ ਟੈਲੀਫੋਨ ਸੁਣਾ ਲੋਕਾਂ ਦੇ ਕੰਮ ਕਰਾਵਾ ਕਿ ਇਹੀ ਦੇ ਤਰ੍ਹਾਂ ਸਾਰੇ ਦਿਨ ਮੈਂ ਕੰਸਟੀਟੂਐਂਸੀ ਚ ਵੀ ਜਾਣਾ ਹੂੰ ਅਖੀਰਲੇ ਸਾਲ ਨਹੀਂ ਚਾਹੀਦਾ ਸਾਰਾ ਪੰਜ ਸਾਲ ਹੀ ਚਾਹੀਦਾ ਹੁਣ ਕੱਲ ਇੰਦਰ ਸੁਲਤਾਨਪੁਰ ਸੀ ਆਪਣੇ ਦਰਿਆ ਦੇ ਵਿੱਚ ਹੂੰ ਦਰਿਆ ਦੇ ਵਿੱਚ ਸੀ ਤਿੰਨਾਂ ਦਿਨਾਂ ਦਾ ਇਧਰ ਵੀ ਪਾਣੀ ਇਧਰ ਵੀ ਪਾਣੀ ਟਾਪੂ ਦੇ ਵਿੱਚ ਉਹਨੂੰ ਉਹਨੂੰ ਵਿੱਚ ਦੀ ਪਾਣੀ ਕੱਢਣ ਦੀ ਕੋਸ਼ਿਸ਼ ਚ ਮਸ਼ੀਨਾਂ ਲਜਾ ਕੇ ਕਿੱਦਾਂ ਲਗੇ ਹੋਣਗੇ ਡੁੱਬਦੇ ਡੁੱਬਦੇ ਬਚੇ ਚਲੋ ਉਹਦੀ 11 ਵਜੇ ਮੀਟਿੰਗ ਸੀ ਮੈਨੂੰ ਕਹਿੰਦਾ ਜੀ ਮੇਰੀ 11 ਵਜੇ ਮੀਟਿੰਗ ਹੈ ਮੈਂ ਯਾਰ ਸ਼ਾਮੀ ਮੈਂ 8 ਵਜੇ ਕਿਸੇ ਬਹੁਤ ਵੱਡੇ ਬੰਦੇ ਨੂੰ ਖਾਣੇ ਤੇ ਸੱਦਿਆ ਹੂੰ ਕਹਿੰਦਾ ਜੀ ਹੁਣੀ ਤੁਰੋ 4 ਘੰਟੇ ਖੜੇ ਰਹੋ 6 ਵਜੇ ਤੇ ਮੈਂ ਆਜੂ 6 ਵਜੇ ਉਹ ਆ ਗਿਆ ਤਾਂ 8 ਵਜੇ ਮੈਂ ਆ ਕੇ 8:30 ਡਿਨਰ ਕਰ ਲਿਆ ਅਗਲੇ ਦਿਨ ਫਿਰ ਸਵੇਰੇ 12 ਵਜੇ ਮੀਟਿੰਗ ਸੀ ਰਾਤ 12 ਵਜੇ ਤੇ ਤੁਸੀਂ ਬੇੜਾ ਦੇਖਿਓ ਜਿੱਚਾ ਰਾਤ 12 ਵਜੇ ਤੇ ਮੀਟਿੰਗ ਸੀ ਹੂੰ ਸਵੇਰੇ ਰਾਤ ਨੂੰ ਕਪੂਰਥਲੇ ਸੁਤਾ ਸਵੇਰੇ ਇੱਥੇ ਆ ਗਏ ਇੱਥੋਂ ਮੀਟਿੰਗ ਕੀਤੀ ਫਿਰ ਕਪੂਰ ਦਰਿਆਜ ਹੁਣ ਚਲਿਆ 6 ਦਿਨ ਲਈ ਬਾਹਰ ਅਕਸਰ ਤੇ ਬਾਪ ਡਿਊਟੀ ਲਾਉਂਦਾ ਹੁੰਦਾ ਨਾ ਲੇਕਿਨ ਸਾਡੇ ਆ ਪਰਿਵਾਰ ਇਦਾਂ ਦਾ ਬੇਟੇ ਵੀ ਡਿਊਟੀ ਲਾ ਦਿੰਦੇ ਆ ਹੁਣ ਕਹਿੰਦਾ ਯਾਰ 6 6 ਦਿਨ ਤੋਂ ਮੇਰੇ ਹਲਕੇ ਚ ਪਾਣੀ ਚ ਦਰਿਆ ਚ ਜਿਹੜੇ ਕੰਮ ਚੱਲ ਰਿਹਾ ਉਹ ਮੋਨਿਟਰ ਕਰਨੇ ਮੈਂ ਆ ਅੱਛਾ ਫਿਰ ਮੈਂ ਤੁਸੀ ਦੱਸਿਆ ਮਿਊਜ਼ਿਕ ਸੁਣਦੇ ਹੋ ਮਿਊਜ਼ਿਕ ਸੁਣੀਦਾ ਕਿਹੜਾ ਸਿੰਗਰ ਪਸੰਦ ਆ ਗੀਤ ਕਿਹਦੇ ਪਸੰਦ ਨੇ ਮੈਨੂੰ ਗੁਰਦਾਸ ਮਾਨ ਬੜਾ ਪਸੰਦ ਆ ਔਰ ਸਿੱਧੂ ਮੂਸੇ ਵਾਲੇ ਨੂੰ ਬਾਦ ਸੁਣਨਾ ਚਾਲੂ ਕੀਤਾ ਚੰਗਿਆਂ ਗੱਲਾਂ ਕਰਦਾ ਹਾਂ ਜੀ ਰঞ্জੀਤ ਬਾਵਾ ਬਹੁਤ ਚੰਗਾ ਹੂੰ ਉਹ ਉਹ ਸਭ ਤੋਂ ਬੜਾ ਕੰਟਰੋਵਰਸ਼ੀਅਲ ਜਿਹਾ ਗਾਣਾ ਆ ਸਾਡਾ ਕੀ ਕਸੂਰ ਜੇ ਅਸੀਂ ਮਾੜੇ ਕਰ ਜਮੇ ਹੂੰ ਕਿੰਨਾ ਕਿੰਨਾ ਵਧੀਆ ਕਿਤੇ ਕੋ ਜਿਹੜੇ ਗਾਣੇ ਵਧੀਆ ਲਿਖਦੇ ਆ ਉਹ ਸੁਣਨ ਨੂੰ ਮਨ ਕਰਦਾ ਹੂੰ ਅਸ਼ਲੀਲ ਗਾਣੇ ਨਹੀਂ ਮੇਰਾ ਲੱਚਰ ਗਾਣੇ ਨਹੀਂ ਕੁਈ ਗੱਲ ਰਹਿ ਗਈ ਹੋਵੇ ਗੱਲਾਂ ਤਾਂ ਬੁੜੀਆਂ ਜ਼ਿੰਦਗੀ ਚ ਹੁੰਨੀਆਂ ਕਿਤੇ ਫੇਰ ਸਹੀ ਹੂੰ ਹੁਣ ਕਿੱਧਰ ਜਾਣਾ ਤੁਸੀਂ ਦਫ਼ਤਰ ਜਾਊਂਗਾ ਜੀ ਆਫਿਸ ਜਣਾ ਆਫਿਸ ਹਊਸ ਫਲੈਟ ਜੀ ਜੀ ਉਹ ਤੇ ਮੇਰਾ ਆਫਿਸ ਹੈ ਓਕੇ ਤੇ ਉੱਥੇ ਜਿਹੜੇ ਕੰਮ ਲੋਕ ਦੱਸਦੇ ਉਥੋਂ ਸੈਕਟਰੀ ਸਾਹਿਬ ਹੈ ਉਹ ਕਰਾ ਦਿੰਦੇ ਕੁਝ ਮੈਂ ਕਰਾ ਦਿੰਦਾ ਹਮ ਕੱਲ ਨੂੰ ਕਪੂਰਥਲੇ ਕੱਲ ਨੂੰ ਸ਼ੋਭਾ ਯਾਤਰਾ ਜਨਮ ਅਸ਼ਟਮੀ ਦੀ ਜੀ ਫਿਰ ਇੰਦਰਬਾਰ ਆ ਤੇ ਇੱਕ ਹਫਤਾ ਮੈਂ ਕਪੂਰਥਲੇ ਰਹਿਵਾਂਗਾ ਹਮ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਟਾਈਮ ਦਿੱਤਾ ਬਹੁਤ ਬਹੁਤ ਸ਼ੁਕਰੀਆ ਜੀ ਤਾਂ ਇਸੇ ਕੇ ਰਾਣਾ ਗੁਰਜੀਤ ਸਿੰਘ ਅੱਜ ਦਾ ਪੌਡਕਾਸਟ ਤੁਹਾਨੂੰ ਕਿਵੇਂ ਲੱਗਿਆ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ ਬਹੁਤ ਹੀ ਮਿੱਠੀਆਂ ਗੱਲਾਂ ਕੀਤੀਆਂ ਇਹਨਾਂ ਨੇ ਆ ਰਾਜਨੀਤੀ ਕੈਰੀਅਰ ਦੀ ਗੱਲ ਕੀਤੀ ਹੈ ਰਾਜਨੀਤੀ ਚ ਕਿਵੇਂ ਆਏ ਬਾਦਲ ਸਾਹਿਬ ਨਾਲ ਕੀ ਰਿਸ਼ਤਾ ਸੀਗਾ ਕੈਪਟਨ ਅਮਰਿੰਦਰ ਸਿੰਘ ਨਾਲ ਕੀ ਰਿਸ਼ਤਾ ਸੀਗਾ ਇਸ ਤੋਂ ਇਲਾਵਾ ਜਿਹੜਾ ਸਟਰਗਲ ਕੀਤਾ ਇਹਨਾਂ ਦੇ ਬਜ਼ੁਰਗਾਂ ਨੇ ਸਟਰਗਲ ਕੀਤਾ ਉਹ ਵੀ ਸਾਡੇ ਨਾਲ ਸਾਂਝਾ ਕੀਤਾ ਕੰਟਰੋਵਰਸ਼ੀਅਲ ਜਿਹੜੇ ਅਲੀਗੇਸ਼ਨ ਇਹਨਾਂ ਦੇ ਉੱਤੇ ਲੱਗਦੇ ਨੇ ਜਿਹੜੀਆਂ ਕੌਂਟਰੋਵਰਸੀਜ਼ ਦੇ ਵਿਚ ਰਣਾ ਰਹੀ ਉਹਨਾਂ ਦਾ ਵੀ ਜਵਾਬ ਦਿੱਤਾਗਾ ਅੱਜ ਦਾ ਪੌਡਕਾਸਟ ਤੁਹਾਨੂੰ ਕਿਵੇਂ ਲੱਗਿਆ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ ਹੁਣ ਮੈਨੂੰ ਦਿਓ ਇਜਾਜ਼ਤ ਬਹੁਤ ਬਹੁਤ ਧੰਨਵਾਦ